ਜੋ ਮੈਂ ਸਿੱਖਿਆ ਜੋ ਮੈਨੂੰ ਅਪਣਾਉਣ ਦਾ ਮੌਕਾ ਮਿਲਿਆ ਮੈਂ ਤੁਹਾਡੀ ਸੇਵਾ ਵਿੱਚ ਸਾਂਝਾ ਕਰਨ ਦਾ ਯਤਨ ਕਰਾਂਗਾ। ਪਿਆਰ ਵਾਰਿਓ, ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਮਗਰ ਜੇ ਕਿਸੇ ਸ਼ਖਸੀਅਤ ਦਾ ਜ਼ਿਕਰ ਕਰਨਾ ਹੋਵੇ ਤੇ ਭਗਤ ਨੂੰ ਭਗਤ ਬਣਾਇਆ ਕਿਹਨੇ, ਤਾਂ ਮੈਂ ਜੇ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਭਗਤ ਜੀ ਦੇ ਮਾਤਾ ਜੀ ਦਾ ਨਾਮ ਨਾ ਲਵਾਂ ਤਾਂ ਮੈਂ ਕੁਤਾਹੀ ਕਰਾਂਗਾ। ਮਾਤਾ ਮਹਿਤਾਬ ਕੌਰ, ਭਗਤ ਜੀ ਦਾ ਜਨਮ ਸ਼ਾਹੂਕਾਰ ਸ਼ਿਪੂਮਲ ਜੀ ਦੇ ਘਰ ਖੰਨੇ ਦੇ ਕੋਲੇ ਪਿੰਡ ਹੈ ਰਾਜੋ ਕੇ ਰੋਹਾਣਾ, ਰਾਜੇਵਾਲ ਰੋਹਾਣਾ। ਸੋ ਰਾਜੇਵਾਲ ਰੋਹਾਣਾ ਦੇ ਵਿੱਚ ਭਗਤ ਜੀ ਦਾ ਜਨਮ ਸ਼ਿਪੂਮਲ ਸ਼ਾਹੂਕਾਰ ਜੀ ਦੇ ਘਰ ਮਾਤਾ ਮਹਿਤਾਬ ਕੌਰ ਜੀ ਦੇ ਕੁੱਖੋਂ ਹੋਇਆ। ਪਰਿਵਾਰ ਇੱਕ ਸੰਨਿਆਸੀ, ਇੱਕ ਹਿੰਦੂ ਧਰਮ ਦੇ ਵਿੱਚੋਂ, ਸਨਾਤਨੀ ਧਰਮ ਦੇ ਵਿੱਚੋਂ ਹਿੰਦੂ ਧਰਮ ਨਾਲ ਸੰਬੰਧਿਤ ਸੀ। ਔਰ ਭਗਤ ਜੀ ਦਾ ਪਹਿਲਾ ਨਾਮ ਰਾਮ ਜੀ ਦਾਸ ਰੱਖਿਆ ਗਿਆ। ਮਾਤਾ ਜੀ ਦੇ ਮਨ ਵਿੱਚ ਪਰਮੇਸ਼ਰ ਦਾ ਬੜਾ ਪਿਆਰ ਸੀ, ਨਾਮ ਇਸ ਤਰ੍ਹਾਂ ਦਾ ਰੱਖਿਆ ਕਿ ਇਹ ਪਰਮਾਤਮਾ ਦਾ ਦਾਸ ਬਣੇ, ਰਾਮ ਜੀ ਦਾਸ। ਮਾਤਾ ਮਹਿਤਾਬ ਕੌਰ ਨੇ ਬਚਪਨ ਤੋਂ ਭਗਤ ਜੀ ਨੂੰ ਰੱਬ ਵੱਲ ਜੋੜਨ ਦੇ ਲਈ ਯਤਨ ਕੀਤੇ। ਭਗਤ ਜੀ ਲਿਖਦੇ ਨੇ ਆਪਣੀਆਂ ਜੀਵਨ ਕਹਾਣੀਆਂ ਦੇ ਵਿੱਚ ਕਿ ਨਿੱਕਾ ਜਿਹਾ ਹੁੰਦਾ ਸਾਂ, ਇੱਕ ਲੱਤ ਦੇ ਭਾਰ ਖੜ ਕੇ ਮੈਂ ਸੱਤ ਹਨੂੰਮਾਨ ਚਾਲੀਸ ਦੇ ਪਾਠ ਕਰਦਾ ਸੀ। ਹਫ਼ਤੇ 'ਚ 3 ਵਰਤ ਰੱਖਦਾ ਸੀ। ਅਜੇ ਗੁਰਮਤਿ ਦਾ ਚਾਨਣ ਨਹੀਂ ਸੀ ਹੋਇਆ, ਹਿੰਦੂ ਪਰਿਵਾਰ ਵਿੱਚ ਜਨਮ ਹੋਇਆ ਸੀ, ਉਹੋ ਜਿਹੇ ਸੰਸਕਾਰ ਜਿਵੇਂ ਮਿਲ ਰਹੇ ਸਨ। ਮਾਤਾ ਜੀ ਨੇ ਨਾਲ ਲੈ ਨਿਕਲਣਾ, ਰਸਤੇ ਵਿੱਚ ਸੂਲ ਡਿੱਗੀ ਹੋਣੀ ਤੇ ਮਾਂ ਨੇ ਕਹਿਣਾ ਪੋਤੇ ਚੱਕ, ਕਿਸੇ ਦੇ ਪੈਰ 'ਚ ਚੁੱਭ ਜਾਣੀ ਹੈ। ਦੇਖੋ ਮਾਤਾਵਾਂ ਬੈਠੀਆਂ ਨੇ, ਮਾਤਾ ਦਾ ਰੋਲ ਕਿੱਡਾ ਵੱਡਾ ਹੁੰਦਾ। ਪਿੰਡ ਦੇ ਵਿੱਚ ਕੋਈ ਕਿਲੋ ਕਿਲੋਮੀਟਰ ਦੇ ਫਾਸਲੇ ਉੱਤੇ ਪਿੰਡ ਦੇ ਬਾਹਰ ਜਿਵੇਂ ਪਿੰਡ ਦੀਆਂ ਫਿਰਨੀਆਂ ਹੁੰਦੀਆਂ ਸੀ, ਬਜ਼ੁਰਗ ਬੈਠੇ ਨੇ ਪਿੰਡਾਂ 'ਚੋਂ ਆਏ ਨੇ, ਇੰਗਲੈਂਡ ਵਿੱਚ ਤਾਂ ਮੈਨੂੰ ਨਹੀਂ ਪਤਾ ਫਿਰਨੀਆਂ ਹੈ ਕਿ ਨਹੀਂ। ਪਿੰਡ ਦੀ ਫਿਰਨੀ ਦੇ ਬਾਹਰ ਇੱਕ ਖੂਹ ਹੀ ਹੁੰਦੀ ਸੀ, ਤੁਹਾਨੂੰ ਪਤਾ ਉਦੋਂ ਪਿੰਡ 'ਚ ਇੱਕ ਅੱਧਾ ਖੂਹ ਨਲਕਾ ਹੁੰਦਾ ਸੀ, ਉੱਥੋਂ ਸਾਰਾ ਪਿੰਡ ਪਾਣੀ ਪੀਂਦਾ ਸੀ। ਤੇ ਰਾਜੇਵਾਲ ਦੇ ਕੋਈ 500 ਘਰ ਸਨ ਤੇ ਗਰਮੀਆਂ ਦੇ ਵਿੱਚ ਸਾਰੇ ਘਰਾਂ ਦੀਆਂ ਮੱਝਾਂ ਬੱਚੇ ਉੱਥੇ ਇਕੱਠੇ ਹੋ ਜਾਣੇ ਤੇ ਭਗਤ ਜੀ ਲਿਖਦੇ ਆ ਕਿ ਮੇਰੀ ਮਾਤਾ ਨੇ ਸਾਰਾ ਦਿਨ ਖੂਹ ਦੇ ਵਿੱਚੋਂ ਡੋਲ ਦੇ ਵਿੱਚੋਂ ਪਾਣੀ ਕੱਢੀ ਜਾਣਾ ਤੇ ਪਿਲਾਈ ਜਾਣਾ, ਥੱਕਦੀ ਨਹੀਂ ਸੀ ਕਦੀ। ਤੇ ਕਹਿੰਦੇ ਛੁੱਟੀਆਂ ਹੋਣੀਆਂ ਐਤਵਾਰ ਹੋਣਾ ਤੇ ਜਾਂ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਤੇ ਕਹਿੰਦੇ ਮੈਂ ਤੇ ਮੇਰੀ ਮਾਂ ਉਹ ਮਹੀਨਾ ਡੇਢ ਮਹੀਨਾ ਖੂਹੀ ਦੇ ਰਹਿੰਦੇ ਸੀ, ਪਾਣੀ ਕੱਢੀ ਜਾਣਾ ਤੇ ਪਿਲਾਈ ਜਾਣਾ। ਕਹਿੰਦੇ ਮੈਂ ਬੜਾ ਖੁਸ਼ ਹੁੰਦਾ ਸੀ, ਮੱਝਾਂ ਨੂੰ ਪਾਣੀ ਪਿਲਾਉਣਾ, ਡੰਗਰਾਂ ਨੂੰ, ਰਾਈਆਂ ਨੂੰ ਪਿਲਾਉਣਾ, ਬੱਚਿਆਂ ਨੂੰ ਪਿਲਾਉਣਾ ਤੇ ਸ਼ਾਮ ਨੂੰ ਫਿਰ ਉੱਦਾਂ ਹੀ ਨਵਾਂ ਨਰਵਾ, ਕਦੀ ਥਕਾਵਟ ਨਹੀਂ ਹੋਈ। ਪਿਆਰ ਵਾਲਿਓ, ਅੱਜ ਕੱਲ੍ਹ ਤਾਂ ਰੁੱਖ ਨਹੀਂ ਲਾਉਂਦੇ। ਮਾਤਾ ਜੀ ਨੇ ਭਗਤ ਜੀ ਨੂੰ ਕਿਹਾ ਪੁੱਤ ਤਰਵੈਣੀਆਂ ਲਾ। ਤਰਵੈਣੀਆਂ ਪਤਾ ਕੀ ਹੁੰਦੀਆਂ ਨੇ? ਇੱਕ ਬੋਹੜ, ਇੱਕ ਨਿੰਮ, ਇੱਕ ਪਿੱਪਲ। ਇਹ ਤਿੰਨੋਂ ਦਰਖਤ ਪੁਰਾਣੇ ਪਿੰਡਾਂ 'ਚ ਜਾਓ, ਤਿੰਨੋਂ ਇਕੱਠੇ ਲੱਗੇ ਹੁੰਦੇ ਸੀਗੇ, ਇੱਕ ਪਿੱਪਲ, ਇੱਕ ਬੋਹੜ ਤੇ ਇੱਕ ਨਿੰਮ, ਅੱਜ ਤਿੰਨੋਂ ਨਹੀਂ ਲੱਭਦੇ। ਤੇ ਭਗਤ ਜੀ ਤੋਂ ਮਾਤਾ ਜੀ ਨੇ ਲਵਾਉਣੀ ਆ। ਇੱਦਾਂ ਗੱਡੀ ਚੱਲਦੀ ਗਈ ਚੱਲਦੀ ਗਈ ਤੇ ਭਗਤ ਜੀ ਦਾ ਜਨਮ ਜਿਸ ਪਰਿਵਾਰ ਵਿੱਚ ਹੋਇਆ ਸ਼ਾਹੂਕਾਰ ਪਰਿਵਾਰ ਸੀ, ਪਰਮਾਤਮਾ ਦੀ ਕਿਰਪਾ ਨਾਲ ਘਰ ਵਿੱਚ ਕੋਈ ਘਾਟਾ ਨਹੀਂ ਸੀ। ਭਗਤ ਜੀ ਲਿਖਦੇ ਨੇ ਸ਼ਿਵ ਦੁਆਲੇ ਵਿੱਚੋਂ ਹਿੰਦੂ ਬ੍ਰਾਹਮਣਾਂ ਨੇ ਆਉਣਾ, ਮੁਸਲਮਾਨ ਫਕੀਰਾਂ ਨੇ ਆਉਣਾ, ਗਜਾ ਕਰਨ ਉਦਾਸੀ ਸਾਧੂਆਂ ਨੇ ਆਉਣਾ ਤੇ ਮਾਂ ਮਹਿਤਾਬ ਕੌਰ ਨੇ ਕਹਿਣਾ ਪੁੱਤ ਦੋਹਾਂ ਹੱਥਾਂ ਨਾਲ ਫਰੁੱਗ ਭਰ ਕੇ ਪਾਉਣਾ, ਜਿੰਨੇ ਤੇਰੇ ਹੱਥ 'ਚ ਵੱਧ ਤੋਂ ਵੱਧ ਰਾਸ਼ਨ ਆਵੇ ਉਹਨਾਂ ਝੋਲੀ 'ਚ ਪਾਉਣਾ, ਗਜਾ ਕਰਨ ਆਇਆਂ ਦੀ। ਚੁੱਲ੍ਹੇ ਦੇ ਉੱਤੇ ਸ਼ੱਕਰ, ਘਿਓ, ਆਟਾ, ਲੱਸੀ ਬੇਅੰਤ ਸੀ, ਕਦੀ ਢੱਕਿਆ ਨਹੀਂ ਸੀ, ਕਦੀ ਲੁਕੋਇਆ ਨਹੀਂ ਸੀ, ਇੰਨਾ ਖੁੱਲ੍ਹਾ ਡੁੱਲਾ ਤੇ ਹਵਾ ਹਰਾ ਘਰ ਸੀ ਭਗਤ ਜੀ ਦਾ। 1913 ਦੇ ਵਿੱਚ ਆ ਬਜ਼ੁਰਗ ਬੈਠੇ ਨੇ, ਸ਼ਾਇਦ ਇਹਨਾਂ ਦੇ ਧਿਆਨ 'ਚ ਗੱਲਾਂ ਹੋਣ ਜੋ ਉਸ ਸਮੇਂ ਦੀਆਂ। ਕੋਈ ਇੱਕ ਵਾਰੀ ਪੰਜਾਬ ਦੇ ਵਿੱਚ ਜਿਵੇਂ ਕਾਲ ਪੈ ਗਿਆ, ਇਸ ਤਰ੍ਹਾਂ ਹੋ ਗਿਆ, ਮੀਂਹ ਨਹੀਂ ਪਏ, ਅੰਨ ਨਹੀਂ ਹੋਇਆ। ਪਿਤਾ ਜੀ ਸ਼ਾਹੂਕਾਰ ਸਨ, ਲੋਕਾਂ ਨੂੰ ਪੈਸੇ ਦਿੰਦੇ ਸਨ ਤਾਂ ਮੁੜ ਕੇ ਵਿਆਜ ਨਾਲ ਆਉਂਦੇ ਸਨ ਤੇ ਘਰ ਚੱਲਦਾ ਸੀ। ਜਦ ਉਪਜਾਈ ਕੋਈ ਨਾ ਹੋਈਆਂ, ਕਾਲ ਪੈ ਗਿਆ ਤੇ ਘਰ ਵਿੱਚ ਵੀ ਇੱਕਦਮ ਆਰਥਿਕਤਾ ਹਿੱਲ ਗਈ ਤੇ ਉਹ ਸ਼ਾਹੂਕਾਰ ਪਰਿਵਾਰ ਜਿੰਨੇ ਕੁ ਘਰ ਵਿੱਚ ਪੈਸੇ ਸਨ, ਪਿਤਾ ਸ਼ਿਪੂਮਲ ਲਾਹੌਰ ਗਏ, ਉੱਥੋਂ ਟ੍ਰੇਨ ਦੇ ਉੱਤੇ ਜੋ ਰਸਤ ਮਿਲੀ ਮੱਕੀ ਕਣਕ ਚੌਲ ਚੱਕ ਲਿਆਏ ਤੇ ਲਿਆ ਕੇ ਪਿੰਡ 'ਚ ਵੰਡ ਦਿੱਤਾ। ਪੈਸੇ ਨਹੀਂ ਲਏ ਕਿਸੇ ਕੋਲੋਂ ਵੀ, ਲੈ ਜਾਓ ਜਦੋਂ ਹੋਣਗੇ ਦੇ ਦਿਓ। ਤੇ ਉਸ ਤੋਂ ਬਾਅਦ ਘਰ ਦੀ ਆਰਥਿਕਤਾ ਇੰਨੀ ਹਿੱਲ ਗਈ ਕਿ ਘਰ ਵਿੱਚ ਖਾਣ ਵਾਸਤੇ ਪੈਸੇ ਨਹੀਂ ਸੀ।
ਮਾਂ ਨੇ ਲੋਕਾਂ ਦੇ ਘਰ ਚੱਕੀ ਪੀਣੀ ਸ਼ੁਰੂ ਕੀਤੀ। ਹੁਣ ਦੇਖੋ ਭਾਗੀ ਦਾ ਜੀਵਨ ਸ਼ੁਰੂ ਕਿਵੇਂ ਹੋਣਾ ਹੈ। ਘਰ ਵਿੱਚੋਂ ਇੱਕਦਮ ਸਾਰਾ ਕੁਛ ਖੇੜਾ ਅਲੋਪ ਹੋਇਆ। ਭਗਤ ਜੀ ਦੀ ਮਾਂ ਨੇ ਸੋਚਿਆ ਕਿ ਭਗਤ ਨੂੰ, ਰਾਮ ਜੀ ਦਾਸ ਨਾਮ ਸੀ, ਖੰਨੇ ਬੋਰਡਿੰਗ ਸਕੂਲ ਚ ਪੜ੍ਹਨ, ਪਾਦਮਾ ਇਹ ਪੜ੍ਹ ਲਿਖ ਜਾਵੇ, ਤੇ ਭਗਤ ਜੀ ਦੀ ਫੀਸ ਦੇਣ ਲਈ ਮਾਤਾ ਨੂੰ ਲੋਕਾਂ ਦੇ ਘਰੇ ਚੱਕੀ ਪੀਣੀ ਪਈ। ਪਰ ਚੱਕੀ ਪੀਣ ਨਾਲ ਪੈਸੇ ਓਨੇ ਨਹੀਂ ਬਣੇ ਕਿ ਭਗਤ ਜੀ ਦੀ ਰਾਮ ਜੀ ਦਾਸ ਦੀ ਫੀਸ ਦੇ ਦੇਵੇ। ਪਿੰਡ ਵਿੱਚ ਇੱਕ ਫੌਜੀ ਸੀ, ਉਹਦਾ ਨਾਮ ਭਗਤ ਜੀ ਨੇ ਰਲਾ ਸਿੰਘ ਲਿਖਿਆ। ਰਲਾ ਸਿੰਘ ਨੇ ਇੱਕ ਦਿਨ ਕਿਹਾ, ਮਹਿਤਾਬ ਵਰੇ, ਤੂੰ ਚਾਹੁੰਦੀ ਹੈ ਪੁੱਤ ਪੜ੍ਹ ਦੇ, ਪਰ ਚੱਕੀ ਪੀ ਪੀ ਕੇ ਤੇਰੇ ਕੋਲੋਂ ਪੈਸੇ ਨਹੀਂ ਬਣਨੇ, ਏਦਾਂ ਤਾਂ ਰਾਮ ਜੀ ਦਾਸ ਪੜ੍ਹਨ ਨਹੀਂ ਲੱਗਿਆ। ਮੇਰਾ ਇੱਕ ਸਿੱਖ ਡਾਕਟਰ ਹੈ ਮਿੰਟ ਗੁਮਰੀ, ਇੱਥੋਂ ਕੋਈ 200 ਕਿਲੋਮੀਟਰ ਦੇ ਵਕਫੇ ਦੇ ਉੱਤੇ, ਪਿੰਡ ਰਾਜੇਵਾਲ ਤੋਂ, ਜੇ ਉੱਥੇ ਚਲੀ ਜਾਵੇ ਉਹਦੇ ਘਰ ਮੈਂ ਤੈਨੂੰ ਨੌਕਰ ਰਖਵਾ ਦਿੰਦਾ, ਜਿੰਨੀ ਭਗਤ ਦੀ ਫੀਸ ਹੈ ਓਨੇ ਪੈਸੇ ਤੈਨੂੰ ਦੇ ਦਿਆ ਕਰੂਗਾ, ਨਾਲ ਤੇਰੇ ਘਰ ਵਾਲੇ ਨੂੰ ਸ਼ਿਭੂ ਮੱਲ ਨੂੰ ਵੀ ਨੌਕਰੀ ਦਵਾ ਦੇਣਾ, ਦੋਨੋਂ ਉੱਥੇ ਨੌਕਰੀ ਕਰ ਲਊਗਾ। ਮਹਿਤਾਬ ਕੌਰ ਨੂੰ ਚਾਹ ਸੀ ਕਿ ਬੱਚੇ ਨੂੰ ਪੜ੍ਹਾਉਣਾ, ਰਾਜੀ ਹੋ ਗਈ। ਨਾਲ ਪਿਤਾ ਸ਼ਿਭੂ ਮੱਲ ਚਲੇ ਗਏ, ਉੱਥੇ ਭਾਂਡੇ ਮਾਂਜਣ ਦੀ ਨੌਕਰੀ ਘਰ ਦੇ ਝਾੜੂ ਲਾਉਣ ਦੀ ਮਾਂ ਨੇ ਕੀਤੀ ਕਿ ਰਾਮ ਜੀ ਦਾਸ ਨੂੰ ਪੜ੍ਹਾ ਦੇਵਾਂ। ਸਮਾਂ ਗੁਜ਼ਰਿਆ, ਭਗਤ ਜੀ ਰਾਜੇਵਾਲ ਖੰਨੇ ਦੇ ਕੋਲੇ ਪਿੰਡ ਸੀ, ਅਜੇ ਉਮਰ 14 ਸਾਲ ਦੀ ਸੀ। 1904 ਵਿੱਚ ਭਗਤ ਜੀ ਦਾ ਜਨਮ ਹੁੰਦਾ ਹੈ। ਭਗਤ ਜੀ 1918 ਦੀ ਗੱਲ ਲਿਖਦੇ ਨੇ ਕਿ 14 ਸਾਲ ਦੀ ਮੇਰੀ ਉਮਰ ਸੀ, ਸਾਡੇ ਪਿੰਡ ਦੇ ਲਾਗੇ ਇੱਕ ਫਤਿਹਗੜ੍ਹ ਸਾਹਿਬ ਹੈ, ਉੱਥੇ ਇੱਕ ਮੇਲਾ ਭਰਦਾ ਸੀ। ਕਹਿੰਦੇ ਮੈਨੂੰ ਪਤਾ ਨਹੀਂ ਉਹ ਮੇਲਾ ਕਾਹਦਾ ਸੀ, ਜਿਵੇਂ ਛਪਾਰ ਦਾ ਮੇਲਾ ਹੁੰਦਾ, ਕੋਈ ਹੋਰ ਮੇਲਾ ਪਿੰਡਾਂ 'ਚ ਲੱਗਦੇ ਸੀ, ਕਹਿੰਦੇ ਏਦਾਂ ਹੀ ਫਤਿਹਗੜ੍ਹ ਦਾ ਮੇਲਾ। ਕਹਿੰਦੇ ਮੈਂ ਵੀ ਉੱਥੇ ਤੁਰਿਆ, ਸਾਡੇ ਪਿੰਡ ਦੀਆਂ ਕੁਝ ਕੁੜੀਆਂ ਉੱਥੇ ਵਿਆਹੀਆਂ ਹੋਈਆਂ ਸੀ, ਉਹਨਾਂ ਪਰਿਵਾਰਾਂ ਦੀ ਰਿਸ਼ਤੇਦਾਰੀ ਸੀ, ਤੇ ਮੈਨੂੰ ਵੀ ਨਾਲ ਲੈ ਗਏ ਵੀ ਚੱਲ ਕਾਕਾ ਤੈਨੂੰ ਮੇਲੇ ਲੈ ਚੱਲੇ। ਤੇ 14 ਵਰਿਆਂ ਦੀ ਉਮਰ ਕੀ ਹੁੰਦੀ ਹੈ ਬੱਚੇ ਦੀ, ਪਰ ਬੱਚੇ ਦਾ ਬਚਪਨ, ਮਾਂ ਨੇ ਪਰਮੇਸ਼ਰ ਵੱਲ ਇੰਨਾ ਜੋੜਿਆ ਹੋਇਆ ਸੀ ਕਿ ਛੇਤੀ ਪਿੰਗਲ ਜਾਂਦਾ ਸੀ, ਦਿਆ ਕੁੱਟ ਕੁੱਟ ਕੇ ਭਰੀ ਹੋਈ ਸੀ, ਦੁੱਖ ਦੇਖ ਕੇ ਜਰ ਨਹੀਂ ਸਕਦੇ ਸਨ, ਪ੍ਰੇਮ ਦੇ ਵਿੱਚ ਪਰਮਾਤਮਾ ਦੇ ਪਿਆਰ ਵਿੱਚ ਨੇਤਰ ਵਗਦੇ ਰਹਿੰਦੇ ਸਨ, ਦਿਨ ਵਿੱਚ 7-7 ਵਾਰ ਇੱਕ ਲੱਤ ਦੇ ਖੜੇ ਹੋ ਕੇ ਹਨੂੰਮਾਨ ਚਾਲੀਸਾ ਦੇ ਪਾਠ ਕਰਦੇ ਸਨ, ਹਫ਼ਤੇ ਵਿੱਚ 3-3 ਵਰਤ ਰੱਖਦੇ ਸਨ, ਬਿਰਤੀ ਦਇਆ ਵਾਲੀ ਸੀ। ਤੇ ਗੁਰੂ ਨਾਨਕ ਦੇ ਦਰਬਾਰ ਵਿੱਚ ਅੱਜ ਪਹਿਲੀ ਵਾਰ ਜਾਣ ਦਾ ਮੌਕਾ ਮਿਲਿਆ ਫਤਿਹਗੜ੍ਹ ਸਾਹਿਬ ਦਾ। ਤੇ ਭਗਤ ਜੀ ਲਿਖਦੇ ਆ, ਸਾਡੇ ਪਿੰਡ ਰਾਜੇਵਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ, ਇੱਕ ਧਰਮਸ਼ਾਲਾ ਸੀ, ਇੱਕ ਸਿੱਖ ਉਹ ਧਰਮਸ਼ਾਲਾ ਵੀ ਸੇਵਾ ਕਰਦਾ ਸੀ, ਕਦੀ ਕਦੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਿੰਡ 'ਚ ਹੁੰਦਾ ਸੀ, ਤੇ ਮੇਰੀ ਮਾਂ ਕਿਹਾ ਕਰਦੀ ਸੀ ਪੁੱਤ ਜਾ ਕੇ ਗੁਰੂ ਗ੍ਰੰਥ ਸਾਹਿਬ ਕੋਲ ਬੈਠਿਆ ਕਰ, ਪਰ ਮੈਨੂੰ ਇੰਨੀ ਸੋਝ ਹੀ ਨਹੀਂ ਸੀ ਵੀ ਇਹ ਕੀ ਹੈ। ਕਹਿੰਦੇ ਅੱਜ ਮੈਂ ਫਤਿਹਗੜ੍ਹ ਸਾਹਿਬ ਗਿਆ, ਉਹਨੀ ਦਿਨੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ, ਬੜੇ ਜੀਵਨ ਵਾਲੇ ਸਨ, ਉਹਨਾਂ ਦੀ ਜੀਵਨ ਦੀ ਗਾਥਾ ਦੀ ਗੱਲ ਕਰਨੀ ਹੋਵੇ ਤਾਂ ਬੜੀਆਂ ਪ੍ਰੇਰਣਾਮਈ ਸਿੱਖਿਆਵਾਂ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਜੀਵਨ 'ਚੋਂ ਮਿਲਦੀਆਂ ਨੇ। ਉਹ ਸਬੱਬੀ ਕੀ ਹੋਇਆ, ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਸੰਗਤ 'ਚ ਬੈਠ ਗਏ, ਉਹਨਾਂ ਦੇ ਮਗਰ ਹੀ ਮਹਾਰਾਜਾ ਭੁਪਿੰਦਰ ਸਿੰਘ ਆ ਗਏ। ਹੁਣ ਮਹਾਰਾਜਾ ਸੀ, ਸੋਹਣਾ ਲਿਬਾਸ, ਸ਼ਾਹੀ ਵਸਤਰ, ਸੋਹਣੀ ਦਿੱਖ, ਪ੍ਰਭਾਵੀ ਚਿਹਰਾ, ਉਹਨਾਂ ਦੇ ਨਾਲ ਇੱਕ ਸਿੱਖ ਅਫਸਰ ਸੀ, ਉਹਨਾਂ ਦਾ ਐਡੀਸ਼ਨਲ ਡਿਪਟੀ ਕਮਿਸ਼ਨਰ, ADC, ਭਗਤ ਜੀ ਨੇ ਉਹਨੂੰ ADC ਲਿਖਿਆ ਆਪਣੀਆਂ ਲਿਖਤਾਂ ਦੇ ਵਿੱਚ। ਕਹਿੰਦੇ ਬੜਾ ਹੀ ਸੋਹਣਾ, ਉੱਚਾ, ਲੰਮਾ, ਸੁਨੱਖਾ, ਉਹਨੇ ਦੋਹਰੀ ਦਸਤਾਰ ਸਜਾਈ, ਦਾੜਾ ਬੰਨਿਆ ਜਿਵੇਂ ਫੌਜੀਆਂ ਦਾ ਸੀ, ਫੌਜੀ ਅਫਸਰ ਸੀ। ਉਹ ਮਹਾਰਾਜੇ ਦੇ ਨਾਲ ਆਇਆ, ਆ ਕੇ ਨਮਸਕਾਰ ਕੀਤੀ, ਤੇ ਸੰਗਤ ਵਿੱਚ ਮਹਾਰਾਜਾ ਜੀ ਉਹ ਰਾਮ ਜੀ ਦਾਸ ਤੋਂ ਲਗਭਗ ਜਿਵੇਂ ਸੰਗਤ ਬੈਠੀ ਹੈ, ਤੀਜੇ ਤੋਂ ਚੌਥੇ ਥਾਂ ਤੇ ਆ ਕੇ ਬੈਠ ਗਏ। ਤੇ ਭਗਤ ਜੀ ਵਾਸਤੇ ਬੜਾ ਵੱਡਾ ਸੀ ਵੀ ਰਾਜਾ ਮੈਂ ਆ ਬੈਠਾ, ਉਹ ਮੈਂ ਰਾਜਾ ਬੈਠਾ ਮੇਰੇ ਕੋਲੇ, ਤੇ ਘਰ ਵਿੱਚ ਗਰੀਬੀ ਵੀ ਦੇਖ ਰਹੇ ਸਨ, ਤੇ ਸੁਣਿਆ ਸੀ ਰਾਜੇ ਹੁੰਦੇ ਨੇ, ਮਹਾਰਾਜੇ ਹੁੰਦੇ ਨੇ, ਬੜੀ ਸ਼ਾਨੋ ਸ਼ੌਕਤ ਹੁੰਦੀ ਹੈ, ਮਿਲਣਾ ਮੁਸ਼ਕਿਲ ਹੁੰਦਾ। ਕਹਿੰਦੇ ਮੈਂ ਕਦੀ ਰਾਜੇ ਭੁਪਿੰਦਰ ਸਿੰਘ ਦੇ ਮੂੰਹ ਵੱਲ ਦੇਖਾਂ ਤੇ ਕਦੀ ਮੈਂ ਉਹਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਮੂੰਹ ਵੱਲ ਦੇਖਾਂ। ਕਹਿੰਦੇ ਦੋਹਾਂ ਦੇ ਚਿਹਰਿਆਂ ਉੱਤੇ ਅਲਾਹੀ ਨੂਰ ਸੀ। ਕਹਿੰਦੇ ਮੈਂ ਦੇਖੀ ਗਿਆ, ਮੈਂ ਭੁੱਲ ਹੀ ਗਿਆ ਮੈਂ ਕਿੱਥੇ ਬੈਠਾ। ਕਹਿੰਦਾ ਉਹ ADC ਮੈਨੂੰ ਇੰਨਾ ਸੋਹਣਾ ਲੱਗ ਰਿਹਾ ਸੀ ਨਾ, ਉਹ ਸੋਹਣਾ ਸਿੱਖ, ਬਸ ਮੇਰਾ ਜੀ ਕਰੇ ਮੇਰਾ ਰਾਜੀ ਨਾ ਆਵੇ ਉਹਦੇ ਵੱਲ, ਮੈਂ ਦੇਖੀ ਜਾਵਾਂਗਾ। ਕਹਿੰਦੇ ਅਰਦਾਸਾ ਹੋ ਗਿਆ, ਦੀਵਾਨ ਦੀ ਸਮਾਪਤੀ ਹੋ ਗਈ ਫਤਿਹਗੜ੍ਹ ਸਾਹਿਬ। ਸੰਗਤਾਂ ਨੂੰ ਪਤਾ ਹੋਣਾ ਕਿ ਕੁਝ ਵਕਫੇ ਤੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਹੈ, ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਮਾਤਾ ਜੀ ਦਾ ਸੰਸਕਾਰ ਹੋਇਆ, ਉੱਥੋਂ ਨਗਰ ਕੀਰਤਨ ਨਿਕਲਦਾ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ। ਕਹਿੰਦੇ ਸਮਾਪਤੀ ਹੋਈ, ਨਗਰ ਕੀਰਤਨ ਸ਼ੁਰੂ ਹੋ ਗਿਆ, ਤੇ ਮਹਾਰਾਜਾ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਚੌਰ ਫੜ ਲਿਆ ਤੇ ਨੰਗੇ ਪੈਰੀ ਚੌਰ ਕਰਦੇ ਗਏ। ਕਹਿੰਦੇ ਮੇਰੀ ਨਿਗਾਹ ਮਹਾਰਾਜਾ ਦੇ ਮੂੰਹ ਵੱਲ ਸੀ ਤੇ ਕਦੀ ADC ਦੇ ਮੂੰਹ ਵੱਲ, ਇਹ ਬੰਦੇ ਕੌਣ ਨੇ। ਮੈਂ ਦੇਖ ਦੇਖ ਰਾਜੀ ਨਹੀਂ ਸੀ ਰਿਹਾ,
ਕਹਿੰਦੇ ਮਹਾਰਾਜ ਗੁਰੂ ਸਾਹਿਬ ਦਾ ਚੌਰ ਕਰਦੇ ਜਾ ਰਹੇ ਸਨ, ਕਹਿੰਦੇ ਬਾਣੀ ਪੜ੍ਹੀ ਜਾ ਰਹੀ ਸੀ ਤੇ ਮੈਂ ਦੇਖਾ ਮਹਾਰਾਜ ਦੇ ਅੱਖਾਂ ਦੇ ਵਿੱਚੋਂ ਨਾ ਨੇਤਰਾਂ ਵਿੱਚੋਂ ਨੀਰ ਵਾਂਗੂ ਥੱਲੇ ਟਪਕੇ ਡਿੱਗੇ। ਕਹਿੰਦੇ ਮੈਨੂੰ ਸਮਝ ਨਾ ਆਵੇ ਕੀ ਹੈ ਇਹ। ਕਹਿੰਦੇ ਮਹਾਰਾਜਾ ਪਿਆਰ ਵਿੱਚ ਭੇਜਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦਾ ਨੰਗੇ ਪੈਰ ਹੀ ਪਿਆਰ ਵਿੱਚ ਚੱਲ ਰਿਹਾ। ਤੇ ਜਦੋਂ ਜੋਤੀ ਸਰੂਪ ਪਹੁੰਚੇ ਕਹਿੰਦੇ ਮਹਾਰਾਜਾ ਦਾ ਹਿਰਦਾ ਇੰਨਾ ਭਰਿਆ ਹੋਇਆ ਸੀ, ਜਦੋਂ ਸਿਰ ਰੱਖਿਆ ਨਾ ਦਸਤਕ ਦੇ ਉੱਤੇ ਜੋਤੀ ਸਰੂਪ ਵਗ ਪਿਆ, ਅੰਦਰੋਂ ਨੀਰ ਵਗ ਪਿਆ, ਫੁੱਟ ਪਿਆ ਤੇ ਉਹ ਚਰਨ ਧੂੜ ਚੱਕ ਕੇ ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੇ ਮਸਤਕ ਨੂੰ ਲਾਈ ਜੋਤੀ ਸਰੂਪ ਦੀ। ਤੇ ਰਾਮ ਜੀ ਦਾਸ ਵਾਸ ਤਾਂ ਮਿੱਟੀ ਸੀਗੀ, ਅਜੇ ਪਤਾ ਨਹੀਂ ਨਾ ਗੁਰਮਤਿ ਕੀ ਸੀ। ਉਹਨੇ ਦੇਖਿਆ ਵੀ ਇਹ ਮਿੱਟੀ ਚੱਕ ਕੇ ਮਸਤਕ ਨੂੰ ਲਾ ਰਿਹਾ ਹੈ, ਇਹ ਚਰਨ ਧੂੜ ਦੀ ਕੀ ਮਹਾਤਮਾ ਹੈ ਤਾਂ ਸਿੱਖ ਜਾਣਦਾ ਨਾ। ਪਰ ਕਹਿੰਦੇ ਮੇਰਾ ਹਿਰਦਾ ਅੰਦਰੋਂ ਬਲੁੰਦਰਿਆ ਗਿਆ ਕਿ ਇਹ ਇਹ ਤਖ਼ਤ ਕਿਹੋ ਜਿਹਾ ਹੋਵੇਗਾ ਜਿਸ ਤਖ਼ਤ ਦੀ ਉਹ ਜਿਹੜੀ ਧੂੜੀ ਹੈ ਉਹਨੂੰ ਮਹਾਰਾਜਾ ਆਪਣੇ ਮਸਤਕ ਨੂੰ ਲਾ ਰਿਹਾ ਤੇ ਤਖ਼ਤ ਦਾ ਮਾਲਕ ਕਿਹੋ ਜਿਹਾ ਹੋਵੇਗਾ। ਕਹਿੰਦੇ ਚੇਸ਼ਟਾ ਪੈਦਾ ਹੋ ਗਈ ਕਿ ਮੈਂ ਪੜ੍ਹਾਂ, ਮੈਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰਸਿੱਖੀ ਦੇ ਇਤਿਹਾਸ ਨੂੰ ਪੜ੍ਹਾਂ ਵੀ ਇਹ ਮਹਾਰਾਜਾ ਇਸ ਦਰ ਦੀ ਇਹ ਜਿਹੜੀ ਮਸਤਕ ਦੇ ਉੱਤੇ ਧੂੜੀ ਲਗਾ ਰਿਹਾ ਇਹ ਦਰ ਕਿੱਡਾ ਉੱਚਾ ਹੋਵੇਗਾ, ਉਹ ਕਿਹੜੀ ਗੱਲ ਹੈ ਜਿਹਨੇ ਰਾਜੇ ਨੂੰ ਮਜਬੂਰ ਕਰ ਦਿੱਤਾ ਇਸ ਦਸਤਕ ਦੇ ਉੱਤੇ ਮਸਤਕ ਰੱਖ ਕੇ ਨੇਤਰ ਵਗ ਰਹੇ ਨੇ ਤੇ ਮਿੱਟੀ ਆਪਣੇ ਮਸਤਕ ਨੂੰ ਲਾ ਕੇ ਚੁੰਮ ਰਿਹਾ ਹੈ। ਪਿਆਰ ਵਾਲਿਓ, ਭਗਤ ਜੀ ਨੇ ਫਤਿਹਗੜ੍ਹ ਸਾਹਿਬ ਵਿਖੇ ਸ਼ਾਹਜਾਦਿਆਂ ਦੀਆਂ ਦਾਸਤਾਨਾਂ ਸੁਣੀਆਂ, ਇਤਿਹਾਸ ਸੁਣਿਆ, ਭਿੱਜ ਗਏ ਕਿਉਂਕਿ ਅੰਦਰ ਧਰਮ ਤਾਂ ਭਰਿਆ ਹੋਇਆ ਸੀ, ਦਇਆ ਤਾਂ ਹੈ ਸੀ, ਪਰਮੇਸ਼ਰ ਵੱਲ ਖਿੱਚ ਤਾਂ ਮਾਂ ਨੇ ਪਾਈ ਹੋਈ ਸੀ, ਪਰ ਸਿੱਖੀ ਦੀ ਸਮਝ ਕੋਈ ਨਹੀਂ ਸੀ। ਜਦੋਂ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸੁਣਿਆ ਪਿਆਰ ਵਾਲਿਓ, ਐਸਾ ਇਤਿਹਾਸ ਮੇਰਾ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਪਿਤਾ ਝੋਲੀ ਚ ਪਾ ਗਿਆ, ਰਹਿੰਦੀ ਦੁਨੀਆਂ ਤੱਕ ਇਹ ਸਾਡੀਆਂ ਰਗਾਂ ਦੇ ਵਿੱਚੋਂ ਖੂਨ ਠੰਡਾ ਨਹੀਂ ਹੋਣ ਦੇਵੇਗਾ। ਜਦੋਂ ਭਗਤ ਨੇ ਰਾਮ ਜੀ ਦਾਸ ਨੇ ਸੁਣੀਆਂ ਨਾ ਗੱਲਾਂ, ਅੰਦਰੋਂ ਰੌਂਗਟੇ ਖੜੇ ਹੋਏ, ਨਾਲੇ ਗੱਲ ਸੁਣੀ ਜਾਵੇ ਨਾਲੇ ਸਿਰ ਤੇ ਹੱਥ ਫੇਰੀ ਜਾਵੇ, ਐ ਫੇਰੀ ਜਾਵੇ ਤੇ ਦੇਖੇ ਮੇਰੇ ਕੇਸ ਕਿੱਥੇ ਨੇ। ਕਦੀ ਉਹ ADC ਵੱਲ ਦੇਖੇ। ਭਗਤ ਜੀ ਆਪਣੀਆਂ ਜੀਵਨ ਕਹਾਣੀਆਂ ਚ ਲਿਖਦੇ ਨੇ, ਕਹਿੰਦੇ ਮੈਂ ਘਰ ਆਇਆ, ਮਾਂ ਨੂੰ ਕਿਹਾ ਮਾਂ ਮਾਂ ਰੋ ਪਏ, ਕਹਿੰਦੇ ਮੇਰੀਆਂ ਭੁੱਖਾਂ ਨਿਕਲ ਪਈਆਂ, ਮਾਂ ਮੇਰੇ ਕੇਸ ਕਿੱਥੇ ਨੇ, ਮਾਂ ਮੇਰੇ ਸਿਰ ਤੇ ਖਜ਼ਾਨਾ ਕਿਉਂ ਨਹੀਂ। ਇਹ ਛੋਟੀ ਜੀ ਗੱਲ ਨਹੀਂ ਸੀ ਉਸ ਬੱਚੇ ਵਾਸਤੇ। ਮੈਂ ਜਦੋਂ ਪੜ੍ਹਦਾ ਮੇਰਾ ਅੰਦਰੋਂ ਦਿਲ ਭਰ ਆਉਂਦਾ, ਮੈਨੂੰ ਪਤਾ ਨਹੀਂ ਮੈਂ ਭਗਤ ਜੀ ਦੀ ਗੱਲ ਪੂਰੀ ਵੀ ਕਰ ਪਾਵਾਂਗਾ ਕਿ ਨਹੀਂ। ਮੈਂ ਜਦੋਂ ਆਪਣੇ ਬੱਚਿਆਂ ਦੇ ਨਾਲ ਆਪਣੇ ਵਿਦਿਆਰਥੀਆਂ ਨਾਲ ਗੱਲ ਕਰਦਾ ਮੈਂ ਅਕਸਰ ਭਾਵੁਕ ਹੋ ਜਾਇਆ ਕਰਦਾ, ਕਿਉਂਕਿ ਭਗਤ ਜੀ ਦਾ ਜੀਵਨ ਹੀ ਐਡਾ ਵੱਡਾ ਹੈ, ਉਹਨਾਂ ਸ਼ੁੱਧ ਹਿਰਦਾ ਮੇਰੇ ਕੋਲ ਹੈ ਹੀ ਨਹੀਂ ਜਿੰਨੀ ਸ਼ੁੱਧਤਾ ਭਗਤ ਜੀ ਦੇ ਮਨ ਵਿੱਚ ਸੀ। ਮਾਂ ਨੂੰ ਬੜਾ ਪਿਆਰ ਕਰਦੇ ਸਨ, ਮਾਂ ਦੇ ਨਾਲ ਬੜੀ ਬੜੀ ਖਿੱਚ ਸੀ। ਪਰ ਅੱਜ ਮਾਂ ਨੇ ਇੱਕ ਗੱਲ ਗਈ, ਭਗਤ ਜੀ ਨੇ ਆਪਣੀਆਂ ਲਿਖਤਾਂ 'ਚ ਗੱਲ ਲਿਖੀ ਹੈ, ਕਹਿੰਦੇ ਜਿਹੜੀ ਮਾਂ ਨੇ ਮੈਨੂੰ ਅੱਜ ਜਵਾਬ ਦਿੱਤਾ ਮੈਨੂੰ ਪਸੰਦ ਨਹੀਂ ਆਇਆ। ਮਾਂ ਕਹਿੰਦੀ ਪੁੱਤ ਕੇਸਾਂ ਦਾ ਭਾਰ ਹੁੰਦਾ ਹੈ, ਦਸਵੀਂ ਕਰ ਲੈ ਫਿਰ ਰੱਖ ਲਈ ਸਾਂਭੇ ਨਹੀਂ ਜਾਣੇ। ਭਗਤ ਜੀ ਕਹਿੰਦੇ ਮੇਰੀ ਮਾਂ ਦੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ। ਕਿਉਂ? ਕਹਿੰਦੇ ਸ਼ਾਇਦ ਮੇਰੀ ਮਾਂ ਨੇ ਉਹ ਨਹੀਂ ਸੁਣਿਆ ਜੋ ਅੱਜ ਮੈਂ ਸੁਣਿਆ। ਸਮਾਜ ਵਿੱਚੋਂ ਭਗਤ ਜੀ ਕਹਿੰਦੇ ਗੱਲ ਨਿਕਲ ਜਾਣੀ ਚਾਹੀਦੀ ਹੈ, ਕੇਸਾਂ ਦੀ ਮਹਾਨਤਾ ਐਡੀ ਵੱਡੀ ਹੈ, ਇਹ ਪਰਮੇਸ਼ਰ ਨਾਲ ਜੋੜਨ 'ਚ ਸਹਾਰੀ ਹੁੰਦੇ ਨੇ। ਮਾਂ ਨੂੰ ਕਹਿੰਦੇ ਮਾਂ ਮੈਂ ਰੱਖਣੇ ਹੈ। ਸਮਾਂ ਗੁਜ਼ਰ ਗਿਆ, ਗੁਜ਼ਰ ਗਿਆ ਸਮਾਂ। ਮਾਂ ਮਿੰਟ ਕੁਮਰੀ ਨੌਕਰੀ ਕਰਦੀ ਹੈ ਪੁੱਤ ਨੂੰ ਪੜ੍ਹਾਉਣ ਵਾਸਤੇ, ਪੁੱਤ ਪੜ੍ਹ ਰਿਹਾ ਹੈ। ਇਹ ਗੱਲ 1918 ਦੀ ਹੈ, 1923 ਆ ਗਿਆ। ਭਗਤ ਜੀ ਨੇ ਦਸਵੀਂ ਦਾ ਇਮਤਿਹਾਨ ਦੇਣਾ ਸੀ ਤੇ ਇਮਤਿਹਾਨ ਦੇਣਾ ਸੀ ਲੁਧਿਆਣੇ, ਚਲੇ ਗਏ ਲੁਧਿਆਣੇ, ਪੇਪਰ ਦਿੱਤਾ, ਇਮਤਿਹਾਨ ਖਤਮ ਹੋ ਗਏ, ਕੁਛ ਦਿਨ ਲੁਧਿਆਣੇ ਟਿਕ ਗਏ। ਇਹ ਹੁਣ ਭਗਤ ਜੀ ਦੇ ਜੀਵਨ ਦੀ ਦੂਸਰੀ ਘਟਨਾ ਘਟਣ ਲੱਗੀ ਹੈ, ਜਿੱਥੋਂ ਭਗਤ ਰਾਮ ਜੀ ਦਾਸ ਅੱਜ ਭਗਤ ਬਣ ਜਾਣਾ। ਰਾਮ ਜੀ ਦਾਸ ਸ਼ਾਇਦ ਤੁਸੀਂ ਗੱਲ ਸੁਣੀ ਹੋਵੇ, ਜਿੱਦਣ ਭਗਤ ਜੀ ਨੇ ਇਮਤਿਹਾਨ ਦਸਵੀਂ ਦਾ ਦਿੱਤਾ ਤੇ ਕੁਝ ਦਿਨ ਲੁਧਿਆਣੇ ਟਿਕ ਗਏ, ਕਿਉਂਕਿ ਮਨ ਵਿੱਚ ਪਿਆਰ ਸੀ ਰੱਬ ਨਾਲ। ਲੁਧਿਆਣੇ ਸ਼ਿਵ ਜੀ ਦਾ ਮੰਦਿਰ ਸੀ, ਉੱਥੇ ਚਲੇ ਗਏ, ਸ਼ਿਵ ਦੁਆਲੇ ਚਲੇ ਗਏ। ਉੱਥੇ ਠਾਕੁਰ ਪਏ ਸਨ, ਚੰਦਨ ਲਾ ਕੇ ਭਗਤ ਆਉਂਦੇ ਸਨ, ਮੱਥਾ ਟੇਕ ਕੇ ਟਲ ਖੜਕਾ ਕੇ ਚਲੇ ਜਾਣੇ। ਭਗਤ ਜੀ ਨੇ ਦੇਖਿਆ ਉਹ ਠਾਕਰਾਂ ਉੱਤੇ ਇੰਨਾ ਚੰਦਨ ਮੱਥਿਆ ਪਿਆ, ਮੈਂ ਇਹਨਾਂ ਨੂੰ ਧੋ ਦਵਾਂ, ਇਹਨਾਂ ਨੂੰ ਮਲ ਮਲ ਕੇ ਮੈਂ ਸਾਫ਼ ਕਰ ਦਵਾਂ। ਭਗਤ ਜੀ ਕਹਿੰਦੇ ਮੈਂ ਉਹ ਸ਼ਿਵ ਦੁਆਲੇ ਸ਼ਿਵ ਜੀ ਦੇ ਮੰਦਿਰ ਵਿੱਚ ਉਹ ਠਾਕਰਾਂ ਨੂੰ ਮਲ ਮਲ ਕੇ ਨਵਾਇਆ ਤੇ ਉਹ ਠਾਕਰ ਸਾਫ਼ ਕੀਤੇ, ਚੰਦਨ ਧੋ ਕੇ ਚਮਕਾ ਦਿੱਤੇ। ਫਿਰ ਕਹਿੰਦੇ ਮੈਂ ਲੰਮਾ ਪੈ ਕੇ ਉਹ ਠਾਕਰਾਂ ਅੱਗੇ ਡੰਡੋਤ ਕੀਤੀ, ਲੰਮਾ ਪੈ ਕੇ ਮੈਂ ਠਾਕਰਾਂ ਨੂੰ ਨਮਸਕਾਰ ਕੀਤੀ। ਕਹਿੰਦੇ ਫਿਰ ਮੈਨੂੰ ਭੁੱਖ ਬੜੀ ਲੱਗੀ ਸੀ, ਖੰਨਾ ਕਿੱਥੇ ਲੁਧਿਆਣਾ ਕਿੱਥੇ, ਘਰ ਵਿੱਚ ਪੈਸੇ ਤਾਂ ਹੈ ਨਹੀਂ, ਅਸੀਂ ਬੜੀ ਗਰੀਬੀ ਵਿੱਚੋਂ ਲੰਘ ਰਹੇ ਸਨ। ਕਹਿੰਦੇ ਮੈਂ ਉੱਥੇ ਕੁਛ ਵਿਦਿਆਰਥੀ ਸਨ ਮੰਦਿਰ ਦੇ, ਉਹ ਭੋਜਨ ਦਾ ਵਕਤ ਹੋ ਗਿਆ, ਉਹਨਾਂ ਨੂੰ ਭੋਜਨ ਪਰੋਸਣ ਲੱਗੇ ਤੇ ਮੈਂ ਵੀ ਨਾਲ ਬੈਠ ਗਿਆ। ਕਹਿੰਦੇ ਮੈਨੂੰ ਬੜੇ
ਮੈਂ ਕੀ ਕਹਾ ਉਹ ਢੰਗ ਨਾਲ ਉਠਾ ਦਿੱਤਾ ਗਿਆ ਕਿ ਤੂੰ ਇੱਥੇ ਭੋਜਨ ਨਹੀਂ ਛਕ ਸਕਦਾ ਚਲਿਆ ਜਾ। ਕਹਿੰਦੇ ਮੇਰਾ ਦਿਲ ਰੋਇਆ, ਮੈਂ ਠਾਕਰਾ ਨੂੰ ਨਵਾਇਆ ਹੈ, ਮੈਂ ਠਾਕਰਾ ਅੱਗੇ ਲੰਮਾ ਪੈ ਪੈ ਕੇ ਨਮਸਕਾਰਾਂ ਕੀਤੀਆਂ, ਮੈਨੂੰ ਭੁੱਖ ਲੱਗੀ ਹੈ, ਮੈਂ ਗਰੀਬ ਹਾਂ, ਮੇਰੀ ਮਾਂ ਦੂਰ ਹੈ, ਮੈਂ ਤੁਰ ਕੇ ਖੰਨੇ ਜਾਣਾ, ਮੈਨੂੰ ਦੋ ਰੋਟੀਆਂ ਦੇ ਦਿਓ। ਕਹਿੰਦੇ ਤੈਨੂੰ ਨਹੀਂ ਮਿਲ ਸਕਦੀ ਇੱਥੇ। ਭਗਤ ਜੀ ਰੋਂਦੇ ਸ਼ਿਵ ਦੁਆਲੇ ਤੋਂ ਬਾਹਰ ਆ ਗਏ। ਇਹਨਾਂ ਨੇ ਲੁਧਿਆਣਵੀ ਜੋਗ੍ਰਾਫੀ ਦੇਖੀ ਹੋਵੇ, ਖੰਨੇ ਵੱਲ ਨੂੰ ਇੱਕ ਨਹਿਰ ਆਉਂਦੀ ਹੈ, ਦਾਹੇ ਵਾਲੀ ਨਹਿਰ ਜਿਹਨੂੰ ਆਪਾਂ ਕਹਿੰਦੇ, ਉਹਦੇ ਨਹਿਰ ਦੇ ਨਾਲ ਭਗਤ ਜੀ ਤੁਰੇ ਆਏ। ਖੰਨੇ ਨੂੰ ਰੋਂਦੇ ਭੁੱਖੇ ਸਨ, ਸੋਚ ਸਕਦੇ ਹੋ ਬੱਚਾ ਇਹਨੂੰ ਭੁੱਖ ਲੱਗੀ ਹੋਵੇ, ਮਾਂ ਪਤਾ ਨੀ ਕਿੱਥੇ ਹੈ, ਬਹੁਤ ਦੂਰ ਨੌਕਰੀ ਕਰਦੀ ਹੈ, ਕੱਲਾ ਤੁਰਿਆ ਹੁੰਦਾ ਰਾਤ ਨੂੰ। ਦੋ ਸਿੱਖ ਬੈਠੇ ਨੇ, ਇੱਕ ਸਿੱਖ ਸੂਰਮਾ ਸਿੰਘ ਹੈ, ਉਹ ਰਹਿਰਾਜ ਸਾਹਿਬ ਦਾ ਪਾਠ ਕਰ ਰਿਹਾ, ਕੋਲੇ ਇੱਕ ਹੋਰ ਬੈਠਾ ਤੇ ਲੱਗਦਾ ਕਿਸੇ ਪਿੰਡ ਦਾ ਜ਼ਿਮੀਦਾਰ ਹੈ, ਤੇ ਭਗਤ ਜੀ ਵੀ ਚੌਕੜਾ ਮਾਰ ਕੇ ਕੋਲੇ ਬੈਠ ਕੇ ਰਹਿਰਾਜ ਸੁਣਨ ਲੱਗ ਗਏ। ਰਹਿਰਾਜ ਸੁਣਦੇ ਸੁਣਦੇ ਸੁਰਤੀ ਜੁੜ ਗਈ, ਪਰਮੇਸ਼ਰ ਦੇ ਪਿਆਰ ਵਾਲੇ ਸਨ, ਤੇ ਸਿੱਖ ਨੇ ਅਰਦਾਸਾ ਸੋਧਿਆ, ਦੇਖਿਆ ਕਿ ਬੱਚਾ ਕੋਲੇ ਬੈਠਾ, ਪੁੱਛਣ ਲੱਗੇ ਤੂੰ ਕੌਣ ਹੈ? ਕਹਿੰਦੇ ਜੀ ਮੈਂ ਰਾਮ ਜੀ ਦਾਸ। ਕਹਿੰਦੇ ਦੱਸ ਕਿਵੇਂ ਆਇਆ? ਕਹਿੰਦੇ ਮੈਂ ਪੇਪਰ ਦੇ ਕੇ ਆਇਆ, ਭੁੱਖ ਲੱਗੀ ਹੈ। ਤੇ ਕਹਿਣ ਲੱਗੇ ਚੱਲ ਬੇਟਾ ਨੇੜੇ ਹੀ ਗੁਰਦੁਆਰਾ ਰੇੜੂ ਸਾਹਿਬ, ਉੱਥੇ ਜਾ ਕੇ ਪ੍ਰਸ਼ਾਦਾ ਛਕ ਲੈ। ਤੇ ਬੱਚਾ ਕਹਿੰਦਾ ਸਿੰਘ ਸਾਹਿਬ ਜੀ ਮੇਰਾ ਤਾਂ ਵਰਤ ਰੱਖਿਆ ਹੋਇਆ, ਪ੍ਰਸ਼ਾਦਾ ਤਾਂ ਮੈਂ ਛਕਣਾ ਸੀਗਾ। ਤੇ ਕਹਿੰਦੇ ਫਿਰ ਤੈਨੂੰ ਭੁੱਖ ਵੀ ਲੱਗੀ ਹੈ? ਕਹਿੰਦੇ ਜੀ ਮੈਂ ਰਾਤ ਨੂੰ ਨਾ ਮੈਂ ਮਿੱਠੀ ਰੋਟੀ ਖਾਂਦਾ ਹੁੰਦਾ, ਜੇ ਮੈਨੂੰ ਮਿੱਠੀ ਰੋਟੀ ਮਿਲ ਜਾਵੇ ਨਾ ਤਾਂ ਮੇਰਾ ਵਰਤ ਵੀ ਨਹੀਂ ਟੁੱਟੂਗਾ ਤੇ ਮੇਰੀ ਭੁੱਖ ਵੀ ਮਿਟੇ। ਉਹ ਸਿੱਖ ਪਿਆਰ ਵਾਲਾ ਸਿੱਖ ਕਹਿੰਦਾ ਚੱਲ ਬੇਟਾ ਫਿਰ ਮੈਂ ਤੈਨੂੰ ਆਪਣੇ ਘਰ ਲੈ ਕੇ ਚੱਲਦਾ। ਉਹ ਆਪਣੀਆਂ ਲਿਖਤਾਂ 'ਚ ਲਿਖਦੇ ਨੇ ਭਗਤ ਜੀ ਆਪਣੀਆਂ ਜੀਵਨ ਕਹਾਣੀਆਂ 'ਚ ਕਿ ਉਹ ਸਿੱਖ ਨੇ ਘਰ ਜਾ ਕੇ ਕਾਂਸੀ ਵਾਲੇ ਛੰਨੇ ਦੇ ਵਿੱਚ ਮੈਨੂੰ ਸ਼ੱਕਰ ਘਿਓ 'ਚ ਪਾ ਕੇ ਦਿੱਤੀ ਤੇ ਮੈਂ ਉਹ ਛਕੀ ਤੇ ਮੈਂ ਤ੍ਰਿਪਤ ਹੋ ਗਿਆ। ਕਹਿੰਦੇ ਸਵੇਰ ਨੂੰ ਮੈਂ ਸੋਚਿਆ ਵੀ ਹੁਣ ਰੇਰੂ ਸਾਹਿਬ ਜਾਇਆ ਵਾ, ਸਿੱਖ ਕਹਿੰਦੇ ਸੀ ਰੇਰੂ ਸਾਹਿਬ ਗੁਰਦੁਆਰੇ ਜਾਇਆ, ਪੇਪਰ ਹੋ ਗਏ ਸਨ, ਵਿਹਲੇ ਸਨ, ਹੁਣ ਬਸ ਮਾਂ ਕੋਲੇ ਜਾਣਾ ਸੀਗਾ, ਕੁਝ ਦਿਨਾਂ ਦਾ ਵਕਤ ਸੀ। ਕਹਿੰਦੇ ਚਲੋ ਮੈਂ ਰੇਰੂ ਸਾਹਿਬ ਚਲੇ ਜਾਂਦਾ। ਲੁਧਿਆਣੇ ਤੇ ਖੰਨੇ ਦੇ ਵਿਚਾਲੇ ਅੱਧ ਵਿਚਕਾਰ ਗੁਰਦੁਆਰਾ ਰੇਰੂ ਸਾਹਿਬ ਹੈ, ਗੁਰੂ ਗੋਬਿੰਦ ਸਿੰਘ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ। ਚਲੇ ਗਏ, ਜਿਹੋ ਜਿਹਾ ਘਰ ਦਾ ਖੁੱਲਾ ਡੁੱਲਾ ਮਾਹੌਲ ਸੀ ਦੇਖਿਆ, ਗੁਰਦੁਆਰੇ ਦਾ ਰੂਹਾਨੀ ਮਾਹੌਲ, ਹਵਾ ਹਰਾ ਮਾਹੌਲ, ਲੰਗਰ ਪੱਕ ਰਿਹਾ, ਖੁਸ਼ਬੂਆਂ ਆ ਰਹੀਆਂ ਨੇ, ਤੇ ਬੈਠ ਕੇ ਲੰਗਰ ਵਿੱਚ ਜਾ ਕੇ ਲੰਗਰ ਵਿੱਚ ਜਾਂਦੇ ਹੀ ਲੰਗਰ ਵਿੱਚ ਬੈਠ ਗਏ। ਭੁੱਖ ਸੀ ਨਾ, ਕੱਲ ਦਾ ਵਰਤ ਸੀ, ਸ਼ਾਮ ਦੀ ਮਿੱਠੀ ਰੋਟੀ ਭੋਰਾ ਖਾਧੀ ਸੀ ਤੇ ਅੱਜ ਭੁੱਖ ਬਹੁਤ ਲੱਗੀ ਸੀ, ਤੇ ਸੋਚਦੇ ਪਏ ਨੇ, ਡਰਦੇ ਪਏ ਨੇ ਕਿ ਅੱਜ ਮੈਨੂੰ ਇੱਥੋਂ ਫੇਰ ਕੋਈ ਉਠਾਊਗਾ, ਕੱਪੜੇ ਮੀੜੇ ਤਾਂ ਪਾਟੇ ਪਏ ਨੇ, ਦੇਖਣ ਨੂੰ ਲੱਗਦਾ ਵੀ ਇਹ ਕਿਵੇਂ ਹੈ। ਪਰ ਹੈ ਸੋਹਣਾ ਸੁਨੱਖਾ ਨੌਜਵਾਨ ਸੀ, ਮਨ ਵਿੱਚ ਘਬਰਾਹਟ ਕੇ ਇੱਥੋਂ ਮੈਨੂੰ ਕੋਈ ਉਠਾ ਨਾ ਦੇਵੇ। ਕਹਿੰਦੇ ਇੱਕ ਸਿੰਘ ਆਇਆ ਪਿਆਰ ਵਾਲਾ, ਕਹਿੰਦਾ ਗੁਰਮੁਖੋ ਪ੍ਰਸ਼ਾਦਾ ਛਕੋਗੇ, ਲੱਸੀ ਛਕੋਗੇ? ਕਹਿੰਦੇ ਮੈਨੂੰ ਬੜੇ ਪਿਆਰ ਨਾਲ ਬੁਲਾਇਆ। ਕਹਿੰਦੇ ਮੇਰੇ ਤਾਂ ਪਿਆਰ ਨਾਲ ਬੁਲਾਉਣ ਵਾਲੀ ਭੁੱਖ ਲੈ ਗਈ, ਮੈਂ ਇੰਨਾ ਪਿਆਰ ਨਹੀਂ ਦੇਖਿਆ ਸੀ ਕਦੀ, ਚਾਟੀ ਦੀ ਗਾੜੀ ਲੱਸੀ ਕਹਿੰਦੇ ਮੈਨੂੰ ਬੁਲਾਈ, ਮਿੱਠੇ ਚੌਲ, ਗਰਮ ਗਰਮ ਪ੍ਰਸ਼ਾਦਾ, ਮਹਾਂ ਦੀ ਦਾਲ, ਤੇ ਪਿਆਰ ਤਾਂ ਇਹਦਾ ਮੈਨੂੰ ਮਿਲਿਆ। ਕਹਿੰਦੇ ਮੈਂ ਉੱਥੇ ਲੰਗਰ ਛਕਿਆ, ਕਹਿੰਦੇ ਲੰਗਰ ਛਕ ਕੇ ਮੈਂ ਗੁਰਦੁਆਰਾ ਸਾਹਿਬ ਦੇ ਬਾਹਰ ਨੂੰ ਤੁਰ ਪਿਆ ਤੇ ਮੈਂ ਕੀ ਦੇਖਿਆ, ਗੁਰਦੁਆਰਾ ਸਾਹਿਬ ਦੀਆਂ ਮੱਝਾਂ ਨੂੰ ਨੌਜਵਾਨ ਨਵਾ ਰਹੇ ਸੀ, ਸੋਹਣੇ ਸੋਹਣੇ ਨੌਜਵਾਨ, ਤੇ ਮੈਂ ਉਹਨਾਂ ਕੋਲ ਚਲਾ ਗਿਆ। ਮੇਰੀ ਮਾਂ ਬਹੁਤ ਦੂਰ ਨੌਕਰੀ ਕਰਦੀ ਸੀ, ਮੈਂ ਹੁਣ ਆਪਣੀ ਪੜ੍ਹਾਈ ਪੂਰੀ ਕਰਨ ਵਾਲਾ ਸੀ, ਦਿਮਾਗ ਵਿੱਚ ਕੀ ਚੱਲ ਸਕਦਾ ਹੁਣ ਮੈਂ ਵੀ ਨੌਕਰੀ ਕਰਨੀ ਹੈ। ਉਹ ਚੱਲਿਆ, ਤੁਸੀਂ ਇੱਥੇ ਨੌਕਰੀ ਕਰਦੇ ਹੋ, ਤੁਹਾਨੂੰ ਕਿੰਨੇ ਪੈਸੇ ਮਿਲਦੇ ਆ? ਮਨ ਵਿੱਚ ਖਿਆਲ ਸੀ ਮਾਂ ਬੜੀ ਦੂਰ ਨੌਕਰੀ ਕਰਦੀ ਹੈ, ਤੇ ਨੇੜੇ ਨੌਕਰੀ ਮਿਲ ਜੇ ਮੇਰੀ ਮਾਂ ਮੇਰੇ ਕੋਲ ਆ ਜੂਗੀ, ਮੈਂ ਵੀ ਨਾਲ ਨੌਕਰ ਲੱਗ ਜੂੰਗਾ। ਪੁੱਛ ਲ ਮਾਂ ਕਿੰਨੇ ਕੁ ਪੈਸੇ ਮਿਲਦੇ ਆ, ਘਰ ਦਾ ਗੁਜ਼ਾਰਾ ਹੋ ਜਾਂਦਾ। ਤੇ ਉਹ ਨੌਜਵਾਨ ਕਹਿਣ ਲੱਗੇ, ਵੀਰ ਮੇਰੇ ਅਸੀਂ ਨੌਕਰੀ ਨਹੀਂ ਕਰਦੇ, ਅਸੀਂ ਸੇਵਾ ਕਰਦੇ ਆ। ਰਾਮਦਾਸ ਕਹਿੰਦਾ ਉਹ ਕੀ ਹੁੰਦੀ ਆ? ਕਹਿੰਦੇ ਮੈਨੂੰ ਉਹਨਾਂ ਦੱਸਿਆ ਵੀ ਸੇਵਾ ਚ ਕੁਛ ਲਈਦਾ ਨੀ, ਲੈਣ ਦੀ ਇੱਛਾ ਵੀ ਨੀ ਰੱਖੀਦੀ, ਅਸੀਂ ਤਾਂ ਆਪਣਾ ਕੰਮ ਕਰ ਕਰਕੇ ਆਉਂਦੇ ਆ, ਤੇ ਗੁਰਦੁਆਰਾ ਸਾਹਿਬ ਦੀਆਂ ਮੱਝਾਂ ਨੇ ਡਵਾਉਂਦੇ ਆ, ਦੁੱਧ ਚੋਣੇ ਆ, ਲੰਗਰ ਚ ਪਾ ਜਾਂਦੇ ਆ। ਤੇ ਰਾਮਦਾਸ ਕਹਿੰਦਾ ਮੈਂ ਵੀ ਕਰ ਸਕਦਾ, ਕਿਉਂਕਿ ਡਰਦਾ ਸੀ ਵੀ ਮੇਰੇ ਕੇਸ ਨੀ ਹੈਗੇ, ਮੈਨੂੰ ਕੀ ਕਹਿਣਗੇ। ਪਰ ਗੁਰਸਿੱਖੀ ਦਾ ਪਿਆਰ ਐਡਾ, ਅੱਜ ਭਾਵੇਂ ਸਾਡੇ ਵਿੱਚ ਮੇਰੇ ਵਰਗੇ ਆਗੂ ਹੋਣਗੇ ਜਾਂ ਇਹੋ ਜਿਹੇ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਹੋਣਗੇ ਜਿਹੜੇ ਉਹਨਾਂ ਵੀਰਾਂ ਨੂੰ ਮਾੜੇ ਲਫ਼ਜ਼ ਵਰਤ ਲੈਂਦੇ ਨੇ, ਪਰ ਸਿੱਖ ਦੇ ਕਲਾਵੇ ਵਿੱਚ ਹਰ ਗੁਰਸਿੱਖ ਨੂੰ, ਹਰ ਮਾਈ ਭਾਈ ਨੂੰ, ਭਾਵੇਂ ਕੇਸ ਰੱਖੇ ਆ, ਭਾਵੇਂ ਨਹੀਂ ਰੱਖੇ, ਭਾਵੇਂ ਕਰਮ ਕਰਦਾ, ਭਾਵੇਂ ਕੁਛ ਕਰਦਾ, ਆਪਣੇ ਕਲਾਵੇ 'ਚ ਘੁੱਟ ਕੇ ਲੈਂਦੇ ਨੇ। ਭਗਤ ਜੀ ਕਹਿੰਦੇ ਮੈਨੂੰ ਇੰਨਾ ਪਿਆਰ ਦਿੱਤਾ ਉਹਨਾਂ ਨੇ, ਮੈਂ ਤਾਂ ਰੱਜ ਗਿਆ, ਮੈਂ ਰੱਜ ਗਿਆ। ਕਹਿੰਦੇ ਬਸ ਮੈਂ ਅੰਦਰੋਂ ਤ੍ਰਿਪਤ ਹੁੰਦਾ ਜਾ ਰਿਹਾ ਸੀ, ਮੈਂ ਉਹ ਮੱਝਾਂ ਕੋਲ ਉੱਠਿਆ, ਮੈਂ ਰੇਰੂ ਸਾਹਿਬ ਦੇ ਮਿਊਜ਼ੀਅਮ ਵਿੱਚ ਜਾ ਵੜਿਆ, ਪਹਿਲੀ ਵਾਰ ਦੇਖਿਆ
ਤੱਤੀ ਤਵੀ ਤੇ ਬੈਠਾ ਗੁਰੂ ਅਰਜਨ। ਕਹਿੰਦੇ ਮੈਂ ਦੇਖਦਾ ਰਿਹਾ, ਮੈਂ ਦੇਖਦਾ ਰਿਹਾ ਤੇ ਰੋਂਦਾ ਰਿਹਾ ਰੋਂਦਾ ਰਿਹਾ। ਮੈਨੂੰ ਪਤਾ ਨੀ ਲੱਗਿਆ ਅੱਜ ਤੱਕ ਮੈਂ ਫਤਿਹਗੜ੍ਹ ਸਾਹਿਬ ਦੇ ਗੁਆਂਢ ਚ ਬੈਠਾ। ਇੱਕ ਵਾਰ ਫਤਿਹਗੜ੍ਹ ਗਿਆ ਸੀ, ਮੁੜ ਕੇ ਮੌਕਾ ਨੀ ਮਿਲਿਆ। ਅੱਜ ਸੋਭੀ ਮੈਂ ਰੇਰੂ ਸਾਹਿਬ ਆ ਗਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਹਿੰਦਾ ਵੇਖਿਆ। ਪਤਾ ਲੱਗਿਆ ਜਨੇਊ ਲਾ ਰਿਹਾ ਸੀ ਔਰੰਗਜ਼ੇਬ ਤੇ ਗੁਰੂ ਨੇ ਆਪਣਾ ਸਿਰ ਹੀ ਲਹਾ ਲਿਆ। ਕਮਾਲ ਹੋ ਗਈ। ਕਹਿੰਦੇ ਮੇਰੇ ਨਿੱਤਰ ਭਰੇ ਰਹੇ, ਮੈਂ ਕੱਲੀ ਕੱਲੀ ਤਸਵੀਰ ਵੇਖਦਾ ਰਿਹਾ। ਸ਼ਾਮ ਦਾ ਵਕਤ ਹੋ ਗਿਆ, ਉਧਰ ਸੋਧਰ ਦਾ ਦੀਵਾਨ ਲੱਗ ਗਿਆ। ਮੈਂ ਦੇਖਿਆ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਦੀਵਾਨ ਚ ਬੈਠੇ ਨੇ, ਨਾਲ ਕੁਝ ਨੌਜਵਾਨ ਬੈਠੇ ਨੇ, ਦੇਖਣ ਨੂੰ ਫੌਜੀ ਲੱਗਦੇ ਨੇ, ਸੋਹਣੇ ਸੁਨੱਖੇ ਨੇ। ਮੈਨੂੰ ਲੱਗਿਆ ਜਿਵੇਂ ਕੋਈ ਪਰਿਵਾਰ ਹੀ ਬੈਠਾ ਹੋਵੇ। ਕਹਿੰਦੇ ਰਲ ਕੇ ਹਰਾਸ ਦਾ ਪਾਠ ਕੀਤਾ, ਮੁੜ ਕੇ ਵਿਚਾਰਾਂ ਹੋਈਆਂ ਅਧਿਆਤਮਕਵਾਦ ਦੀਆਂ। ਕਹਿੰਦੇ ਮੈਂ ਸੁਣੀ ਜਾਵਾਂ ਤੇ ਗਦਗਦ ਹੋਈ ਜਾਵਾਂ, ਕਿਉਂਕਿ ਅੰਦਰ ਮਾਂ ਨੇ ਭਾਂਡਾ ਤਿਆਰ ਕਰ ਦਿੱਤਾ ਸੀ। ਪਿਆਰ ਵਾਲਿਓ, ਭਾਂਡਾ ਤਿਆਰ ਹੋਵੇ ਤਾਂ ਹੀ ਵਸਤ ਟਿਕਦੀ ਹੈ, ਨਹੀਂ ਤਾਂ ਗੱਲਾਂ ਰੁੱਖੀਆਂ ਲੱਗਦੀਆਂ। ਜਦ ਰੱਬ ਦੀਆਂ ਗੱਲਾਂ ਹੋਈਆਂ, ਕਹਿੰਦੇ ਮੇਰੇ ਅੰਦਰ ਠੰਡ ਪੈਂਦੀ ਜਾਵੇ। ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਨੇ ਬੜੀਆਂ ਪਿਆਰ ਦੀਆਂ ਗੱਲਾਂ, ਵਿਸਮਾਦ ਦੀਆਂ ਗੱਲਾਂ ਸੰਗਤਾਂ ਨੂੰ ਸੁਣਾਈਆਂ ਤੇ ਮੇਰਾ ਜੀ ਕਰੇ ਮੈਂ ਉੱਥੇ ਹੀ ਟਿਕ ਜਾਵਾਂ। ਪਰ ਮਾਂ ਜਾ ਤਾਂ ਆਵੇ ਕਿ ਲਾਹੌਰ ਬੈਠੀ ਹੈ, ਉਹਦੇ ਕੋਲ ਜਾਣਾ ਹੈ। ਕਹਿੰਦੇ ਮੈਂ ਉੱਥੋਂ ਬਸ, ਕਹਿੰਦੇ ਉਦਣ ਮੇਰਾ ਗੁਰੂ ਨਾਨਕ ਦੇ ਘਰ ਵਿੱਚ ਜਨਮ ਹੋ ਗਿਆ, ਜਿੱਦਣ ਮੈਂ ਰੇਰੂ ਸਾਹਿਬ ਦੇ ਦਰਸ਼ਨ ਕੀਤੇ। ਕਹਿੰਦੇ ਉਹ ਦਿਨ ਗਿਆ ਤੇ ਆਹ ਦਿਨ ਆਇਆ, ਮੇਰਾ ਹੁਣ ਨਾਨਕ ਤੋਂ ਬਿਨਾਂ ਕੋਈ ਨਹੀਂ ਹੈ, ਮੇਰਾ ਕੋਈ ਨਹੀਂ ਹੈ। ਅੱਬੇ ਸਾਖ ਕੁੜਾਵੇ ਡਿੱਠੇ ਪੱਲੇ ਤੈਂਡੀ ਲਾਗੀ। ਇਹ ਭਗਤ ਜੀ ਨੇ ਵਿਆਹ ਕਰਾਇਆ ਗੁਰੂ ਗ੍ਰੰਥ ਸਾਹਿਬ ਨਾਲ। ਆਪਾਂ ਤਾਂ ਲਾਵਾਂ ਮੈਨੂੰ ਖਿਮਾ ਕਰਨਾ ਕਹਿ ਲੈਂਦੇ ਨਾ, ਲਾਵਾਂ ਵੇਲੇ ਪੜ੍ਹ ਦਿੰਦੇ ਹਾਂ ਨਾ, ਉੱਥੇ ਦਾ ਇੱਕ ਸੁਨੇਹਾ ਹੁੰਦਾ ਵੀ ਹੁਣ ਜਿਹੜਾ ਪੱਲੇ ਲੱਗਣ ਦੀ ਰਸਮ ਹੋ ਰਹੀ ਹੈ ਇਹ ਤਾਂ ਇੱਕ ਟ੍ਰਾਇਲ ਹੈ, ਅਸਲੀ ਪੱਲੇ ਲੱਗਣਾ ਤਾਂ ਅਜੇ ਬਾਕੀ ਹੈ। ਯਾਦ ਰੱਖੀ ਇਹ ਸਾਰੇ ਸਾਕ ਛੱਡ ਕੇ ਅੱਬੇ ਸਾਕ ਕੜਾਵੇ ਡਿੱਠੇ ਪੱਲੇ ਤੈਂਡੇ ਲਾਗੀ। ਤੇ ਭਗਤ ਜੀ ਸੱਚਮੁੱਚ ਉਹ ਦਿਨ ਗੁਰੂ ਗ੍ਰੰਥ ਸਾਹਿਬ ਨੇ ਜਿਵੇਂ ਵਿਆਹ ਹੀ ਕਰਾ ਲਿਆ। ਉਹ ਮੁੜ ਕੇ ਸਾਰੀ ਉਮਰ ਵਿਆਹ ਕਰਾਉਣ ਦਾ ਭਗਤ ਜੀ ਨੇ ਇੱਕ ਟੈਕਟ ਲਿਖਿਆ, ਕਹਿੰਦੇ ਮੈਨੂੰ ਆਪਣਾ ਵਿਆਹ ਕਰਾਉਣ ਦਾ ਖਿਆਲ ਕਿਉਂ ਨਾ ਆਇਆ। ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਿਆ, ਸੇਵਾ ਦੇ ਵਿੱਚ ਵਕਤ ਦਾ ਹੀ ਸਮਝ ਹੀ ਨਹੀਂ ਆਈ ਕਿ ਸਮਾਂ ਨਿਕਲ ਗਿਆ। ਜਦ ਸਮਾਂ ਨਿਕਲਿਆ ਕਿਸੇ ਨੇ ਯਾਦ ਕਰਾਇਆ, ਕਹਿੰਦੇ ਹੁਣ ਤਾਂ ਸਮਾਂ ਨਿਕਲ ਗਿਆ ਤੇ ਸੱਚਮੁੱਚ ਮੇਰਾ ਤਾਂ ਵਿਆਹ ਗੁਰੂ ਗ੍ਰੰਥ ਨਾਲ ਹੋ ਚੁੱਕਿਆ। ਉਹ ਤਾਂ ਮੇਰਾ ਪੁਰਖ ਹੈ ਤੇ ਮੈਂ ਉਹਦੀ ਨਾਰ ਹਾਂ ਤੇ ਮੈਂ ਉਹਦੇ ਪਿਆਰ ਵਿੱਚ ਹਾਂ, ਮੈਨੂੰ ਕੋਈ ਘਾਟ ਨਾ ਹੈ। ਪਿਆਰ ਵਾਲਿਓ, ਅਸੀਂ ਵੀ ਗੁਰਦੁਆਰੇ ਆਉਂਦੇ ਹਾਂ, ਹੁਣ ਮੁਲਾਂਕਣ ਕਰੀਏ। ਕਹਿੰਦੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਗਰੇਨ, ਜੇ ਸਤਿਗੁਰ ਭਾਵੈ ਸੇ ਮੰਨ ਲੈਣ। ਉਹ ਗੁਰੂ ਦੀ ਗੱਲ ਮੰਨ ਲੈਣੀ ਹੈ। ਰਾਮ ਜੀ ਦਾਸ ਇੱਕ ਵਾਰ ਹੀ ਗੁਰਦੁਆਰੇ ਗਿਆ, ਬਸ ਉਹ ਦਿਨ ਦਾ ਉੱਥੇ ਹੀ ਰਹਿ ਗਿਆ। ਪਿਆਰ ਵਾਲਿਓ, ਅਸੀਂ ਕਿੰਨੀ ਵਾਰੀ ਆਉਂਦੇ ਹਾਂ, ਅਰਦਾਸ ਕਰਦੇ ਹਾਂ। ਮੈਂ ਅੱਗੇ ਚੱਲਣਾ ਭਗਤ ਦੇ ਜੀਵਨ ਦੀਆਂ ਕੁਛ, ਇਹ ਪੈਦਾ ਭਗਤ ਦਾ ਜੀਵਨ ਸ਼ੁਰੂ ਹੋਇਆ। ਮਾਂ ਕੋਲੇ ਚਲੇ ਗਏ 1924 ਦੇ ਵਿੱਚ ਲਾਹੌਰ। ਉਸ ਵਕਤ ਮਾਤਾ ਜੀ ਸੰਤ ਗੰਗਾ ਰਾਮ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਸਨ, ਝਾੜੂ ਲਾਉਣਾ ਨੌਕਰੀ ਕਰਨੀ, ਮਰੀਜ਼ਾਂ ਦੀ ਸੇਵਾ ਕਰਨੀ। ਤੇ ਭਗਤ ਜੀ ਦੇ ਮਨ ਚ ਗੱਲ ਬਹਿ ਗਈ, ਕਹਿੰਦੇ ਮਾਂ ਨੌਕਰੀ ਕਰਨੀ ਹੈ ਤਾਂ ਸਿੱਖ ਦੇ ਘਰ ਕਰਨੀ ਹੈ, ਬੜੇ ਉੱਚੇ ਸੁੱਤੇ ਜੀਵਨ ਵਾਲੇ ਹੁੰਦੇ ਨੇ, ਤੇਰਾ ਜੀਵਨ ਬਦਲ ਦੇਣਗੇ। ਉੱਥੇ ਇੱਕ ਚੱਕੀ ਵਾਲਾ ਮਿਲ ਗਿਆ, ਪਤਾ ਲੱਗਿਆ ਉਹਦੇ ਘਰ ਵਿੱਚ ਨੌਕਰੀ ਦੀ ਲੋੜ ਹੈ। ਉਹਦਾ ਨਾਮ ਸੀ ਹਰਨਾਮ ਸਿੰਘ ਲਾਹੌਰ ਦੇ ਵਿੱਚ। ਮਾਂ ਨੂੰ ਕਹਿੰਦੇ ਛੱਡ ਗੰਗਾ ਰਾਮ ਹਸਪਤਾਲ ਦੀ ਨੌਕਰੀ, ਆ ਸਿੱਖ ਦੇ ਘਰ ਝਾੜੂ ਲਾਇਆ ਕਰ। ਮਾਂ ਨੂੰ ਉੱਥੋਂ ਹਟਾ ਕੇ ਹਰਨਾਮ ਸਿੰਘ ਚੱਕੀ ਵਾਲੇ ਦੇ ਘਰ ਨੌਕਰੀ ਖਾ ਦਿੱਤਾ। ਤੇ ਭਗਤ ਜੀ ਉਦੋਂ ਦੂਜੇ ਪਾਸੇ ਦਸਵੀਂ ਦੇ ਇਮਤਿਹਾਨ ਚੋਂ ਫੇਲ ਹੋ ਗਏ ਸੀ। ਲਗਨ ਸੀ ਜਾਂ ਕਿਵੇਂ ਸੀ ਜਾਂ ਪਰਿਵਾਰ ਦਾ ਮਾਹੌਲ ਸੀ, ਦਸਵੀਂ ਦਾ ਇਮਤਿਹਾਨ ਖੰਨੇ ਲੁਧਿਆਣੇ ਦਿੱਤਾ ਸੀ, ਉਹ ਚੋਂ ਫੇਲ ਹੋ ਗਏ। ਲਾਹੌਰ ਜਾ ਕੇ ਦੁਬਾਰਾ ਦਾਖਲ ਹੋਏ ਦਸਵੀਂ ਦੇ ਵਿੱਚ, ਉਹ ਹਰਨਾਮ ਸਿੰਘ ਜੀ ਨੇ ਦਾਖਲ ਕਰਵਾ ਦਿੱਤਾ ਖਾਲਸਾ ਹਾਈ ਸਕੂਲ ਲਾਹੌਰ ਦੇ ਵਿੱਚ। ਭਗਤ ਜੀ ਨੂੰ ਬੋਰਡਿੰਗ ਸਕੂਲ ਚ ਪਾ ਦਿੱਤਾ ਤੇ ਮਾਤਾ ਜੀ ਨੌਕਰੀ ਕਰਨ ਲੱਗ ਗਏ। ਤੇ ਛੁੱਟੀਆਂ ਦੇ ਵੇਲੇ ਜਦੋਂ ਬੋਰਡਿੰਗ ਸਕੂਲ ਦੇ ਵਿੱਚ ਹੋਸਟਲ ਦੇ ਵਿੱਚ ਛੁੱਟੀਆਂ ਹੋ ਗਈਆਂ ਤਾਂ ਭਗਤ ਜੀ ਹਰਨਾਮ ਸਿੰਘ ਦੇ ਘਰ ਮਾਂ ਕੋਲ ਆ ਗਏ ਤੇ ਹਰਨਾਮ ਸਿੰਘ ਨੂੰ ਗੱਲ ਦੱਸੀ। ਕਹਿੰਦੇ ਰਾਮ ਜੀ ਦਾਸ, ਮੈਂ 5 ਰੁਪਈਏ ਮਹੀਨੇ ਉੱਤੇ ਇਹਦੀ ਚੱਕੀ ਉੱਤੇ ਆਟਾ ਛਾਣਿਆ ਕਰਦਾ ਸੀ ਹਰਨਾਮ ਸਿੰਘ। ਕਹਿੰਦਾ ਗੁਰੂ ਕਾ ਲਾਹੌਰ ਗੁਰੂ ਅਰਜਨ ਦਾ ਦਰਬਾਰ ਐਡਾ ਵੱਡਾ, ਪੁੱਤ ਉੱਥੇ ਜਾ ਕੇ ਸੇਵਾ ਕਰਿਆ ਕਰ, ਅੱਜ ਮੈਂ 2700 ਰੁਪਇਆ ਇਨਕਮ ਟੈਕਸ ਭਰਨਾ। ਹਰਨਾਮ ਸਿੰਘ ਉਹ ਰਾਮ ਜੀ ਦਾਸ ਨੂੰ ਸਿੱਖਿਆ ਦੇ ਰਿਹਾ, ਪੁੱਤਰ ਮੈਂ ਕਦੀ 5 ਰੁਪਈਏ ਮਹੀਨੇ ਉੱਤੇ ਆਟਾ ਛਾਣਿਆ ਕਰਦਾ ਸੀ ਪੁੱਤਰ, ਅੱਜ ਮੈਂ 2700 ਰੁਪਇਆ ਮਹੀਨਾ ਇਨਕਮ ਟੈਕਸ ਭਰਦਾ, ਇਹ ਗੁਰੂ ਅਰਜਨ ਦੇ ਦਰਬਾਰ ਦੀ ਬਦੌਲਤ ਹੈ ਗੁਰੂ ਕੇ ਲਾਹੌਰ। ਤੂੰ ਪੁੱਤ ਉੱਥੇ ਜਾ ਕੇ ਸੇਵਾ ਕਰਿਆ ਕਰ। ਕਹਿੰਦੇ ਮੈਂ ਉੱਥੇ ਚਲਾ ਗਿਆ ਪਰ ਮੈਂ ਫਿਰ ਗੁਰੂ ਕੇ ਲਾਹੌਰ ਦਾ ਹੀ
डेरा सॉरी गुरु के लाहौर नहीं खिमा करना डेरा साहब लाहौर डेरा साहब लाहौर डेरा साहब लाहौर का ही हो गया उथे जाके सेवा करनी यात्रुआ आना लंगर छका बिस्तरे देने लंगर दे सेवा करनी सवेरे ठंड आनी रागी सिंह ने कीर्तन करना गिठा बाल के रख देना पर सारा दिन भजे रठे ही करना कहते समा गुजरता गया मां बीमार हो गई कहती पिंड जाना मैं पिंड लैके आ गया उथे थां ना मिलिया मैं गुरुद्वार कई थावान लई फिरिया मेनू गुरुद्वार की ड्योडिया च थां मिली आखिर मेरी मां विलकदी गुरुद्वारा शहरटा साहब की विलगन दे विच रब नूं प्यारी हो गई। यह गल 1930 दी है। भगत जी वापस डेरा साहब लाहौर चले गए। बस ओ दिन गया ते ओ दिन आया भगत जी ने गुरु दा दर गुरु दरबार गुरु अर्जन साहब दा डेरा साहब नहीं छड़िया। यह 1947 की जदों वंड होई उदों भगत जी उत्थों इंडिया आए ते 1930 दे विच माता जी अकाल चलाना कर गए। 1934 घटना वापरी कि आ एक लूला जिदा ना भगत जी ने प्यारा रखिया उत्थे कोई छड़ गया ते प्रबंधकों ने कहा भगत दी झोली पा दवो सेवादार बंदा संभाल लवेगा। बस ओ लूला ओ प्यारा भगत दी झोली विच पिया ते पिंगलवाड़े का जन्म होया। भावे पिंगलवाड़े की असली स्थापना तो 1947-48 वंड तो बाद हुई पर असली जन्म 1934 जो ये बच्चा भगत नूं दिता। भगत जी अपन जीवन कहानियां च लिखते ने कहिंदे अज मेरा प्यारा 50 वरिया का हो गया मेरे प्यारे दे सोहने केस ने उन्हूं इन्ना प्यार करते सन ना गोदी विच बिठा के उन्हूं बाणी पढ़ाउणी बाणी सुनाउणी उहदे केसां नूं सवारना सिर ते सोहना जूड़ा करना ते देख देख रज्जणा ना प्यारे नूं ए प्यार सी भगत जी के प्यारे दा प्यार वाले हो। भगत जी के जीवन के कुछ गुण दृष्टांत मात्र मैं तुहाडे ध्यान च लियाउणे ने। सब तो वड्डा भगत जी का गुण रब ते भरोसा। मैं अपने कन्नी भगत जी के मूहों चला चला के सुनदा देखिया भगत जी कहा करदे सन कहिंदे रब अपने प्यारे बंदिआं नूं कोई फुरने दिया करदा है कोई गल्लां दस्सिया करदा है ते जो वो अपने फुरने दिंदा ना ते रब नाल ही चैक कटदा करदा है। मैनूं समझ नहीं आई कह की रही। भगत जी ने फिर उच्ची आवाज चला के कहा किथे कहा मैं उहदा जिक्र वी अगे जाके करांगा। जो मैं भगत जी का मिलाप पहली बार हो शब्द मेरे अज तक मैं भगत जी देख रहा चला चला के कि कह रहे सन ओ मुंडे ओ कुड़ियो भगत जी ने यह गल 10-15 बारी कही। यह पंजाब खेतीबाड़ी यूनिवर्सिटी का मैं उदो विद्यार्थी सल 1990 की है। असी भगत जी का लैक्चर पंजाब खेतीबाड़ी यूनिवर्सिटी करवाया। मैं उदो अजे मेरा ख्याल तीसरे साल का विद्यार्थी सा खेतीबाड़ी यूनिवर्सिटी का। भगत जी ने साडे बच्चों संबोधन करने लिए आना सी। असी बाहर खड़े भगत जी नूं अड़ीक रहे सी। मेरे नाल तुसीं जानदे होवोंगे बहुत योगी बहुत वड्डे विज्ञानी पंजाब खेतीबाड़ी यूनिवर्सिटी दे सिर कट विज्ञानी जिन्हां दा काम दुनिया च बोलदा है और बड़े ही गुरमुख रूह ने डॉक्टर खेम सिंह ਉਨੀ ਸਾਡੀ ਦੋਨੀ ਦਿੱਲੀ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਈਸ ਚਾਂਸਲਰ ਹੋਇਆ ਕਰਦੇ ਸਨ। ਮੈਂ ਉਦੋਂ ਪੜ੍ਹਿਆ ਕਰਦਾ ਸੀ। ਮੇਰੇ ਸੱਜੇ ਪਾਸੇ ਡਾਕਟਰ ਖੇਮ ਸਿੰਘ ਖੜੇ ਨੇ ਖੱਬੇ ਪਾਸੇ ਮੇਰੇ ਟੀਚਰ ਖੜੇ ਨੇ ਕੁਝ ਸਾਥੀ ਖੜੇ ਨੇ ਅਸੀਂ 10-12 ਬੰਦੇ ਭਗਤ ਜੀ ਨੂੰ ਵੈਲਕਮ ਕਹਿਣ ਲਈ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਲੈ ਕੇ ਖੜੇ ਸੀ। ਕੋਈ ਸ਼ਾਮ ਦਾ 7:30 ਦਾ ਵਕਤ ਸੀ ਭਗਤ ਜੀ ਨੇ ਆਉਣਾ ਸੀ। ਸਰਦੀਆਂ ਦੇ ਦਿਨ ਸੀ ਤੁਹਾਨੂੰ ਪਤਾ ਇੰਡੀਆ ਵਿੱਚ 7:30 ਵਜੇ ਸਰਦੀਆਂ 'ਚ ਤਾਂ ਭੁੱਖ ਹਨੇਰਾ ਹੋ ਜਾਂਦਾ ਲਗਭਗ ਹਨੇਰਾ ਹੋ ਚੁੱਕਿਆ ਹੁੰਦਾ ਹੈ। ਭਗਤ ਜੀ ਆਏ ਤੇ ਅਸੀਂ ਫੁੱਲਾਂ ਦਾ ਗੁਲਦਸਤਾ ਲੈਣ ਨੂੰ ਭਗਤ ਜੀ ਨੂੰ ਦੇਣ ਲਈ ਖੜੇ ਹਾਂ। ਭਗਤ ਜੀ ਨੇ ਸਾਡੇ ਵੱਲ ਦੇਖਿਆ ਵੀ ਨਹੀਂ ਤੇ ਸਾਡੇ ਨਾਲ ਇੱਕ ਸਾਈਕਲ ਸ਼ੈੱਡ ਸੀਗਾ ਆਡੀਟੋਰੀਅਮ ਦੇ ਬਾਹਰਲੇ ਪਾਸੇ। ਭਗਤ ਜੀ ਉਹ ਸਾਈਕਲ ਸ਼ੈੱਡ ਵਿੱਚ ਵੜ ਗਏ। ਹੁਣ ਉਹ ਸਾਈਕਲ ਸ਼ੈੱਡ ਅੱਗੇ ਬੰਦ ਸੀ। ਅਸੀਂ ਸੋਚਿਆ ਵੀ ਭਗਤ ਜੀ ਨੇ ਸਾਨੂੰ ਦੇਖ ਵੀ ਲਿਆ, ਅਸੀਂ ਉਹਨਾਂ ਵਾਸਤੇ ਗੁਲਦਸਤਾ ਫੁੱਲਾਂ ਦਾ ਲਈ ਖੜੇ ਹਾਂ ਤੇ ਉੱਧਰ ਨੂੰ ਕੀ ਕਰਨ ਚਲੇ ਗਏ ਆ। ਹੁਣ ਭਗਤ ਸਿੰਘ ਕਹਿਣਾ ਕੀ ਸੀ ਉਹਨਾਂ ਨੂੰ? ਨਾ ਤਾਂ ਆਵਾਜ਼ ਮਾਰਨ ਦੀ ਹਿੰਮਤ, ਕਿਉਂਕਿ ਭਗਤ ਜੀ ਦਾ ਰੋਹਬ ਭਗਤ ਜੀ ਦੀ ਗੱਲ ਹਰ ਗੱਲ ਵਿੱਚ ਰਮਝ ਹੁੰਦੀ ਸੀ। ਮੈਂ ਅੱਗੇ ਵਧਣ ਲੱਗਿਆ, ਡਾਕਟਰ ਖੇਮ ਸਿੰਘ ਨੇ ਮੇਰੀ ਬਾਂਹ ਫੜ ਲਈ, ਕਹਿੰਦੇ ਕਾਕਾ ਖੜ ਗਿਆ। ਮੈਂ ਖੜ ਗਿਆ। ਭਗਤ ਜੀ ਅੰਦਰ ਨੂੰ ਗਏ, 4-5 ਸਾਈਕਲਾਂ ਤੋਂ ਅੱਗੇ ਗਏ, ਉੱਥੇ ਗੋਹਾ ਪਿਆ ਸੀ। ਭਗਤ ਜੀ ਨੇ ਗੋਹਾ ਹੱਥ ਨਾਲ ਚੱਕ ਲਿਆ।
ਅਸੀਂ ਫੁੱਲਾਂ ਦਾ ਗੁਲਦਸਤਾ ਲਈ ਖੜੇ ਹਾਂ ਜੋ ਭਾ ਕੱਚੀ ਹੱਥ ਗੋਹਾ ਲਈ ਸਾਡੇ ਵੱਲ ਵਧੀਆ ਡਾਕਟਰ ਕੀ ਮੇਰੇ ਹੱਥ ਚ ਗੁਲਦਸਤਾ ਫੜਿਆ ਤੇ ਡਾਕਟਰ ਖੇਮ ਸਿੰਘ ਦੇ ਬੇਟਾ ਮੈਨੂੰ ਗੁਲਦਸਤਾ ਫੜਾ ਦੇ ਤੂੰ ਗੋਹਾ ਫੜ ਲੈ ਉਹਨਾਂ ਨੇ ਮੇਰੇ ਤੋਂ ਗੁਲਦਸਤਾ ਫੜ ਲਿਆ ਤੇ ਮੈਂ ਆਏ ਹੱਥ ਰੱਖ ਲਿਆ ਕਰ ਲਿਆ ਭਗਤ ਜੀ ਨੇ ਉੱਪਰੋਂ ਗੋਹਾ ਛੱਡਿਆ ਮੇਰੇ ਹੱਥਾਂ ਨੇ ਥਾ ਮਾਰਿਆ ਤੇ ਮਾਰਿਆ ਇੱਦਾਂ ਜਿਵੇਂ ਜਾਣ ਕੇ ਮਾਰਿਆ ਹੋਵੇ ਗੋਹੇ ਦੇ ਸਾਰੇ ਛੱਡੇ ਮੇਰੀ ਕਮੀਜ਼ ਤੇ ਪੈ ਗਏ ਫਿਰ ਭਗਤ ਜੀ ਨੇ ਇੱਕ ਹੋਰ ਅਚੰਭਾ ਕੀਤਾ ਉਹ ਗੋਹੇ ਵਾਲੇ ਹੱਥ ਮੇਰੀ ਕਮੀਜ਼ ਐ ਮਾਰ ਉਹ ਦਿਨ ਗਿਆ ਤੇ ਆਹ ਦਿਨ ਆਇਆ ਮੈਨੂੰ ਭਗਤ ਦੇ ਹੱਥਾਂ ਦੀ ਸ਼ੋ ਅੱਜ ਤੱਕ ਕਰਵਾ ਲਿਆ ਡਾਕਟਰ ਖੇਮ ਸਿੰਘ ਦੇ ਹੱਥ ਤੋਂ ਆਏ ਮੈਂ ਸਟੇਜ ਦਾ ਸੰਚਾਲਨ ਕਰਨਾ ਸੀ ਤੇ ਮੇਰੇ ਟੀਚਰ ਮੈਨੂੰ ਕਹਿਣ ਲੱਗੇ ਮੇਰੇ ਸਾਥੀ ਕਹਿਣ ਲੱਗੇ ਵੀਰ ਤੂੰ ਆ ਸ਼ਰਟ ਬਦਲ ਲੈ ਤੂੰ ਸਟੇਜ ਤੇ ਸੇਵਾ ਕਰਨੀ ਚੰਗੀ ਨਹੀਂ ਲੱਗਦੀ ਤੇ ਨਾਲੇ ਮੇਰੇ ਨੇਤਰਾਂ ਚੋਂ ਨੀਰ ਵਗੀ ਜਾਵੇ ਮੈਂ ਕਿਹਾ ਵੀਰੋ ਅੱਜ ਤਾਂ ਮੈਂ ਧਰਮ ਸੰਗਠ ਚ ਹਾਂ ਹੁਣ ਮੈਂ ਸ਼ਰਟ ਬਦਲਾਂਗੇ ਇਸੇ ਸ਼ਰਟ ਨਾਲ ਸਟੇਜ ਚ ਰਾਵਾਂ ਪਿਆਰ ਵਾਲੇ ਉਹ ਨਿੱਘ ਭਗ ਜੀ ਦੇ ਹੱਥਾਂ ਦਾ ਉਹ ਗੋਹੇ ਦਾ ਨਿੱਘ ਮੈਂ ਉਹ ਗੋਹੇ ਵਾਲੀ ਸ਼ਰਟ ਨਾਲ ਹੀ ਉਦੋਂ ਸਟੇਜ ਦਾ ਸੰਚਾਲਨ ਉਹ ਉਸ ਦਿਨ ਭਗਤ ਜੀ ਸਟੇਜ ਤੇ ਖੜੇ ਮੈਨੂੰ ਉਹਦੇ ਕੰਨਾਂ ਚ ਉਹਨਾਂ ਦੇ ਸ਼ਬਦ ਅੱਜ ਤੱਕ ਗੂੰਜ ਰਹੇ ਨੇ ਉਹਨਾਂ ਨੇ 10-15 ਵਾਰੀ ਕਿਹਾ ਉਹ ਮੁੰਡਿਓ ਉਹ ਕੁੜੀਓ ਭਗਤ ਦੀ ਆਵਾਜ਼ ਚ ਐ ਦਮ ਸੀ ਜਿਵੇਂ ਭਗਤ ਸਾਰੇ ਆਰਡਰ ਨੂੰ ਉੱਡਿਆ ਖੜਦਾ ਹੋਵੇ ਮੇਰੇ ਸਿਆਣੇ ਬੰਦਿਆਂ ਦਾ ਔਰਾ ਹੁੰਦਾ ਨਾ ਗੱਲ ਕਰਦੇ ਨੇ ਉਹ ਆਏ ਬੋਰਡੇ ਚ ਕਦੀ ਉਹ ਕੋਨੇ ਖੜੇ ਤਾਂ ਸਟੇਜ ਤੇ ਸਨ ਪਰ ਉਹਨਾਂ ਦੀ ਆਵਾਜ਼ ਚ ਏਦਾਂ ਸਹੀ ਜਿਵੇਂ ਕਦੀ ਉਹ ਕੁੜੀ ਦਾ ਮੋਢਾ ਹਿਲਾ ਰਹੇ ਹੋਣ ਕਦੀ ਉਹ ਮੁੰਡੇ ਦਾ ਮੋਢਾ ਹਿਲਾ ਰਹੇ ਹੋਣ ਉਹ ਮੁੰਡਿਓ ਉਹ ਕੁੜੀਓ ਉਹ ਮੁੰਡਿਓ ਉਹ ਕੁੜੀਓ ਉਹ ਮੇਰੀ ਬਿੱਲੀ ਡਿੱਗ ਗਈ ਮੇਰੀ ਬਿੱਲੀ ਡਿੱਗ ਗਈ ਮੇਰੀ ਬਿੱਲੀ ਡਿੱਗ ਗਈ ਇਹ ਕਹਿੰਦਿਆਂ ਕਹਿੰਦਿਆਂ ਦੀ ਆਵਾਜ਼ ਥੱਲੇ ਬਹਿ ਗਈ ਅਸੀਂ ਸੋਚੀ ਬਿੱਲੀ ਕਿਹੜੀ ਡਿੱਗ ਗਈ ਇਹ ਕਹਿਣਾ ਕੀ ਚਾਹੁੰਦਾ ਹੈ ਫਿਰ ਕਿੰਨੀ ਵਾਰੀ ਫਿਰ ਕਹਿੰਦੇ ਮੇਰੀ ਬਿੱਲੀ ਡਿੱਗ ਗਈ ਮੇਰੀ ਬਿੱਲੀ ਡਿੱਗ ਗਈ ਮੇਰੀ ਬਿੱਲੀ ਡਿੱਗ ਗਈ ਆਵਾਜ਼ ਫਿਰ ਬਹਿ ਗਈ ਫਿਰ ਕਹਿੰਦੇ ਪਤਾ ਮੇਰੀ ਬਿੱਲੀ ਕਿਹੜੀ ਆ ਉਹ ਮੁੰਡਿਓ ਤੁਸੀਂ ਮੇਰੇ ਬਿੱਲੇ ਉਹ ਕੁੜੀਓ ਤੁਸੀਂ ਮੇਰੀਆਂ ਬਿੱਲੀਆਂ ਭਗਤ ਜੀ ਨੂੰ ਹਾਦਸਿਆਂ ਮਾਰਦੀ ਉਹ ਮੁੰਡਿਓ ਤੁਸੀਂ ਮੇਰੇ ਬਿੱਲੇ ਉਹ ਕੁੜੀਓ ਤੁਸੀਂ ਮੇਰੀਆਂ ਬਿੱਲੀਆਂ ਉਹਨਾਂ ਦੀ ਉਹਨਾਂ ਦੀ ਰਮ ਜੈਨੀ ਸੀ ਸਾਨੂੰ ਉਹਨੇ ਆਪਣੇ ਨਾਲ ਆਏ ਬੰਨ ਲਿਆ ਤੇ ਮੈਂ ਵੇਖ ਰਿਹਾ ਸੀ ਡਾਕਟਰ ਖੇਮ ਸਿੰਘ ਰੋ ਰਹੇ ਸਨ ਗੱਲ ਸਾਨੂੰ ਸਮਝ ਕਿਸੇ ਨੂੰ ਨਹੀਂ ਸੀ ਆ ਰਹੀ ਗੱਲ ਕਹਿਣੀ ਕੀ ਚਾਹੁੰਦੇ ਆ ਕਹਿੰਦੇ ਮੇਰੀਆਂ ਬਿੱਲੀਆਂ ਖੂਹ ਚ ਡਿੱਗ ਗਈਆਂ ਮਾਇਆ ਦੇ ਖੂਹ ਚ ਡਿੱਗ ਗਈਆਂ ਮਾਇਆ ਦੇ ਖੂਹ ਚ ਡਿੱਗ ਗਈਆਂ ਮੈਨੂੰ ਦੱਸੋ ਮੈਂ ਬਿੱਲੀਆਂ ਬਾਹਰ ਕੱਢਾਂ ਕਿ ਖੂਹ ਦਾ ਪਾਣੀ ਬਾਹਰ ਕੱਢਾਂ ਫਿਰ ਆਪੇ ਕਹਿਣ ਲੱਗੇ ਇਹ ਖੂਹਾਂ ਦੇ ਵਿੱਚੋਂ ਮਾਇਆ ਦੇ ਪਾਣੀ ਬਾਹਰ ਨਹੀਂ ਆਉਣੇ ਪੁੱਤਰੋ ਉਹ ਧੀਓ ਇਹ ਪਾਣੀ ਬਾਹਰ ਨਹੀਂ ਆਉਣੇ ਇਹ ਦੁਨੀਆ ਇੱਕ ਮਾਇਆ ਦਾ ਐਸਾ ਖੂਹ ਹੈ ਤੁਹਾਨੂੰ ਆਪਣੇ ਆਪ ਨੂੰ ਬਾਹਰ ਕੱਢਣਾ ਪੈਣਾ ਤੁਹਾਨੂੰ ਆਪਣੇ ਆਪ ਨੂੰ ਬਾਹਰ ਕੱਢਣਾ ਪੈਣਾ ਹੈ ਉਹ ਦਿਨ ਭਗਤ ਜੀ ਨੇ ਬਾਰ ਬਾਰ ਕਿਹਾ ਪੁੱਤਰੋ ਧੀਓ ਮੁੰਡਿਓ ਕੁੜਿਓ ਉਹ ਤੁਹਾਡੇ ਦਿਲ ਦਿਮਾਗ ਵਿੱਚ ਰੱਬ ਫੁਰਨੇ ਦਊਗਾ ਤੁਹਾਨੂੰ ਚੰਗੀਆਂ ਚੰਗੀਆਂ ਗੱਲਾਂ ਦੱਸੂਗਾ ਮੈਨੂੰ ਵੀ ਦੱਸਦਾ ਹੈ ਉਹ ਗੱਲਾਂ ਨੂੰ ਛੱਡਿਓ ਨਾ ਜਦੋਂ ਮਨ ਵਿੱਚ ਕੋਈ ਚੰਗਾ ਫੁਰਨਾ ਆ ਗਿਆ ਉਹਨੂੰ ਅਮਲ 'ਚ ਲਿਆ ਦਿਓ ਯਾਦ ਰੱਖਿਓ ਜਿੱਦਣ ਰੱਬ ਫੁਰਨਾ ਦਿੰਦਾ ਨਾਲ ਇੱਕ ਚੱਟ ਕੱਟਦਾ ਉਸ ਫੁਰਨੇ ਨੂੰ ਪੂਰਾ ਕਰਨ ਲਈ ਜਿੰਨੇ ਪੈਸੇ ਜਿੰਨੇ ਸਾਧਨ ਜਿੰਨੀ ਤਾਕਤ ਚਾਹੀਦੀ ਹੈ ਰੱਬ ਉਹਦਾ ਚੈੱਕ ਕੱਟ ਕੇ ਨਾਲ ਹੀ ਭੇਜ ਦਿੰਦਾ ਪਰ ਚੈੱਕ ਰਿਲੀਜ਼ ਉਦਣ ਹੁੰਦਾ ਜਿੱਦਣ ਰੱਬ ਤੁਹਾਡੇ ਸਿਰਕ ਨੂੰ ਪਰਖ ਲੈਂਦਾ ਤੁਹਾਡੇ ਸਬਕ ਨੂੰ ਪਰਖ ਲੈਂਦਾ ਇਹ ਬੜੀ ਵੱਡੀ ਗੱਲ ਸੀ ਜਿਹੜੀ ਭਗਤ ਜੀ ਦੀ ਕਹੀ ਹੋਈ ਮੇਰੇ ਅੰਦਰ ਐਡਾ ਵੱਡਾ ਪਾਲ ਪਾ ਗਈ ਜਿਹੜਾ ਮੈਨੂੰ ਕਦੀ ਨਹੀਂ ਭੁੱਲਦਾ ਭਗਤ ਜੀ ਕਹਿੰਦੇ ਕੰਮ ਨੂੰ ਹੱਥ ਪਾ ਲਵੋ ਕੰਮ ਰੱਬ ਦਾ ਹੋਵੇ ਤੇ ਫਿਕਰ ਤੁਸੀਂ ਕਰੋ ਤੁਸੀਂ ਪਾਗਲ ਨਹੀਂ ਤਾਂ ਹੋਰ ਕੀ ਹੋ ਕੰਮ ਤਾਂ ਰੱਬ ਦਾ ਤੁਸੀਂ ਫਿਕਰ ਕਿਉਂ ਕਰਦੇ ਹੋ ਭਰੋਸਾ ਕਿੱਡਾ ਸੀ ਡੇਰਾ ਸਾਹਿਬ ਲਾਹੌਰ ਭਗਤ ਜੀ ਨਾਲ ਪਿਆਰਾ ਕਮਰਾ ਨਹੀਂ ਮਿਲਿਆ ਹੁਣ ਆਪਾਂ ਗੁਰਦੁਆਰੇ ਜਾਈਏ ਆਪਾਂ ਕਹਿੰਦੇ ਕਮਰਾ ਤੇ ਕਮਰਾ ਵੀ ਏਸੀ ਮਿਲ ਜਾਵੇ ਹੈ ਨਾ ਅਸੀਂ ਛੋਟੇ ਜਿਹੜੇ ਹੁੰਦੇ ਸੀ ਮਾਂ ਬਾਪ ਨਾਲ ਦਰਬਾਰ ਸਾਹਿਬ ਜਾਣਾ ਮੈਨੂੰ ਯਾਦ ਹੈ ਉਹ ਪਰਕਰਮਾ ਜੀ ਸੌਂ ਜਾਈਦਾ ਸੀ ਉਦੋਂ ਇੱਕ ਅਕਾਲ ਸਰਾਂ ਹੁੰਦੀ ਸੀਗੀ ਨਾ ਤੇ ਬਸ ਹੋਰ ਕੁਛ ਨਹੀਂ ਸੀ ਹੁੰਦਾ ਹੁਣ ਤਾਂ ਬੜੀਆਂ ਸਰਾਵਾਂ ਨੇ ਤੇ ਹੁੰਦਾ ਵੀ ਕਮਰਾ ਵਧੀਆ ਮਿਲ ਜੇ ਭਗਤ ਜੀ ਨੂੰ ਕਿੰਨੇ ਸਾਲ ਕਮਰਾ ਨਹੀਂ ਮਿਲਿਆ ਟੀਨ ਵਾਲੀ ਛੱਤ ਥੱਲੇ ਪਿਆਰੇ ਨੂੰ ਲੈ ਕੇ ਬੈਠੇ ਨੇ ਗਿੱਲਾ ਨਹੀਂ ਕੀਤਾ ਪ੍ਰਬੰਧਕਾਂ ਨੂੰ ਵੀ ਮੈਂ ਸਵੇਰ ਤੋਂ ਸ਼ਾਮ ਤੱਕ ਕੋਈ ਪੈਸਾ ਨਹੀਂ ਲੈਂਦਾ ਡੇਰਾ ਗੁਰਦੁਆਰਾ ਸਾਹਿਬ ਤੋਂ ਲਾਹੌਰ ਤੋਂ ਲੰਗਰ ਭਾਂਡੇ ਮਾਂਜਦਾ ਲੰਗਰ ਤਿਆਰ ਕਰ ਰਹਾ ਸਰੋਵਰ ਸਾਫ਼ ਕਰਦਾ ਯਾਤਰੀਆਂ ਨੂੰ ਕੱਪੜੇ ਦਿੰਦਾ ਦਿਨ ਰਾਤ ਕਮਰਾ ਹੋਇਆ ਭੱਜਿਆ ਫਿਰਦਾ ਉਹ ਮੇਰੇ ਲੱਗਾ ਹੋਵੇਗੀ ਯਾਰ ਮੈਨੂੰ ਵਧੀਆ ਕਮਰਾ ਤਾਂ ਦਿਓ ਕਦੀ ਗਿੱਲਾ ਹੀ ਨਹੀਂ ਕੀਤਾ ਉਪਰੋਂ ਤੇਲ ਚੋਂ ਜਾਣੀ ਰਾਤ ਨੂੰ ਥਰ ਥਰ ਕੰਬਣਾ ਪਿਆਰੇ ਦੀ ਤੇ ਭਗਤ ਜੀ ਨੇ ਵੀ ਕਿਸੇ ਨੂੰ ਕਹਿਣਾ ਹੀ ਨਾ ਮੈਨੂੰ ਕਮਰਾ ਦਿਓ ਦੇਖੋ ਸਿਰਕ ਕਿੰਨਾ ਉਹ ਕਹਿੰਦੇ ਰੱਬਾ ਉਹ ਮੇਰਾ ਦੇਖਦਾ ਨੀ ਉਪਰੋਂ
ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕੀ ਤਾਂ ਤਾਂ ਉੱਠ ਪਵੇ ਕਹਿੰਦੇ ਮੈਂ ਪੱਲੇ ਦੇਣ ਦੇ ਲੱਗੀ ਹੋ ਤੈਨੂੰ ਪਤਾ ਨੀ ਮੇਰੇ ਪਤੀ ਨੂੰ ਮੈਂ ਕਿਉਂ ਕਹਾਂ ਤੂੰ ਹੁਣ ਆਪੇ ਇੰਨਾ ਪਿਆਰ ਕਰਦੇ ਸੀ ਰੱਬ ਨੂੰ ਰੋਂਦੇ ਸਨ ਬਹੁਤ ਵਿਰਾਗ ਰੱਬਾ ਤੈਨੂੰ ਨੀ ਦਿਸਦਾ ਤੈਨੂੰ ਨੀ ਦਿਸਦਾ ਮੈਂ ਕਿਉਂ ਕਹਾਂ ਤੂੰ ਦੇਖ ਆਪੇ ਇੱਕ ਆ ਗਿਆ ਬੰਦਾ ਮੇਰੇ ਰਹਿ ਗਿਆ ਕਹਿੰਦਾ ਜੀ 5 ਲੱਖ ਰੁਪਿਆ ਟਿੰਗਲ ਵਾਲੇ ਦੀ ਲੈ ਲਓ ਰਸੀਦ ਮੈਨੂੰ 10 ਲੱਖ ਦੀ ਦੇ ਦਿਓ ਭਗਤ ਜੀ ਕੋਲੇ ਰੋਟੀ ਨਹੀਂ ਸੀ ਸ਼ਾਮ ਨੂੰ ਮਰੀਜ਼ਾਂ ਨੂੰ ਦੇਣ ਨੂੰ ਹੁਣ 5 ਲੱਖ ਮੇਰੇ ਅੱਗੇ ਪ੍ਰਬੰਧਕ ਹੋ ਗਏ ਯਾਰ ਆਇਆ ਲੈ ਲਓ ਤਾਂ ਗਏ ਸੀ 10 ਲੱਖ ਜਦੋਂ ਪਾ ਲਾਂਗੇ ਖਰਚੇ ਖੁਰਚੇ ਆਪਾਂ ਤਾਂ ਆਈ ਕਰਦੇ ਹਾਂ ਮੇਰੇ ਅੱਗੇ ਪ੍ਰਬੰਧਕ ਰੋਟੀ ਨਹੀਂ ਮਿਲਦੀ ਮੇਰੇ ਮਰੀਜ਼ਾਂ ਨੂੰ ਆ 5 ਲੱਖ ਲੈ ਕੇ ਆ ਗਿਆ ਤਾਂ ਕੀ ਹੋ ਗਿਆ ਪਰ ਭਗਤ ਇੱਦਾਂ ਦਾ ਨਹੀਂ ਸੀਗਾ ਕਹਿੰਦਾ ਜਾ ਭਰਾ ਆਪਣੇ ਘਰ ਨੂੰ ਉਹ ਮੇਰੇ ਮਰੀਜ਼ਾਂ ਦਾ ਫਿਕਰ ਮੇਰੇ ਰੱਬ ਨੂੰ ਆ ਤੈਨੂੰ ਉਹਦਾ ਫਿਕਰ ਨਹੀਂ ਆ ਮੇਰਾ ਯਾਰ ਐਡੀ ਵੱਡੀ ਰੂਹ ਐਡੀ ਵੱਡੀ ਰੂਹ ਪਿਆਰ ਵਾਲੇ ਉਹ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਮਜ਼ਾ ਇਹ ਹੈ ਕਿ ਦਰਬਾਰ ਤੋਂ ਬਾਹਰ ਨਿਕਲਦੀਆਂ ਭਗਤ ਦੀਆਂ ਗੱਲਾਂ ਹਿਰਦੇ ਵਿੱਚ ਇੰਨੀ ਡੂੰਘਾਈ ਤੱਕ ਅਸਰ ਕਰ ਜਾਣ ਪੈਸਾ ਨਾ ਦਿਖੇ ਰੱਬ ਦਿਖੇ ਵੀ ਜੇ ਮੈਂ ਕੰਮ ਨੂੰ ਹੱਥ ਪਾਇਆ ਕੰਮ ਰੱਬ ਦਾ ਮੇਰਾ ਨਹੀਂ ਹੈ ਪਿਆਰ ਵਾਲਿਓ ਇਹ ਭਗਤ ਜੀ ਦਾ ਅਤੁੱਟ ਭਰੋਸਾ ਸੀ ਗਿੱਲਾ ਕੋਈ ਮੈਨੂੰ ਯਾਦ ਆ ਗਿਆ ਭਗਤ ਜੀ ਜਦੋਂ 1947 ਤੋਂ ਬਾਅਦ ਇੰਡੀਆ ਆ ਗਏ ਤਾਂ ਲਗਭਗ ਹਫ਼ਤਾ ਭਗਤ ਜੀ ਨੂੰ ਖਾਣ ਨੂੰ ਕੱਖ ਨਹੀਂ ਮਿਲਿਆ ਇੱਕ ਦਿਨ ਕਹਿੰਦੇ ਭੁੱਖਾ ਭਾਣਾ ਵਿਚਾਰਾ ਬੈਠਾ ਭਗਤ ਇੱਕ ਕਾਂ ਦੇ ਮੂੰਹ ਚੋਂ ਟੁਕੜਾ ਗਿਰ ਗਿਆ ਰੋਟੀ ਦਾ ਭਗਤ ਜੀ ਕਹਿੰਦੇ ਅੱਧਾ ਮੈਂ ਖਾਧਾ ਤੇ ਅੱਧਾ ਪਿਆਰੇ ਨੇ ਖਾਧਾ ਪਿਆਰ ਵਾਲਿਓ ਲੋਕੀ ਗੱਲਾਂ ਕਰਦੇ ਨੇ ਪੂਰਨ ਸਿੰਘ ਨੂੰ ਮਦਰ ਟਰੇਸਾ ਨਾਲ ਕੰਪੇਅਰ ਕਰਦੇ ਨੇ ਉਹ ਮੈਂ ਕਹਿੰਦਾ ਮਦਰ ਟਰੇਸਾ ਨੇ ਕੰਮ ਬੜਾ ਵਧੀਆ ਕੀਤਾ ਉਹਦੀ ਮੈਂ ਗੱਲ ਨਹੀਂ ਕਰਦਾ ਕੰਮ ਬੜਾ ਸੋਹਣਾ ਕੀਤਾ ਪਰ ਭਗਤ ਨਾਲ ਮੁਕਾਬਲਾ ਕੋਈ ਨਹੀਂ ਹੈ ਭਗਤ ਨਾਲ ਕੋਈ ਮੁਕਾਬਲਾ ਨਹੀਂ ਹੈ ਮਦਰ ਟਰੇਸਾ ਕੋਲੇ ਪੈਸੇ ਦੀ ਕਮੀ ਨਹੀਂ ਸਾਧਨਾ ਦੀ ਕਮੀ ਨਹੀਂ ਤੇ ਭਗਤ ਨੂੰ ਤਾਂ ਇਹ ਨਹੀਂ ਪਤਾ ਰੋਟੀ ਖਾਣ ਨੂੰ ਮਿਲਦੀ ਹੈ ਕਿ ਨਹੀਂ ਮਿਲਦੀ ਤੁਸੀਂ ਮੁਕਾਬਲਾ ਕਿਵੇਂ ਕਰ ਲਓਗੇ ਰਾਜ ਦੋ ਵੱਖ ਨੇ ਬਈ ਰਾਜ ਦੋਨੋਂ ਵੱਖ ਨੇ ਮਦਰ ਟਰੇਸਾ ਦੇ ਕੱਪੜਿਆਂ ਉੱਤੇ ਕਦੀ ਕਿਸੇ ਨੇ ਕਾਲਾ ਧੱਬਾ ਨਹੀਂ ਦੇਖਿਆ ਤੇ ਭਗਤ ਪੂਰਨ ਸਿੰਘ ਦੇ ਕਦੀ ਕੱਪੜੇ ਕਿਸੇ ਨੇ ਚਿੱਟੇ ਨਹੀਂ ਦੇਖੇ ਰਾਜ ਵੱਖਰਾ ਮੇਰਾ ਅੰਦਰੋਂ ਰੋਂਦਾ ਹੈ ਅਸੀਂ ਸਿੱਖ ਪੱਗਾਂ ਵਾਲੇ ਖਿਮਾ ਕਰ ਲਿਓ ਮੇਰੀ ਗੱਲ ਕੌੜੀ ਲੱਗੇ ਤਾਂ ਮੈਨੂੰ ਬੱਚਾ ਜਾਣ ਕੇ ਮਾਫ਼ ਕਰ ਦਿਓ ਅਣਜਾਣ ਜਾਣ ਕੇ ਮਾਫ਼ ਕਰ ਦਿਓ ਭਗਤ ਨੂੰ ਨੋਬਲ ਪ੍ਰਾਈਜ਼ ਇਸੇ ਕਰਕੇ ਨਹੀਂ ਮਿਲਿਆ ਕਿ ਉਹਦੇ ਸਿਰ ਤੇ ਪੱਗ ਬੰਨੀ ਸੀ ਤੇ ਪੱਗਾਂ ਵਾਲਿਆਂ ਨੇ ਗੁਰਦੁਆਰਿਆਂ 'ਚ ਉਹਦੀਆਂ ਪੱਗਾਂ ਲਾ ਕੇ ਹੱਥ ਵਿੱਚ ਫੜੀਆਂ ਐਡਾ ਵੱਡਾ ਕੰਮ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਨੇ ਨਹੀਂ ਕੀਤਾ ਜਿਹੜਾ ਭਗਤ ਨੇ ਕੀਤਾ ਹੈ ਤੇ ਅਸੀਂ ਭਗਤ ਨੂੰ ਨੋਬਲ ਪ੍ਰਾਈਜ਼ ਕਿਉਂ ਨਹੀਂ ਮਿਲਿਆ ਕਿਉਂਕਿ ਸਾਡੇ ਝਮੇਲੇ ਹੀ ਬੜੇ ਹੋਰ ਨੇ ਸਾਡੀ ਪੋਲਿਟਿਕਸ ਹੀ ਬੜੀ ਹੋਰ ਹੈ ਸਾਡੇ ਧਿਆਨ ਵਿੱਚ ਭਗਤ ਵਾਸਤੇ ਸਮਾਂ ਹੀ ਕੋਈ ਨਹੀਂ ਹੈ ਪਿਆਰ ਵਾਲਿਓ ਇਹ ਇੱਕ ਮੈਂ ਇਸ਼ਾਰਾ ਕਰ ਚੱਲਿਆ ਸਾਨੂੰ ਜਾਗਣ ਦੀ ਲੋੜ ਹੈ ਭਗਤ ਜੀ ਦੇ ਕੱਦ ਦਾ ਸਮਾਜ ਸੇਵਕ ਨਹੀਂ ਹੈ ਸਮਾਜ ਕੋਲੇ ਪਰ ਭਗਤ ਜੀ ਨੂੰ ਅਸੀਂ ਉਹਨਾਂ ਦਾ ਬਣਦਾ ਮਾਣ ਦੇਣ ਵਿੱਚ ਖੁੰਝ ਗਏ ਹਾਂ ਜ਼ਿੰਮੇਵਾਰੀ ਦਾ ਅਹਿਸਾਸ ਭਗਤ ਜੀ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਕਿੰਨਾ ਕੁ ਅਹਿਸਾਸ ਸੀ ਮੈਂ ਇੱਕ ਦ੍ਰਿਸ਼ਟਾਂਤ ਦਵਾਂਗਾ ਡਾਕਟਰ ਇੰਦਰਜੀਤ ਕੌਰ ਰਾਹਾਂ ਦੇ ਪਿਤਾ ਜੀ ਡਾਕਟਰ ਹਰਬੰਸ ਸਿੰਘ ਸੰਗਰੂਰ ਵਿੱਚ ਸਨ ਬੜੇ ਪਿਆਰੇ ਗੁਰਸਿੱਖ ਬੜੇ ਸੇਵਾ ਭਾਵ ਵਾਲੇ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਅੰਤਮ ਅਰਦਾਸ ਸੀ ਅੰਤਮ ਅਰਦਾਸ ਤੋਂ ਬਾਅਦ ਬੀਬੀ ਜੀ ਭਗਤ ਜੀ ਨੂੰ ਰਿਕਸ਼ੇ ਵਿੱਚ ਬਿਠਾ ਕੇ ਸੰਗਰੂਰ ਰੇਲਵੇ ਸਟੇਸ਼ਨ ਤੱਕ ਛੱਡਣ ਗਏ ਤੇ ਰਸਤੇ ਵਿੱਚ ਜਾਂਦਿਆਂ ਭਗਤ ਜੀ ਨਿਗਾਹ ਸੜਕ ਦੇ ਉੱਤੇ ਇੱਕ ਨੁੱਕਰ ਤੇ ਪਏ ਕਿੱਲ ਤੇ ਜਾ ਪਈ ਤੇ ਹੁਣ ਅੱਗੇ ਗੱਡੀ ਦਾ ਟਾਈਮ ਹੋ ਰਿਹਾ ਸੀ ਜੇ ਰਿਕਸ਼ਾ ਰੋਕਦੇ ਨੇ ਤਾਂ ਗੱਡੀ ਲੰਘਦੀ ਹੈ ਤੇ ਕਿੱਲ ਤੋਂ ਦੇਖ ਕੇ ਲੰਘਿਆ ਜਾ ਨਹੀਂ ਰਿਹਾ ਰਿਕਸ਼ਾ ਰੋਕ ਲਿਆ ਬੀਬੀ ਜੀ ਕਹਿੰਦੇ ਕਿਉਂ ਰੋਕ ਲਿਆ ਕਹਿੰਦੇ ਉਹ ਕਿੱਲ ਪਿਆ ਬੀਬੀ ਜੀ ਕਹਿੰਦੇ ਤੁਸੀਂ ਜਾ ਕੇ ਉੱਥੇ ਇੰਨੇ ਮਰੀਜ਼ਾਂ ਦੀ ਸੇਵਾ ਕਰਨੀ ਹੈ ਗੱਡੀ ਲੰਘ ਗਈ ਤੇ ਹੋਰ ਕਈ ਘੰਟੇ ਲੇਟ ਜਾਣਾ ਤੇ ਭਗਤ ਜੀ ਕਹਿੰਦੇ ਬੀਬੀ ਫਿਰ ਇੱਕ ਪ੍ਰਣ ਕਰ ਜਦੋਂ ਵਾਪਸੀ ਤੇ ਆਏਗੀ ਕਿੱਲ ਤੂੰ ਚੱਕਣਾ ਹੋਊਗਾ ਨਹੀਂ ਮੇਰੇ ਅੰਮ੍ਰਿਤਸਰ ਜਾਂਦੇ ਚੁਬੜਾ ਪੈਣਾ ਤੇ ਬਾਅਦ ਮੈਨੂੰ ਚਿੱਠੀ ਦੇ ਕੇ ਦੱਸ ਦੀ ਕਿ ਫੋਨ ਤਾਂ ਆਉਂਦੇ ਨਹੀਂ ਸੀ ਨਾ ਕਿ ਮੈਂ ਕਿੱਲ ਚੱਕਦਾ ਯਾਰ ਇੰਨਾ ਸੀਰੀਅਸ ਬੰਦਾ ਰਿਕਸ਼ੇ ਤੁਰਿਆ ਜਾਇਆ ਉਹ ਨੁੱਕਰ ਤੇ ਡਾਕਟਰ ਇੰਦਰਜੀਤ ਕੌਰ ਦੱਸਿਆ ਕਰਦਾ ਕਹਿੰਦੇ ਪਾਸੇ ਕਿਤੇ ਕਿੱਲ ਪਿਆ ਉਹ ਵੀ ਨਿਗਾਹ ਵਿੱਚ ਆ ਰਿਹਾ ਬੰਦਾ ਇੰਨਾ ਜ਼ਿੰਮੇਵਾਰ ਇੰਨਾ ਧਿਆਨ ਉਹਦਾ ਸੋ ਸਾਡੇ ਵਿੱਚ ਕਿੰਨੀ ਕੁ ਜ਼ਿੰਮੇਵਾਰੀ ਹੈ ਅਸੀਂ ਤਾਂ ਕਹਿੰਦੇ ਹੁਣ ਪ੍ਰਧਾਨ ਸਾਹਿਬ ਬਦਲ ਗਏ ਅਸੀਂ ਕੱਲ ਹੀ ਗੁਰਦੁਆਰੇ ਜਾਣਾ ਅਸੀਂ ਕੱਲ ਹੀ ਸੇਵਾ ਕਰਨੀ ਦੇਖ ਰਿਹਾ ਕੰਮ ਚਲਾਉਂਦਾ ਕਿਵੇਂ ਭਗਤ ਨੇ ਭਾਈ ਕਿਤੋਂ ਕਿਸੇ ਕੋਲੋਂ ਤਨਖਾਹ ਲੈਣੀ ਸੀ ਸਰੋਪਾ ਲੈਣਾ ਸੀ ਜ਼ਿੰਮੇਵਾਰੀ ਦਾ ਇੰਨਾ ਅਹਿਸਾਸ ਸੜਕ ਦੇ ਉੱਤੇ ਕੋਈ ਗੱਡੀ ਜਾ ਰਹੀ ਸੀ ਕਿਤੇ ਬੱਚੇ ਹੱਥੋਂ ਕੱਚ ਦੀ ਬੋਤਲ ਡਿੱਗ ਗਈ ਤੇ ਸੜਕ ਦੇ ਕਿੰਨਾ ਜਿਹੜਾ ਕੱਚ ਆ ਉਹ ਖਿੰਡ ਗਿਆ ਜਦੋਂ ਕੱਚ ਖਿੰਡਿਆ
ਤਾਂ ਭੱਖ ਜੀ ਨੇ ਦੇਖਿਆ ਇਹ ਕੱਚ ਤੇ ਗੱਡੀਆਂ ਪੈਂਚਰ ਹੋ ਜਾਣਗੀਆਂ, ਕਿਸੇ ਦੇ ਪੈਰ ਤੇ ਲੱਗ ਗਿਆ ਟੈਟਨਸ ਲਵਾਉਣਾ ਪਊ, ਵੱਧ ਗਿਆ ਤੇ ਕੰਮ ਸਿਆਪਾ ਪੈ ਜੂ, ਤੇ ਟ੍ਰੈਫਿਕ ਦੋਨੋਂ ਪਾਸੇ ਚੱਲ ਰਿਹਾ ਸੀ। ਭੱਖ ਜੀ ਨੇ ਕਿਹਾ ਮੈਂ ਕੱਚ ਪਾਸੇ ਕਿਵੇਂ ਕਰਾਂ, ਗਲ ਚੋਂ ਲੋਈ ਲਾਈ ਕਿਉਂਕਿ ਝਾੜੂ ਤਾਂ ਮਾਰ ਨਹੀਂ ਸਕਦੇ, ਟ੍ਰੈਫਿਕ ਇੰਨਾ, ਗੱਡੀਆਂ ਇਧਰੋਂ ਉਧਰੋਂ ਜਾ ਰਹੀਆਂ ਨੇ। ਲੋਈ ਚੱਕੀ, ਭੱਜ ਕੇ ਦੂਜੇ ਪਾਸੇ ਹੋ ਗਏ, ਕੱਚ ਇਕੱਠਾ ਕੀਤਾ, ਉਧਰੋਂ ਭੱਜ ਕੇ ਇੱਧਰ ਹੋ ਗਏ। 10-15 ਵਾਰੀ ਭੱਗ ਜੀ ਲੋਈ ਇੱਧਰ ਤੇ ਉਧਰ, ਇੱਧਰ ਤੇ ਉਧਰ, ਸੜਕ ਦੇ ਉੱਤੋਂ ਕੱਚ ਚੱਕਿਆ ਤੇ ਇਤਿਹਾਸਕਾਰ ਲਿਖਦੇ ਨੇ ਲਾਹੌਰ ਦੀਆਂ ਸੜਕਾਂ 2 ਵਾਰ ਸਾਫ਼ ਹੋਇਆ ਕਰਦੀਆਂ ਸਨ, 1 ਵਾਰ ਜਦੋਂ ਡਲਹੌਜੀ ਲੱਗਿਆ ਕਰਦਾ ਸੀ, 1 ਵਾਰ ਜਦੋਂ ਭਗਤ ਪੂਰਨ ਸਿੰਘ ਲੱਗਿਆ ਕਰਦਾ ਸੀ। ਭਗਤ ਆਪ ਸਾਫ਼ ਕਰਦਾ ਜਾਂਦਾ ਸੀ ਤੇ ਡਲਹੌਜੀ ਨੇ ਆਉਣਾ ਸੀ, ਅਮਲਾ ਸ਼ਾਖਾ ਮੂਹਰੇ ਮੂਹਰੇ ਸਾਫ਼ ਕਰਦਾ ਸੀ। ਸੋ ਪਿਆਰ ਵਾਲੇ, ਉਹ ਇਹ ਭਗਤ ਦੀ ਜ਼ਿੰਮੇਵਾਰੀ ਹੈ। ਇੰਨਾ ਅਹਿਸਾਸ ਸੀ, ਬੈਠੇ ਸੋਚੀ ਜਾਣਾ ਸੋਚੀ ਜਾਣਾ, ਲੋਕੀ ਚੋਰ ਕਾਹਤੇ ਨੇ, ਲੋਕੀ ਬੇਈਮਾਨ ਕਾਹਤੇ ਨੇ, ਲੋਕੀ ਭਗਤ ਵਰਗੇ ਕਿਉਂ ਨੇ, ਰੱਬ ਨੂੰ ਕਿਆ ਕਰਨਾ, ਉਹ ਤੂੰ ਮੇਰੇ ਵਰਗੇ 11 ਭਗਤ ਹੋਰ ਪੈਦਾ ਕਰਦੇ, 12 ਭਗਤ ਹੋ ਜਾਈਏ, ਅਸੀਂ ਨੀ ਛੱਡਦੇ, ਇੰਡੀਆ ਨੂੰ ਸਾਰੇ ਨੂੰ ਸਾਂਭ ਲਾਂਗੇ, ਬੰਦਿਆਂ ਨੂੰ ਬੰਦੇ ਬਣਾ ਦਾਂਗੇ, ਮੈਂ ਇਕੱਲਾ ਕੀ ਕਰਾਂ, ਮੈਂ ਇਕੱਲਾ ਕੀ ਕਰਾਂ, ਮੈਂ ਇਕੱਲਾ ਕੀ ਕਰਾਂ, ਪਰ ਮੈਂ ਹਟਣ ਵਾਲਾ ਨਹੀਂ, ਮੈਂ ਕਰੀ ਜਾਣਾ, ਮੈਂ ਕਰੀ ਜਾਣਾ, ਮੈਂ ਕਰੀ ਜਾਣਾ, ਰੱਬ ਨਾਲ ਗੱਲਾਂ ਕਰੀ ਜਾਣੀਆਂ, ਬੈਠਿਆਂ ਤਾੜੀ ਮਾਰਨ ਲੱਗ ਪੈਣਾ। ਉਹ 5 ਦੁਸ਼ਟ ਲੈ ਸਾਧੇ, 5 ਦੁਸ਼ਟ ਲੈ ਸਾਧੇ, ਮਾਣ ਕਰਦੇ ਸੀ ਆਪਣੇ ਗੁਰੂ ਤੇ, ਗੁਰੂ ਗ੍ਰੰਥ ਤੇਰੀ ਕਿਰਪਾ ਨਾਲ, ਹੋ ਗਿਆ ਕਾਮ, ਹੋ ਗਿਆ ਕ੍ਰੋਧ, ਹੋ ਗਿਆ ਲੋਭ, ਹੋ ਗਿਆ ਮੋਹ, ਹੋ ਗਿਆ ਹੰਕਾਰ, ਮਾਣ ਕਰਦੇ ਸੀ ਕਿ ਮੈਂ ਉਹ ਭਗਾ ਕੇ ਮਾਰੇ, ਆ ਕੇ ਦਿਖਾਓ ਮੇਰੇ ਨਾਲ ਗੁਰੂ ਗ੍ਰੰਥ ਹੈ। ਕਿਤੇ ਕੱਲਿਆਂ ਬੈਠੇ ਹੋਣਾ, ਅਜੇ ਜੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦੇਣੀਆਂ, ਫਿਰ ਕਹਿਣਾ 5 ਦੁਸ਼ਟ ਲੈ ਸਾਧੇ, 5 ਦੁਸ਼ਟ ਲੈ ਸਾਧੇ, ਇੱਦਾਂ ਉਹ ਇੰਜੋਏ ਕਰਦੇ ਸੀ। ਪਿਆਰ ਵਾਲਿਓ, ਇਹ ਭਗਤ ਜੀ ਦਾ ਜ਼ਿੰਮੇਵਾਰੀ ਦਾ ਅਹਿਸਾਸ ਸੀ ਕਿ ਮੇਰੇ ਨਾਲ ਰੱਬ ਹੈ, ਮੈਂ ਰੱਬ ਦਾ ਕੰਮ ਕਰ ਰਿਹਾ ਤੇ ਮੇਰੇ ਕੰਮਾਂ ਦਾ ਫਿਕਰ ਰੱਬ ਨੂੰ ਹੈ, ਕਿਸੇ ਹੋਰ ਨੂੰ ਨਹੀਂ। ਅਰਦਾਸ ਕਰਨ ਦੀ ਜਾਚ ਭਗਤ ਜੀ ਕੋਲ ਸਿੱਖੀ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਕੋਈ ਇਸ ਬੱਚੇ ਨੂੰ ਛੱਡ ਗਿਆ, ਇਹਦਾ ਨਾਮ ਭਗਤ ਜੀ ਨੇ ਕਾਲੂ ਲਿਖਿਆ, ਰੰਗ ਦਾ ਕਾਲਾ ਸੀ ਤੇ ਸਰੀਰ ਇਹੋ ਜਿਹਾ ਸੀ ਕਿ ਕਿਸੇ ਪਾਸੇ ਮੋੜ ਹੀ ਨਹੀਂ ਸਕਦਾ ਸੀ, ਬਸ ਸਿੱਧਾ ਹੀ ਰਿਹਾ ਸੀ, ਬਾਹਾਂ ਵੀ ਲੱਤਾਂ ਵੀ ਸਾਰਾ ਸੀ ਫਲੈਟ ਪਿਆ, ਤੇ ਖੁਰਦਲਾ ਇੰਨਾ ਦੇਖਣ ਨੂੰ ਜੀ ਵੀ ਨਹੀਂ ਕਰਦਾ। ਤੇ ਭਗਤ ਜੀ ਘਰ ਆਪਣੇ ਪਿੰਗਲਵਾੜੀ ਤੇ ਚੱਕ ਲਿਆਏ, ਸੇਵਾ ਕੀਤੀ, ਪਿਆਰ ਕੀਤਾ, ਤੇ ਉਹਦੀ ਬੜੀ ਪਰਵਰਿਸ਼ ਕੀਤੀ, ਬੜਾ ਪਿਆਰ, ਉਹਨੂੰ ਬਹੁਤ ਖਿਆਲ ਰੱਖਦੇ, ਕਿਉਂਕਿ ਵਿਚਾਰਾ ਕਾਸੇ ਜੋਗਾ ਨਹੀਂ ਸੀ, ਖੇਲ ਵੀ ਨਹੀਂ ਸਕਦਾ ਸੀ। ਇੱਕ ਦਿਨ ਕੀ ਹੋਇਆ, ਮੀਂਹ ਪਿਆ ਬਹੁਤ ਜ਼ਿਆਦਾ, ਤੇ ਭਗਤ ਜੀ ਕਿਉਂਕਿ ਆਪ ਮੰਗਣ ਜਾਂਦੇ ਸਨ, ਮੰਗਣ ਜਦੋਂ ਜਾਇਆ ਕਰਦੇ ਸੀ ਤੇ ਬੀਜਾਂ ਵਾਸਤੇ ਮੰਗ ਕੇ ਲਿਆਉਣਾ ਸੀ ਭਾਈ, ਸ਼ਾਮ ਨੂੰ ਪ੍ਰਸ਼ਾਦਾ ਛਕਾਉਣਾ ਸੀਗਾ, ਤੇ ਮੀਂਹ ਚ ਇੰਨੇ ਭਿੱਜ ਗਏ ਕਿ ਭਗਤ ਜੀ ਆਪ ਬਿਮਾਰ ਹੋ ਗਏ, ਤੇ ਆ ਕੇ ਹਿੰਮਤ ਨਹੀਂ ਸੀ, ਪਰ ਭਗਤ ਜੀ ਵਸਾ ਨਹੀਂ ਸੀ ਕਰਦੇ ਇਸ ਕਾਲੂ ਦਾ, ਵੀ ਇਹਨੂੰ ਇਹਦਾ ਖਿਆਲ ਰੱਖਣਾ ਉਹ ਚੇਚਾ ਜ਼ਰੂਰੀ ਹੈ। ਤੇ ਇਹਨਾਂ ਦੇ ਇੱਕ ਬਹੁਤ ਨਜ਼ਦੀਕੀ ਸੇਵਾਦਾਰ ਸੀ ਭਗਤ ਜੀ ਦਾ, ਭਗਤ ਜੀ ਨੇ ਉਹਦਾ ਨਾਮ ਨਰਾਇਣ ਸਿੰਘ ਲਿਖਿਆ, ਕਹਿੰਦੇ ਮੈਂ ਕਿਸੇ ਤੇ ਵਿਸ਼ਵਾਸ ਨਹੀਂ ਸੀ ਕਰਦਾ, ਸਿਰਫ ਨਰਾਇਣ ਸਿੰਘ ਤੇ ਵਿਸ਼ਵਾਸ ਕਰਦਾ ਸੀ, ਬਾਕੀ ਸੇਵਾ ਦਾ ਕਈ ਵਾਰੀ ਨਾ ਅਣਗਹਿਲੀ ਕਰ ਹੁੰਦੀ ਸੀ। ਕਹਿੰਦੇ ਮੈਂ ਨਰਾਇਣ ਸਿੰਘ ਨੂੰ ਕਿਹਾ ਕਿ ਮੇਰਾ ਸਰੀਰ ਅੱਜ ਇੰਨਾ ਬੇਹਾਲ ਹੋਇਆ, ਮੇਰੇ ਚ ਹਿੰਮਤ ਨਹੀਂ, ਤੂੰ ਐਂ ਕਰ ਆ ਪ੍ਰਸ਼ਾਦਾ ਮੈਂ ਲੈ ਕੇ ਆਇਆ, ਨਾਲੇ ਤਾਂ ਛਕਾ ਦੇ ਸਾਰਿਆਂ ਨੂੰ, ਤੇ ਕਾਲੂ ਦਾ ਰੱਖੀ ਖਾਸ ਖਿਆਲ, ਉਹ ਵਿਚਾਰੇ ਦੇ ਥੱਲਿਓਂ ਜੇ ਕਿਤੇ ਰਾਤ ਨੂੰ ਬਿਸਤਰਾ ਨਿਕਲ ਗਿਆ ਨਾ, ਉਹ ਬਿਮਾਰ ਹੋ ਕੇ ਉਹਦਾ ਨੁਕਸਾਨ ਨਾ ਹੋ। ਨਰਾਇਣ ਸਿੰਘ ਜੀ ਕਹਿੰਦੇ ਭਗਤ ਜੀ ਤੁਸੀਂ ਫਿਕਰ ਨਾ ਕਰੋ, ਮੈਂ ਉਹਦਾ ਖਿਆਲ। ਅੱਛਾ ਕੀ ਹੋਇਆ, ਭਗਤ ਜੀ ਕਹਿੰਦੇ ਮੈਂ ਨੀ ਕਹਿੰਦਾ, ਨਰਾਇਣ ਸਿੰਘ ਨੇ ਕੋਈ ਗਲਤੀ ਕੀਤੀ, ਪਤਾ ਹੀ ਰਾਤ ਨੂੰ ਕਾਲੂ ਉਹ ਹਿੱਲ ਗਿਆ, ਨਰਾਇਣ ਸਿੰਘ ਦਾ ਬਹੁਤ ਜ਼ਿੰਮੇਵਾਰ ਸੇਵਾਦਾਰ ਸੀ, ਕਿਤੇ ਰਾਤ ਨੂੰ ਸੱਚੀ ਮੁੱਚੀ ਤੋਂ ਬਿਸਤਰਾ ਨਿਕਲ ਗਿਆ। ਕਹਿੰਦੇ ਨਰਾਇਣ ਸਿੰਘ ਨੇ, ਹੋ ਸਕਦਾ ਉਹਦੀ ਗਲਤੀ ਨਾ ਹੋਵੇ, ਪਰ ਕਿਵੇਂ ਹੋ ਗਿਆ? ਕਹਿੰਦੇ ਠੰਡ ਇੰਨੀ ਲੱਗ ਗਈ ਤੇ ਮੈਂ ਕਾਲੂ ਨੂੰ ਅੱਗ ਦਾ ਸੇਕ ਦੇ ਦੇ ਕੇ ਉਹਨੂੰ ਉਹਦੀ ਠੰਡ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਇੰਨੇ ਪੈਸੇ ਤਾਂ ਹੈ ਨਹੀਂ ਸੀ ਨਾ, ਕਹਿੰਦੇ ਦਿਮਾਗ 'ਚ ਮੇਰੇ ਆਇਆ ਕਿ ਮੈਨੂੰ ਹਸਪਤਾਲ ਲੈ ਜਾਣ, ਸਾਧਨ ਵੀ ਨਹੀਂ ਸਨ, ਪੈਸਾ ਵੀ ਨਹੀਂ ਸੀ। ਉਹ ਕਾਲੂ ਉਸ ਰਾਤ ਅਕਾਲ ਚਲਾਣਾ ਕਰ ਗਿਆ। ਆ ਭਗਤ ਖੜਾ ਅਰਦਾਸ ਕਰ ਰਿਹਾ, ਪਤਾ ਕੀ ਅਰਦਾਸ ਕਰ ਰਿਹਾ, ਕਹਿੰਦਾ ਕਾਲੂ ਮੈਨੂੰ ਮਾਫ਼ ਕਰ ਦੇ, ਕਾਲੂ ਮੈਨੂੰ ਮਾਫ਼ ਕਰ ਦੇ, ਮੈਂ ਆਪ ਉੱਠ ਕੇ ਤੈਨੂੰ ਰਾਤੀ ਕੱਪੜਾ ਨਹੀਂ ਪਾ ਸਕਿਆ, ਮੇਰੇ ਸਰੀਰ 'ਚ ਜਾਨ ਹੀ ਨਹੀਂ ਸੀ, ਕਾਲੂ ਮੇਰੇ ਕੋਲ ਕਮਰਾ ਨਹੀਂ, ਕਾਲੂ ਮੇਰੇ ਕੋਲ ਕੱਪੜੇ ਨਹੀਂ, ਤੂੰ ਰੱਬ ਕੋਲੇ ਮੇਰੇ ਤੋਂ ਪਹਿਲਾਂ ਚਲਾ ਗਿਆ, ਰੱਬ ਨੂੰ ਦੱਸ ਦੇ ਜਾ ਕੇ, ਭਗਤ ਕੋਲੇ ਕੱਪੜੇ ਨਹੀਂ ਹੈਗੇ ਮਰੀਜ਼ਾਂ ਨੂੰ ਪਾਲਦਾ, ਕਾਲੂ ਉੱਥੋਂ ਮੈਨੂੰ ਅਸੀਸਾਂ ਭੇਜਦਾ ਨਹੀਂ, ਤੇ ਬਸ ਮੈਨੂੰ ਇੱਕ ਅਸੀਸ ਦੇਈ, ਮੈਨੂੰ ਕੱਪੜੇ ਲੀੜੇ ਮਿਲਣ, ਕੁਛ ਮਿਲੇ ਤੇ ਨਾ ਮਿਲੇ, ਪਰ ਭਗਤ ਕਦੀ ਸੇਵਾ ਨਾ ਛੱਡੇ, ਬਸ ਕਾਲੂ ਮੈਨੂੰ ਆਹ ਅਸੀਸ ਜ਼ਰੂਰ ਭੇਜਦੀ, ਮੈਨੂੰ ਸਾਧਨ ਮਿਲਣ ਜਾਂ ਨਾ ਮਿਲਣ, ਮੈਨੂੰ ਆਹ ਅਸੀਸ ਭੇਜ ਦੇਈ ਕਿ ਭਗਤ ਕਦੀ ਸੇਵਾ ਨਾ ਛੱਡੇ। ਤੇ ਕਾਲੂ ਨੂੰ ਕਹਿੰਦੇ ਕਿ ਕਾਲੂ
ਤੂੰ ਕਾਜ ਰਹਿਣਾ ਤਾਂ ਕਰ ਗਿਆ ਪਰ ਤੇਰੇ ਕਰਕੇ ਲੋਕੀ ਮੈਨੂੰ ਭਗਤ ਕਹਿਣਗੇ। ਭਗਤ ਕਹਿੰਦੇ ਮੈਨੂੰ ਫੇਰ ਭਗਤ ਕਹਿਣਾ ਪੈਂਦਾ। ਕਹਿੰਦੇ ਕਾਲੂ ਨੇ ਮੈਨੂੰ ਭਗਤ ਦੀ ਡਿਗਰੀ ਦਿੱਤੀ ਹੈ, ਤੂੰ ਤਾਂ ਮੇਰਾ ਅਧਿਆਪਕ ਨਿਕਲਿਆ ਹੋਏ, ਤੂੰ ਤਾਂ ਮੈਨੂੰ ਤਮਗਾ ਦੇ ਗਿਆ, ਤੂੰ ਤਾਂ ਮੈਨੂੰ ਮਾਣ ਸਨਮਾਨ ਦੇ ਗਿਆ, ਪਰ ਮੈਂ ਤੈਨੂੰ ਰਾਤ ਨੂੰ ਕੱਪੜੇ ਵੀ ਨਾ ਦੇ ਪਾਇਆ। ਕਾਲੂ ਮੈਨੂੰ ਮਾਫ਼ ਕਰ ਦੇ, ਕਾਲੂ ਮੈਨੂੰ ਮਾਫ਼ ਕਰ ਦੇ। ਇਹ ਭਗਤ ਜੀ ਦੀ ਅਨੋਖੀ ਅਰਦਾਸ ਯਾਰ, ਇਹੋ ਜਿਹਾ ਪਵਿੱਤਰ, ਇਹੋ ਜਿਹਾ ਸ਼ੁੱਧ ਹਿਰਦਾ ਪਿਆਰ ਵਾਲਿਓ ਕਿਤੇ ਮਿਲਣਾ? ਕਿਤੇ ਕਿਤੇ ਨੀ ਮਿਲਣਾ। ਭਗਤ ਦੀਆਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਅੱਜ ਸਾਡੇ ਹਿਰਦੇ ਵਿੱਚ ਵਸ ਜਾਣ। ਅਰਦਾਸ ਕਰਨ ਦੀ ਜਾਤ, ਵਾਤਾਵਰਨ ਦਾ ਅਥਾਹ ਪਿਆਰ ਸੀ, ਅਥਾਹ ਪਿਆਰ ਸੀ। ਦਰਖਤ ਲਗਾਉਣੇ, ਲੋਕਾਂ ਨੂੰ ਅਲਰਟ ਕਰਨਾ ਕਿ ਸਕੂਟਰ ਨਾ ਫੂਕੋ, ਤੇਲ ਨਾ ਫੂਕੋ, ਸਕੂਟਰਾਂ ਵਿੱਚ ਤੇਲ ਨਾ ਫੂਕੋ, ਕਾਰਾਂ ਦੀ ਵਰਤੋਂ ਘੱਟ ਕਰੋ, ਗੱਡੀਆਂ ਤੇ ਜਾਓ, ਦਰਖਤ ਲਾਓ। ਜੇ ਘਰ ਵਿੱਚ ਲੱਕੜ ਦਾ ਕੰਮ ਕਰਾਉਣਾ ਤਾਂ ਚੇਤੇ ਰੱਖੋ ਜਿੰਨੀ ਲੱਕੜ ਘਰ ਵਿੱਚ ਵਰਤਣੀ ਉਹ ਤੋਂ ਵੱਧ ਦਰਖਤ ਲਾਏ ਨੇ ਕਿ ਨਹੀਂ ਲਾਏ। ਲੋਕਾਂ ਦੇ ਘਰ ਜਾਣਾ ਉਹ ਸਾਥ ਦੇਣ ਵਾਸਤੇ, ਕਿਸੇ ਦੇ ਕੋਲ ਗਏ, ਫਰੀਦਕੋਟ ਬਹੁਤ ਵੱਡਾ ਧਨਾਟ ਹੈ, ਅੱਜ ਵੀ ਉਹ ਬਹੁਤ ਵੱਡਾ ਧਨਾਟ ਹੈ, ਉਹਦੇ ਘਰ ਗਏ ਤੇ ਉਹ ਲੈ ਗਿਆ ਘਰ ਵੀ ਇੰਨੇ ਪੈਸੇ ਪਿੰਗਲਵਾੜੇ ਨੂੰ ਦੇਣੇ ਆ। ਭਗਤ ਜੀ ਲਓ, ਦੇਖਦੇ ਕੰਧਾਂ ਤੇ ਇੰਨਾ ਵੋਟਵਰਕ ਹੋਇਆ ਪਿਆ। ਭਗਤ ਜੀ ਕਹਿੰਦੇ ਹੋਏ ਕਿੰਨੇ ਦਰਖਤ ਲਾਇਆ, ਕਿੰਨੇ ਦਰਖਤ ਲਾਇਆ? ਮੈਂ ਦਰਖਤ ਤਾਂ ਕੋਈ ਨੀ ਲਾਇਆ, ਚੱਕਲਾ ਪੈਸੇ ਆਪਣੇ, ਮੈਨੂੰ ਚਾਹੀਦੇ ਪੈਸੇ, ਚੱਕਲਾ ਇੰਗਲੈਂਡ ਦੇ ਪੈਸੇ, ਘਰੋਂ ਪਾਰ ਪਾ ਚੁੱਕੇ ਮਗਰ ਮਗਰ ਤੇ। ਭਗਤ ਜੀ ਮੂਰੇ ਮੂਰੇ ਕਹਿੰਦੇ ਜਿੰਨੀ ਲੱਕੜ ਲਾਈ ਉਹ ਤੂੰ ਦੂਣੇ ਦਰਖਤ ਲਾ ਕੇ ਆਈ, ਮੈਨੂੰ ਤੇਰੇ ਪੈਸੇ ਨੀ ਚਾਹੀਦੇ। ਯਾਰ ਤੁਸੀਂ ਦੇਖੋ ਬੰਦੇ ਦੀ ਸਿੰਸੇਰਿਟੀ ਕਿੰਨੀ ਹੈ। ਅੱਜ ਇੱਦਾਂ ਦਾ ਕੋਈ ਪ੍ਰਬੰਧਕ ਹੋ ਸਕਦਾ? ਬੜੇ ਪ੍ਰਚਾਰ ਕਰਦੇ ਦਰਖਤ ਲਾਉਣ ਦੇ, ਬਟ ਉਹ ਪਕੜ ਅੰਦਰੋਂ ਜੁੜਿਆ ਹੋਇਆ ਬੰਦਾ ਭਗਤ ਵਰਗਾ, ਉਹ ਲਾਈਵ ਰੋਲ ਮਾਡਲ ਕਿਤੇ ਨਹੀਂ ਮਿਲਣਾ। ਇਹ ਵਾਤਾਵਰਨ ਪ੍ਰਤੀ ਉਹਨਾਂ ਦੀ, ਕਿਸੇ ਡਿਪਟੀ ਕਮਿਸ਼ਨਰ ਕੋਲੇ ਜਾਣਾ, ਕਿਸੇ ਮੰਤਰੀ ਕੋਲੇ ਜਾਣਾ, ਕਿਸੇ ਮੁੱਖ ਮੰਤਰੀ ਕੋਲੇ ਜਾਣਾ, ਕਿਸੇ ਰਾਸ਼ਟਰਪਤੀ ਕੋਲੇ ਜਾਣਾ, ਪਹਿਲਾ ਕੰਮ ਭਗਤ ਜੀ ਪਤਾ ਕੀ ਕਰਦੇ ਸੀ? ਦੇਖਦੇ ਸੀ ਇਹਦੇ ਕਮਰੇ 'ਚ ਬੱਤੀਆਂ ਕਿੰਨੀਆਂ ਜਲੀਆਂ ਨੇ। ਜਿਮਾ ਕਰਨਾ ਮੇਰੀ ਗੱਲ ਦਾ ਗੁੱਸਾ ਨਾ ਕਰ ਲਿਓ, ਸਾਡੇ ਵੀ ਗੁਰੂ ਘਰ 'ਚ ਬਹੁਤ ਬੱਤੀਆਂ ਜਗੀਆਂ ਹੋਈਆਂ ਨੇ। ਭਗਤ ਜੀ ਕਹਿੰਦੇ ਸੀ ਉਹ ਬੱਤੀ ਤਾਂ ਚਾਹੀਦੀ ਹੈ ਕਿਸਾਨਾਂ ਨੂੰ, ਉਹ ਤੁਸੀਂ ਆਪਣੇ ਪਰਦੇ ਲਾ ਕੇ ਬੱਤੀਆਂ 'ਤੇ ਆ ਕੇ ਬੈਠੇ ਹੋ, ਉਹ ਬਾਹਰੋਂ ਸੂਰਜ ਦਾ ਚਾਨਣਾ ਆਉਂਦਾ ਲੈ ਲਓ, ਜਦੋਂ ਹਨੇਰਾ ਹੋ ਜੂਗਾ ਤੇ ਬੱਤੀਆਂ 'ਚ ਜਗਾ ਲਿਓ, ਦਿਨੇ ਹੀ ਬੱਤੀਆਂ 'ਚ ਜਗਾ ਕੇ ਬੈਠੋ ਤੁਸੀਂ। ਸਾਡੇ ਅੱਗੇ ਡੀਸੀ ਕੋਲੇ ਗਿਆ ਹੋਏ, ਰਾਸ਼ਟਰਪਤੀ ਕੋਲੇ ਗਿਆ ਹੋਏ, ਕਹਿੰਦਾ ਤਾਂ ਆਪਣੀ ਕੰਮ ਦੀ ਗੱਲ ਕਰੀਏ, ਮੈਂ ਕੀ ਜਾਣਾ। ਭਗਤ ਨੂੰ ਆਪਣੀ ਗੱਲ, ਉਹ ਕਹਿੰਦਾ ਮੇਰੀ ਗੱਲ ਹੀ ਇਹ ਹੈ, ਉਹ ਮੇਰੀ ਗੱਲ ਹੀ ਕੋਈ ਨਹੀਂ, ਮੈਂ ਕਿਹੜਾ ਨੌਕਰੀ ਲੈਣੀ ਹੈ, ਮੈਂ ਕਿਹੜਾ ਸਿਫਾਰਿਸ਼ ਪਾਉਣੀ ਹੈ, ਉਹ ਮੈਂ ਤਾਂ ਦੇਸ਼ ਦੇ ਆਗੂਆਂ ਨੂੰ ਜਗਾਉਣਾ ਹੈ, ਉਹਨਾਂ ਨੂੰ ਦੱਸਣਾ ਹੈ ਕਿ ਆ ਕੁਦਰਤੀ ਸਾਧਨ ਇੰਨੇ ਕੀਮਤੀ ਨੇ, ਕੁਦਰਤੀ ਸਾਧਨਾਂ ਦੀ ਬਰਬਾਦੀ ਨਾ ਕਰੋ ਭਾਈ। ਜੇ ਲਾਈਟ ਦੀ ਲੋੜ ਨਹੀਂ ਹੈ ਤਾਂ ਨਾ ਜਗਾਓ, ਲੋੜ ਹੈ ਤਾਂ ਜਗਾ ਲਿਓ। ਜੇ ਆਪਣੀਆਂ ਬਿਲਡਿੰਗਾਂ ਦੇ ਨਕਸ਼ੇ ਇੱਦਾਂ ਦੇ ਬਣਾਓ ਕਿ ਬੇਲੋੜੀਆਂ ਲਾਈਟਾਂ ਦੀ ਲੋੜ ਨਾ ਪਵੇ। ਇਹ ਭਗਤ ਜੀ ਬਹੁਤ ਜ਼ੋਰ ਨਾਲ ਕਿਹਾ ਕਰਦੇ ਸਨ। ਏਅਰ ਕੰਡੀਸ਼ਨ ਦੇ ਬਹੁਤ ਖਿਲਾਫ ਸਨ, ਗੱਡੀ ਦੇ ਬਹੁਤ ਖਿਲਾਫ ਸਨ, ਕਹਿੰਦੇ ਸਨ ਰੇਲ ਸਫ਼ਰ ਕਰੋ ਕਾਰ ਗੱਡੀ ਦੇ ਖਿਲਾਫ, ਪੈਟਰੋਲ ਵਾਲੀਆਂ ਗੱਡੀਆਂ ਦੇ ਖਿਲਾਫ। ਇਹ ਭਗਤ ਜੀ ਦਾ ਹਿਰਦਾ ਸੀ ਜਿਹੜਾ ਕਿ ਸਦਾ ਹੀ ਪਿੰਗਲਿਆ ਰਹੇਗਾ। ਸੱਚਿਆਰ ਮਨੁੱਖ ਦੀ ਘਾੜਤ ਦੇ ਲਈ ਉਹਨਾਂ ਦੇ ਮਨ 'ਚ ਬੜੀ ਤੜਫ ਸੀ ਕਿ ਅਸੀਂ ਸੱਚਿਆਰ ਮਨੁੱਖ ਦੀ ਘਾੜਤ ਘੜਨੀ ਹੈ। ਪਿਆਰ ਵਾਲਿਓ, ਅੱਜ ਦ੍ਰਿਸ਼ਟਾਂਤ ਹੈ, ਮੈਂ ਤੁਹਾਨੂੰ ਅੱਜ ਦਾ ਵਿਸਥਾਰ ਨਹੀਂ ਕਰਨਾ, ਕੋਈ ਸਮੇਂ ਦੀ ਸੀਮਾ 'ਚ ਰਹਿੰਦੇ, ਮੈਂ ਗੱਲ ਨੂੰ ਪੂਰਿਆਂ ਵੀ ਕਰਨਾ। ਸਿੱਖ ਟੀਵੀ ਚੈਨਲ 12 ਅਗਸਤ ਤੋਂ ਹਰ ਰੋਜ਼ ਸ਼ਾਮ ਨੂੰ 7 ਤੋਂ 7:30 ਵਜੇ ਤੱਕ ਲਗਾਤਾਰ 10 ਐਪੀਸੋਡਸ ਟੈਲੀਕਾਸਟ ਕਰ ਰਹੇ ਹੈ, ਕਿਉਂਕਿ ਮੈਂ ਅੱਜ ਸਮੇਂ ਦੀ ਸੀਮਾ 'ਚ ਰਹਿਣਾ ਅਤੇ ਮੈਂ ਸਾਰੀਆਂ ਗੱਲਾਂ ਪੂਰੀਆਂ ਨਹੀਂ ਕਰ ਪਾਉਣੀਆਂ। ਇੱਕ ਬੜਾ ਪ੍ਰੇਰਣਾਮਈ ਦ੍ਰਿਸ਼ਟਾਂਤ ਹੈ ਭਗਤ ਪੂਰਨ ਸਿੰਘ ਦੇ ਜੀਵਨ ਦੇ ਵਿੱਚੋਂ, ਜਿਹੜਾ ਬਹੁਤ ਥਾਵਾਂ 'ਤੇ ਤੁਹਾਨੂੰ ਭਗਤ ਜੀ ਦੇ ਲੱਗੇ ਹੋਏ ਇਸ਼ਤਿਹਾਰਾਂ ਦੇ ਵਿੱਚ, ਪੋਸਟਰਾਂ ਦੇ ਵਿੱਚ ਤੁਹਾਨੂੰ ਮਿਲੇਗਾ। ਪਿੰਗਲਵਾੜੇ ਦੇ ਮੁੱਖ ਦਰਵਾਜ਼ੇ ਉੱਤੇ ਵੀ ਇਹ ਤਸਵੀਰ ਬਣੀ ਹੋਈ ਹੈ। ਇਹਨੂੰ ਉਹ ਜਦੋਂ ਸਿੱਖ ਟੀਵੀ ਚੈਨਲ ਟੈਲੀਕਾਸਟ ਕਰੇਗਾ ਜ਼ਰੂਰ ਸੁਣਿਓ, ਥੋੜੀ ਲੰਮੀ ਗਾਥਾ ਹੈ ਔਰ ਬੜੀ ਪਿਆਰ ਵਾਲੀ ਗਾਥਾ, ਅੰਦਰੋਂ ਤਰ ਕਰ ਦਿੰਦੀ ਹੈ ਕਿ ਕਿਹੋ ਜਿਹੇ ਸੱਚਿਆਰ ਮਨੁੱਖ ਭਗਤ ਪੂਰਨ ਸਿੰਘ ਪੈਦਾ ਕਰਨੇ ਚਾਹੁੰਦੇ। ਭਗਤ ਜੀ ਦੇ ਵਿਦਿਅਕ ਅਦਾਰਿਆਂ 'ਚ ਪ੍ਰਚਾਰ, ਮੈਂ ਤੁਹਾਨੂੰ ਇਸ਼ਾਰਾ ਕਰਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਕਿਵੇਂ ਉੱਡ ਉੱਡ ਕੇ ਉਹ ਮੁੰਡੇ ਹੋ, ਉਹ ਕੁੜੀ ਹੋ, ਉਹ ਪੁੱਤਰ ਹੋ, ਉਹ ਧੀ ਹੋ, ਬੱਚਿਆਂ ਨੂੰ ਕਿਵੇਂ ਹਲੂਣ ਰਹੇ ਸਨ। ਉਹਨਾਂ ਦਾ ਮੇਰੇ ਹੱਥ 'ਤੇ ਰੱਖਿਆ ਗੋਹਾ, ਮੇਰੇ ਕੱਪੜਿਆਂ ਵਾਲਾ ਪੂੰਝੇ ਗੋਹੇ ਵਾਲੇ ਹੱਥ, ਪਿਆਰ ਵਾਲਿਓ, ਮੈਨੂੰ ਅੱਜ ਤੱਕ ਉਸ ਗੱਲ ਦਾ ਅਹਿਸਾਸ ਕਰਾਉਂਦੇ ਨੇ ਕਿ ਸਾਡੀਆਂ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀਆਂ ਨੇ। ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ, 1994 ਦੇ ਵਿੱਚ ਮੈਂ ਗੁਰਦਾਸਪੁਰ ਪ੍ਰੋਫੈਸਰ ਲੱਗ ਗਿਆ ਅਤੇ ਉਹਨੀਂ ਦਿਨੀ ਮੈਂ ਜੁਲਾਈ ਵਿੱਚ ਪ੍ਰੋਫੈਸਰ ਜੁਆਇਨ ਕੀਤਾ ਅਤੇ ਅਗਸਤ ਵਿੱਚ ਭਗਤ ਜੀ 5 ਅਗਸਤ 1994 ਨੂੰ ਅਕਾਲ ਚਲਾਣਾ ਕਰ ਗਏ, ਸੱਚਖੰਡ ਵਾਸੀ ਹੋ ਗਏ। ਭਗਤ ਜੀ ਨੇ ਉਦੋਂ ਫਿਰ ਮੈਨੂੰ ਕਿਹਾ, ਪੁੱਤਰਾ
ਆ ਭਗਤ ਦੀ ਆਖਰੀ ਖਾਸ ਜਿਹੜੀ ਮੈਨੂੰ ਉਹਨਾਂ ਨੇ ਕਹੀ ਉਹਨਾਂ ਦੀਆਂ ਕਿਤਾਬਾਂ ਵੀ ਤੁਹਾਨੂੰ ਵੀ ਪੜ੍ਹਨ ਨੂੰ ਬਹੁਤ ਵਾਰ ਮਿਲਦੀ ਹੋਵੇ ਭਗਤ ਜੀ ਨੇ ਮੈਨੂੰ ਬੜੇ ਗੌਰ ਦੇ ਨਾਲ ਔਰ ਬੜੀ ਦਰਦ ਨਾਲ ਕਿਹਾ ਪੁੱਤਰਾ ਮੇਰੀ ਇਹ ਤੀਬਰ ਇੱਛਾ ਹੈ ਮੈਂ ਹਰ ਮੁੰਡੇ ਦੇ ਹੱਥ ਵਿੱਚ ਮੈਂ ਹਰ ਕੁੜੀ ਦੇ ਹੱਥ ਵਿੱਚ ਗੁਰਬਾਣੀ ਦਾ ਟੀਕਾ ਵੇਖਣਾ ਚਾਹੁੰਦਾ ਪੁੱਤਰਾ ਮੇਰੀ ਦਿੱਲੀ ਰੀਜ ਹੈ ਪਿਆਰ ਵਾਲਿਓ ਗੁਰੂ ਨੇ ਬਖਸ਼ਾਂ ਕੀਤੀਆਂ ਸਤਿਗੁਰਾਂ ਨੇ ਦਇਆ ਕੀਤੀ ਤੁਹਾਡੇ ਸੰਗਤਾਂ ਦੀਆਂ ਅਸੀਸਾਂ ਮਿਲੀਆਂ ਇਹ ਅਸੀਂ ਦੇਖਿਆ ਕਿ ਅਸੀਂ 2015 ਦੇ ਵਿੱਚ ਪਿੰਗਲਵਾੜੇ ਇੱਕ ਅੰਤਰਰਾਸ਼ਟਰੀ ਵਿਦਿਅਕ ਕਾਨਫਰੰਸ ਕਰਾਈ ਸਿੰਘ ਸਾਹਿਬ ਆ ਗਏ ਨੇ ਇਹ ਵੀ ਉੱਥੇ ਉਦੋਂ ਮੌਜੂਦ ਸਨ ਉਹਨਾਂ ਦੀ ਆਮਦ ਦੇ ਜਕਾਰਾ ਛੱਡ ਦਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਉੱਥੇ ਅਸੀਂ ਗੱਲ ਕੀਤੀ ਕਿ 500 ਸਾਲਾਂ ਅਵਤਾਰ ਪੁਰਬ ਜਦੋਂ ਅਸੀਂ ਮਨਾਇਆ ਗੁਰੂ ਨਾਨਕ ਸਾਹਿਬ ਦਾ ਸਿੱਖਾਂ ਨੇ ਸੈਂਕੜੇ ਨਹੀਂ ਹਜ਼ਾਰਾਂ ਸਕੂਲ ਸਥਾਪਿਤ ਕੀਤੇ ਪਰ ਮੈਨੂੰ ਇਹ ਗੱਲ ਕਹਿਣ ਵਿੱਚ ਝਿਜਕ ਕੋਈ ਨਹੀਂ ਹੈ ਕਿਉਂਕਿ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਭਗਤ ਦੀ ਗੱਲ ਕਰ ਰਿਹਾ ਮੈਂ ਗੁਰੂ ਗ੍ਰੰਥ ਦੀ ਗੱਲ ਕਰ ਰਿਹਾ ਸਮਾਂ ਪਰਤਿਆ ਇਹ ਸਕੂਲ ਦੁਕਾਨਾਂ ਬਣ ਗਈਆਂ ਇਹਨਾਂ ਸਕੂਲਾਂ ਵਿੱਚੋਂ ਭਗਤ ਪੂਰਨ ਸਿੰਘ ਪੈਦਾ ਨਹੀਂ ਹੋਏ ਇਹਨਾਂ ਸਕੂਲਾਂ ਚੋਂ ਹਰੀ ਸਿੰਘ ਨਲੂਆ ਪੈਦਾ ਨਹੀਂ ਹੋਇਆ ਇਹਨਾਂ ਸਕੂਲਾਂ ਨੇ ਜੱਸਾ ਸਿੰਘ ਆਲੂਵਾਲੀਏ ਨੂੰ ਜਨਮ ਨਹੀਂ ਦਿੱਤਾ ਅੱਜ ਸਾਡੀ ਕੌਮ ਕੋਲੇ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਜਥੇਦਾਰ ਅਕਾਲ ਤਖ਼ਤ ਨਹੀਂ ਹੈ ਇਹ ਸਕੂਲ ਪੈਦਾ ਨਹੀਂ ਕਰ ਸਕੇ ਇਹਨਾਂ ਨੇ ਪੈਦਾ ਕਰਨੇ ਸੀ ਇਹ ਖੁੰਝ ਗਏ ਸਕੂਲਾਂ ਵਿੱਚ ਬੈਣ ਲੱਗਦਾ ਕਿ ਪੰਜਾਬੀ ਬੋਲਣ ਨਹੀਂ ਸਕਦੇ ਤੁਸੀਂ ਉਹ ਗੁਰਬਾਣੀ ਦੀ ਗੱਲ ਛੱਡੋ ਪੰਜਾਬੀ ਵੀ ਨਹੀਂ ਬੋਲ ਸਕਦੇ ਇਹਨਾਂ ਨੂੰ ਕਿਹਾ ਕਿ ਗੁਰਬਾਣੀ ਦੀ ਗੱਲ ਕਰਿਆ ਕਰੋ ਇਹਨਾਂ ਨੇ ਅਧਿਆਪਕ ਰੱਖ ਲਏ ਡਿਵਿੰਟੀ ਦੇ ਕੁਝ ਸਕੂਲਾਂ ਨੇ ਪਰ ਪਿਆਰ ਵਾਲਿਓ ਮੈਨੂੰ ਕਹਿ ਲੈਣ ਦੇਣਾ ਜਿਹੜਾ ਅਧਿਆਪਕ ਡਿਵਿੰਟੀ ਪੜ੍ਹਾਉਂਦਾ ਉਹਦੀ ਤਨਖਾਹ ਸਾਰਿਆਂ ਤੋਂ ਘੱਟ ਉਹਦੀਆਂ ਕਿਤਾਬਾਂ ਸਾਰਿਆਂ ਤੋਂ ਘਟੀਆ ਉਹਨੂੰ ਸਮਾਂ ਸਾਰਿਆਂ ਤੋਂ ਘੱਟ ਇੱਕ ਯਤਨ ਸੀ ਇੱਕ ਕਰਨਾ ਸੀ ਉਪਰਾਲਾ ਕੌਮ ਨੇ ਗੁਰੂ ਨੇ ਬਖਸ਼ਿਸ਼ ਕੀਤੀ ਇੱਕ ਇਹੋ ਜਿਹਾ ਗੁਰੂ ਸਾਹਿਬ ਨੇ ਵਿੱਧ ਬਣਾਈ ਡਾਕਟਰ ਇੰਦਰਜੀਤ ਕੌਰ ਜੀ ਨੇ ਅਗਵਾਈ ਦਿੱਤੀ ਕਿ ਭਗਤ ਜੀ ਦਾ ਸੁਪਨਾ ਸੀ ਕਿ ਹਰ ਮੁੰਡੇ ਦੇ ਹਰ ਕੁੜੀ ਦੇ ਹੱਥ ਵਿੱਚ ਮੈਂ ਗੁਰਬਾਣੀ ਦਾ ਟੀਕਾ ਦੇਖਣਾ ਚਾਹੁੰਦਾ ਸੋ ਗੁਰਬਾਣੀ ਨੂੰ ਆਧਾਰ ਬਣਾ ਕੇ ਇਹੋ ਜਿਹੀਆਂ ਕਿਤਾਬਾਂ ਤਿਆਰ ਕਰੀਏ ਕਿ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਗੁਰਬਾਣੀ ਨਾਲ ਜੋੜ ਦਈਏ ਅੰਗਰੇਜ਼ ਪੰਜਾਬ ਵਿੱਚ ਆਇਆ ਤੁਹਾਨੂੰ ਪਤਾ ਉਹਨੇ ਪਹਿਲਾ ਕੰਮ 1849 ਵਿੱਚ ਕੀ ਕੀਤਾ ਉਹਨੇ ਇੱਕ ਹੁਕਮਨਾਮਾ ਜਾਰੀ ਕੀਤਾ ਇੱਕ ਫਰਮਾਨ ਜਾਰੀ ਕੀਤਾ ਕਿ ਸਿੱਖਾਂ ਦੇ ਘਰਾਂ ਵਿੱਚ ਜੇ ਕਿਰਪਾਨ ਹੈ ਤਾਂ ਜਮ੍ਹਾਂ ਕਰਾ ਦਿਓ 2 ਅੰਨੇ ਮਿਲਣਗੇ ਜੇ ਕੈਦਾ ਜਮ੍ਹਾਂ ਕਰਾ ਦਿਓ 6 ਅੰਨੇ ਮਿਲਣਗੇ ਤੇ ਸਾਡੇ ਕੈਦੇ ਕਿਰਪਾਨਾਂ 2 ਅੰਨੀਆਂ ਕਿਰਪਾਨਾਂ ਤੇ 6 ਅੰਨੇ ਦੇ ਕੈਦੇ ਉਹਨੇ ਇਕੱਠੇ ਕਰ ਲਏ ਘਰਾਂ ਵਿੱਚੋਂ ਕਾਇਦੇ ਖਤਮ ਹੋਏ ਆਪਣੇ ਕਾਇਦੇ ਦਿੱਤੇ ਹੋਏ ਤੁਹਾਡੇ ਘਰਾਂ ਵਿੱਚੋਂ ਗੁਰਮਤਿ ਅਲੋਪ ਹੋ ਗਈ ਗੁਰਬਾਣੀ ਦੇ ਸ਼ਬਦ ਅਲੋਪ ਹੋ ਗਏ ਤੇ ਇਹ ਲੋੜ ਸੀ ਗੁਰਬਾਣੀ ਦੇ ਸ਼ਬਦਾਂ ਨੂੰ ਪ੍ਰਚਲਿਤ ਕਰਨ ਦੀ ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਮਾਤਰ 2 ਸ਼ਬਦਾਂ ਦੀ ਗੱਲ ਕਰਾਂਗਾ ਸੰਗਤ ਆਪਾਂ ਆਪਣਾ ਮੁਲਾਂਕਣ ਕਰੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਇੱਕ ਸ਼ਬਦ ਆਉਂਦਾ ਸੱਸਾ ਹਾਹਾ ਸੱਸਾ ਸਹਸ ਸਿਆਣਪਾ ਲੱਖ ਹੋਵੇ ਤੇ ਮਤਲਬ ਕੀ ਹੈ ਸਹਸ ਦਾ ਸਾਨੂੰ ਆਮ ਤੌਰ ਤੇ ਨਹੀਂ ਪਤਾ ਤਾਣ ਗਾਵੇ ਕੋ ਤਾਣ ਕੇਤਾ ਤਾਣ ਸਵਾਲਿਓ ਰੂਪ ਹੁਣ ਤਾਣ ਦਾ ਮਤਲਬ ਕੀ ਹੈ ਆਮ ਸੰਗਤਾਂ ਨੂੰ ਨਹੀਂ ਪਤਾ ਕਿਉਂ ਕਿਉਂਕਿ ਸਾਡੀ ਭਾਸ਼ਾ ਵਿੱਚੋਂ ਸ਼ਬਦ ਨਿਕਲ ਗਏ ਸੋ ਇੱਕ ਯਤਨ ਕੀਤਾ ਬੱਚਿਆਂ ਨੂੰ ਪੰਜਾਬੀ ਏਦਾਂ ਪੜ੍ਹਾਈ ਜਾਵੇ ਸਕੂਲ ਦੇ ਵਿਸ਼ੇ ਏਦਾਂ ਪੜ੍ਹਾਏ ਜਾਣ ਕਿ ਜੋ ਭਗਤ ਦੀ ਇੱਛਾ ਸੀ ਉਹ ਪੂਰੀ ਹੋ ਜਾਵੇ ਗੁਰਬਾਣੀ ਸੁਣੀ ਜਾਵੇ ਤੇ ਪਤਾ ਲੱਗੇ ਕੀ ਹੈ ਮੈਂ ਤੁਹਾਨੂੰ ਛੋਟਾ ਜਿਹਾ ਦ੍ਰਿਸ਼ਟਾਂਤ ਇੱਕ ਨਿਗਾਹ ਜੀ ਤੁਹਾਡੀ ਘਟਾ ਦੇਣੀ ਹੈ ਬਾਕੀ ਸਿੱਖ ਟੀਵੀ ਚੈਨਲ ਨੇ 12 ਅਗਸਤ ਤੋਂ ਸ਼ਾਮ ਨੂੰ ਨਕਲ 7 ਵਜੇ ਦਾ ਟਾਈਮ ਹੈ ਉਹਨਾਂ ਦਾ ਉਹਨਾਂ ਨੇ ਇਹ 10 ਕਿਸ਼ਤਾਂ ਵਿੱਚ ਸਾਰਾ ਪ੍ਰੋਜੈਕਟ ਟੈਲੀਕਾਸਟ ਕਰਨਾ ਉਹਨੂੰ ਜ਼ਰੂਰ ਸੁਣਿਓ ਇੱਕ ਦ੍ਰਿਸ਼ਟਾਂਤ ਮੈਂ ਦੇ ਰਿਹਾ ਅਸੀਂ ਊੜਾ ਸਿਖਾਉਣਾ ਹੈ ਅਸੀਂ ਊੜਾ ਊਂਟ ਪੜ੍ਹੇ ਆਉਣੇ ਹਾਂ ਸਾਡੇ ਦਾਦੇ ਪੜਦਾਦੇ ਹੀ ਪੜ੍ਹਦੇ ਰਹੇ ਅੱਗੇ ਪੋਤੇ ਪੜਪੋਤੇ ਹੀ ਪੜ੍ਹੀ ਜਾਂਦੇ ਨੇ ਸਾਰੀਆਂ ਕਿਤਾਬਾਂ 'ਚ ਵਿਕਾਸ ਹੋ ਗਿਆ ਭਗਤ ਜੀ ਦੀ ਇੱਛਾ ਸੀ ਕਿ ਕੋਈ ਗੱਲ ਗੁਰਬਾਣੀ ਦੀ ਸੋਹਣੇ ਬੱਚੇ ਨੂੰ ਸਮਝ ਆਵੇ ਅਸੀਂ ਸੋਚਿਆ ਊੜਾ ਪੜ੍ਹਾਉਣਾ ਹੈ ਕਿਉਂ ਨਾ ਊੜਾ ਹੋਰ ਪੜ੍ਹਾਈਏ ਗੁਰੂ ਸਾਹਿਬ ਕਹਿੰਦੇ ਆ ਹਰ ਕਾ ਨਾਮ ਰੱਖੋ ਹੋਰ ਧਾਰ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾ ਕੇ ਰੱਖੋ ਜਦੋਂ ਉਹ ਸ਼ਬਦ ਦਾ ਪੜ੍ਹਿਆ ਹੋਊਗਾ ਕਿਤਾਬ ਕੇ ਹਿਰਦਾ ਹੁੰਦਾ ਤੇ ਬੱਚਾ ਸਮਝ ਆਵੇਗਾ ਅਸ ਗੁਰੂ ਸਾਹਿਬ ਨੇ ਘੋੜੇ ਨੂੰ ਕਿਹਾ ਅੱਜ ਗੁਰੂ ਸਾਹਿਬ ਬੱਕਰੀ ਨੂੰ ਕਹਿੰਦੇ ਆ ਸਾਨੂੰ ਪਤਾ ਹੀ ਨਹੀਂ ਸੋ ਇੱਕ ਦ੍ਰਿਸ਼ਟਾਂਤ ਹੈ ਇਸੇ ਤਰ੍ਹਾਂ ਪੈਂਤੀ ਦਾ ਕਾਇਦਾ ਪੜ੍ਹਾਇਆ ਫਿਰ ਪੈਂਤੀ ਲਿਖਣੀ ਸਿਖਾਈ ਊੜਾ ਲਿਖਣਾ ਕਿਵੇਂ ਹੈ ਨਵੇਂ ਸ਼ਬਦ ਦਿੱਤੇ ਫਿਰ ਉਸ ਤੋਂ ਬਾਅਦ ਮੁਕਤਾ ਪੜ੍ਹਾਉਣਾ ਹੈ ਕੱਗਾ ਰਾਰਾ ਘਰ ਤਾਂ ਠੀਕ ਹੈ ਕੱਕਾ ਰਾਰਾ ਘਰ ਅਸੀਂ ਘਰ ਕਮਲਾਂ ਨੂੰ ਕਹਿੰਦੇ ਹਾਂ ਪੱਪਾ ਗੱਗਾ ਪੱਗ ਅਸੀਂ ਪੈਰ ਨੂੰ ਕਹਿੰਦੇ ਹਾਂ ਪੰਕਜ ਮੋਹ ਪੱਗ ਨਹੀਂ ਚਾਲੇ
ਸੱਸਾ ਲੱਲਾ ਲੱਲਾ ਸਰਲ ਅਸੀਂ ਪਾਣੀ ਨੂੰ ਕਹਿੰਦੇ ਹਾਂ, ਗੱਗਾ ਜੱਜਾ ਗੱਜ ਅਸੀਂ ਹਾਥੀ ਨੂੰ ਕਹਿੰਦੇ ਹਾਂ, ਆੜਾ ਜੱਜਾ ਅੱਜ ਗੁਰਬਾਣੀ ਚ ਬੱਕਰੀ ਨੂੰ ਲਿਖਿਆ। ਬੱਚਿਆਂ ਵਿੱਚ ਇਹਨਾਂ ਭਾਸ਼ਾ ਦਾ ਗਿਆਨ ਹੋ ਜਾਵੇ, ਇਹਦੇ ਹਿਸਾਬ ਨਾਲ ਕਿਤਾਬਾਂ ਤਿਆਰ ਕੀਤੀਆਂ। ਹੁਣ ਸੈਂਟੈਂਸਸ ਦੇਣੇ ਆ, ਮੁਕਤਾ ਪੜ੍ਹਾਉਣਾ। ਸੈਂਟੈਂਸਸ ਏਦਾਂ ਡਰਾਫਟ ਕੀਤੇ ਕਿ ਬੱਚਾ ਮੁਕਤਾ ਪੜ੍ਹਦਿਆਂ ਗੁਰੂ ਘਰ ਨਾਲ ਜੁੜ ਜਾਏ। ਸੈਂਟੈਂਸ ਕੀ ਹੈ? ਹਰ ਦਮ ਭਜਨ ਕਰ, ਜਨਮ ਸਫਲ ਕਰ, ਤਨ ਮਨ ਧਨ ਅਰਪਣ ਕਰ। ਸੋ ਇਸੇ ਤਰ੍ਹਾਂ ਪੰਜਾਬੀ ਦੀਆਂ ਸਾਰੀਆਂ ਮਾਤਰਾਵਾਂ ਸਿਖਾ ਦਿੱਤੀਆਂ। ਕੰਨਾ ਸਿਖਾਉਣਾ, ਖਾਣਾ ਖਾ, ਸ਼ਬਦ ਗਾ, ਪਾਠ ਯਾਦ ਕਰ, ਤਾਣ ਨਾਲ ਵਾਰ ਕਰ। ਹੁਣ ਲੱਗਿਆ ਪਤਾ ਨਾ, ਤਾਣ ਹੁੰਦਾ ਤਾਕਤ, ਜ਼ੋਰ ਨਾਲ ਵਾਰ ਕਰ, ਤਾਣ ਨਾਲ ਵਾਰ ਕਰ। ਹਰ ਜਾਪ ਅਰਦਾਸ ਕਰ, ਭਾਣਾ ਪ੍ਰਮਾਣ ਕਰ, ਪਰਮਾਤਮਾ ਦਾ ਨਾਮ ਜਪ, ਸਭ ਦਾ ਭਲਾ ਕਰ, ਆਪਣਾ ਕਾਰਜ ਆਪ ਸਵਾਰ। ਇਹ ਜਿਹੜੇ ਮੇਰੇ ਸੈਂਟੈਂਸਿਸ ਮੈਂ ਪੜ੍ਹੇ ਨੇ, ਇਹ ਮੈਂ ਗੁਰਬਾਣੀ ਨਹੀਂ ਹੁਣ ਪੜ੍ਹਾ ਰਿਹਾ, ਮੈਂ ਕੰਨਾ ਪੜ੍ਹਾ ਰਿਹਾ ਬੱਚੇ ਨੂੰ, ਕੰਨਾ ਪ੍ਰੋਨਾਊਂਸ ਕਿਵੇਂ ਕਰਨਾ। ਪਰ ਮੇਰਾ ਸੈਂਟੈਂਸ ਸੀਗਾ, ਸਭ ਦਾ ਭਲਾ ਕਰ, ਆਪਣਾ ਕਾਰਜ ਆਪ ਸਵਾਰ। ਇਹ ਇੱਕ ਢੰਗ ਹੈ, ਮੈਂ ਤੁਹਾਨੂੰ ਸਿਰਫ ਇਸ਼ਾਰਾ ਦੇ ਰਿਹਾ। ਇਸੇ ਤਰ੍ਹਾਂ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਵਲਾਂਕੜ, ਸਾਡੀਆਂ ਉਹਨਾਂ ਕਿਤਾਬਾਂ ਦਾ ਕੋਈ ਮੁੱਲ ਨਹੀਂ ਜਿਹੜੀਆਂ ਸਿਰਫ ਇਹੀ ਪੜ੍ਹਾਈਆਂ ਹੁੰਦੀਆਂ ਨੇ। ਰਾਮ ਕੇਲਾ ਖਾਂਦਾ ਹੈ, ਸ਼ਾਮ ਸਾਈਕਲ ਚਲਾਉਂਦਾ ਹੈ, ਸੀਤਾ ਕੱਪੜੇ ਧੋਂਦੀ ਹੈ, ਉਹ ਪਿਆਰ ਵਾਲਿਓ। ਗੁਰਬਾਣੀ ਦੇ ਵਿੱਚ ਇੰਨਾ ਖਜ਼ਾਨਾ, ਵਿਦਵਾਨ ਕਹਿੰਦੇ ਨੇ, ਬਰਟਰੈਂਡ ਰਸਲ ਲਿਖਦਾ, ਕੈਂਬਰੇਜ ਦਾ ਪ੍ਰੋਫੈਸਰ ਹੈ, ਨੋਬਲ ਪ੍ਰਾਈਜ਼ ਮਿਲਿਆ, ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਉਹ ਕੰਮ ਕਰਦਾ ਰਿਹਾ, ਕਹਿੰਦਾ ਸਿੱਖਾਂ ਨੇ ਬਹੁਤ ਵੱਡਾ ਪਾਪ ਕੀਤਾ। ਦਾ ਸਿੱਖਸ ਹੈਵ ਫੇਲਡ ਟੂ ਬ੍ਰੋਡਨ ਸੰਡੇ ਲਾਈਟ ਦ ਸਪਲੈਂਡਰ ਡੋਕਟ੍ਰਾਈਨਸ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ। ਦਾ ਸਿਨ ਦਾ ਸਿੱਖਸ ਹੈਵ ਕਮਿਟਡ ਸ਼ੈਲ ਨਾਟ ਬੀ ਰਿਡ ਆਫ। ਉਹਨਾਂ ਨੂੰ ਇਹਦੀ ਗੱਲ ਦੀ ਮਾਫ਼ੀ ਨਹੀਂ ਦਿੱਤੀ ਜਾ ਸਕਦੀ, ਐਡਾ ਵੱਡਾ ਅਪਰਾਧ ਕੀਤਾ ਸਿੱਖਾਂ ਨੇ ਕਿ ਗੁਰੂ ਦੀ ਗੱਲ ਦੱਸ ਹੀ ਨਹੀਂ ਸਕੇ। ਪਿਆਰ ਵਾਲਿਓ, ਬਰਟਰੈਂਡ ਰਸਲ ਉਹ ਬੰਦਾ ਸੀ ਜਿਹਨੇ ਵੱਖ ਵੱਖ ਧਰਮਾਂ ਦੇ ਖਿਲਾਫ਼ ਬਹੁਤ ਕੁਛ ਲਿਖਿਆ, ਅਧਰਮੀ ਬੰਦਾ ਸੀ। ਗੁਰੂ ਗ੍ਰੰਥ ਸਾਹਿਬ ਵੱਲ ਵੀ ਏਦਾਂ ਹੀ ਵਧਿਆ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਵੀ ਬਸ ਏਦਾਂ ਹੀ ਲਿਖੂੰਗਾ ਕਿ ਇਹ ਧਰਮ ਐਵੇਂ ਹੀ ਹੁੰਦਾ, ਲੋਕਾਂ ਨੂੰ ਬੁੱਧੂ ਬਣਾਉਂਦਾ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਨ ਲੱਗਿਆ, ਅਸ਼ ਅਸ਼ ਕਰਦਾ ਗਿਆ, ਅਸ਼ ਅਸ਼ ਕਰਦਾ ਗਿਆ, ਔਰ ਆਪਣੀਆਂ ਲਿਖਤਾਂ ਵਿੱਚ ਇਹ ਗੱਲ ਮੰਨਦਾ, ਕਹਿੰਦਾ ਆਈ ਲੋਸਟ ਮਾਈ ਏਮ, ਮੇਰੀ ਕਲਮ ਦੀ ਸਿਆਹੀ ਸੁੱਕ ਗਈ, ਕਹਿੰਦਾ ਜੋ ਮੈਂ ਸੋਚਦਾ ਸੀ ਉਹੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਸੀ। ਕਹਿੰਦਾ ਸਿੱਖਾਂ ਦਾ ਇਹ ਪਾਪ ਕੋਈ ਨਹੀਂ ਮਾਫ਼ ਕਰ ਸਕਦਾ। ਕਹਿੰਦਾ ਗੁਰੂ ਗੋਬਿੰਦ ਸਿੰਘ ਇੰਗਲੈਂਡ ਦੀ ਧਰਤੀ ਤੇ ਜਨਮ ਲੈਂਦੇ, ਅੱਜ ਦੁਨੀਆ ਨੇ ਗੁਰੂ ਗੋਬਿੰਦ ਸਿੰਘ ਦੇ ਸ਼ਾਗਿਰਦ ਹੋਣਾ ਸੀ। ਕਹਿੰਦਾ ਇਹ ਸਿੱਖ ਨੇ ਐਡਾ ਵੱਡਾ ਖਜ਼ਾਨਾ ਲੈ ਕੇ ਬੈਠੇ ਨੇ। ਅੱਜ ਮੇਰੇ ਕੋਲ ਵਕਤ ਨਹੀਂ, ਮੈਂ ਉਹ ਸਿੱਖ ਟੀਵੀ ਚੈਨਲ ਤੇ ਸਾਰੀਆਂ ਗੱਲਾਂ ਕੀਤੀਆਂ ਨੇ ਕਿ ਸਿੱਖੀ ਦੇ ਗੱਲ ਸੁਣ ਕੇ ਵਿਦਵਾਨਾਂ ਦੇ, ਸਾਇੰਸਦਾਨਾਂ ਦੇ ਰੋਂਗ ਟ੍ਰੈਕ ਕਿੱਥੇ ਕਿੱਥੇ ਦੇ ਕਿਵੇਂ ਖੜੇ ਹੋਏ। ਗੁਰਬਾਣੀ ਚ ਐਡੇ ਵੱਡੇ ਸੁਨੇਹੇ ਗੁਰੂ ਸਾਹਿਬ ਨੇ ਦੇ ਦਿੱਤੇ। ਸੋ ਇਹ ਸੁਨੇਹਾ ਸੀ ਇਹਨਾਂ ਕਿਤਾਬਾਂ ਰਾਹੀਂ। ਭਗਤ ਜੀ ਦੀ ਇੱਕ ਸੋਚ ਸੀ ਕਿ ਮੈਂ ਹਰ ਮੁੰਡੇ ਦੇ, ਹਰ ਕੁੜੀ ਦੇ ਹੱਥ ਵਿੱਚ ਗੁਰਬਾਣੀ ਦਾ ਟੀਕਾ ਦੇਖਣਾ ਚਾਹੁੰਦਾ। ਅਸੀਂ ਇਹਨਾਂ ਕਿਤਾਬਾਂ ਰਾਹੀਂ ਬੱਚਿਆਂ ਦੇ ਹੱਥ ਟੀਕੇ ਫੜਾ ਰਹੇ ਹਾਂ, ਆਹ ਬਾਡੀ ਦੇ ਅੰਗ ਬਣਾਉਣੇ ਨੇ। ਸਾਡੀਆਂ ਕਿਤਾਬਾਂ ਉੱਤੇ ਬੰਦਾ ਕਲੀਨ ਸ਼ੇਵ ਦਿਖਾਇਆ ਹੁੰਦਾ, ਉਹਦੀ ਬਾਡੀ ਦੇ ਅੰਗ ਬਣਾਉਂਦੇ ਆ। ਉਹ ਬੰਦੇ ਦੇ ਆਪਣੇ ਪੂਰੇ ਅੰਗ ਨਹੀਂ ਹੈਗੇ ਤੇ ਬਾਡੀ ਦੇ ਅੰਗ ਕੀ ਬਣਾਉਂਦੇ ਉਹਦੇ। ਆਹ ਦਾੜੀ ਸਰੀਰ ਦਾ ਇੱਕ ਅੰਗ ਹੈ, ਕੇਸ ਸਰੀਰ ਦਾ ਇੱਕ ਅੰਗ ਨੇ, ਜਦ ਪਾਰਟ ਆਫ ਦਾ ਬਾਡੀ। ਮੈਂ ਬਾਹਰ ਆ ਕੇ ਬੰਦੇ ਦੀ ਫੋਟੋ ਬਣਾ ਦਵਾਂ ਤੇ ਬੱਚੇ ਨੂੰ ਫਿਰ ਕਹਾਂ ਆਹ ਬਾਡੀ ਪਾਰਟ ਨੇ, ਲੱਗੋ ਕਿਹੜਾ ਕਮਲਾ। ਤੇ ਆਹ ਕਲੀਨ ਸ਼ੇਪ ਬੰਦੇ ਨੂੰ ਕਿਤਾਬ ਤੇ ਦਿਖਾ ਕੇ ਬਾਡੀ ਪਾਰਟ ਪੜ੍ਹਾਉਣਾ, ਇਹ ਵੀ ਕੁਦਰਤ ਨਾਲ ਖਿਲਵਾੜ ਹੈ। ਉਹ ਬਾਡੀ ਹੋਈ ਪੂਰੀ ਨਹੀਂ ਹੈ, ਅਸੀਂ ਕਿਤਾਬਾਂ ਦੇ ਵਿੱਚ ਸਰੀਰ ਦੇ ਅੰਗ ਦਿਖਾਏ। ਅੱਗੇ ਦੀਆਂ ਲੈਸਨ ਦੇਣੇ ਨੇ ਗੁਰਬਾਣੀ ਦੇ ਵਿੱਚੋਂ, ਬੱਚਿਆਂ ਵਾਲੇ ਲੈਸਨ, ਸੱਚਾ ਸੌਦਾ, ਉਹਨਾਂ ਤੋਂ ਅੱਗੇ ਲੈਸਨ ਦੇ ਕੁਸ਼ਚਨ ਆਨਸਰ ਆ ਗਏ। ਫਿਰ ਅੱਗੇ ਪੁਸਤਕਾਂ ਨੇ ਕਿ ਬੱਚਿਆਂ ਨੇ ਰਾਈਟਿੰਗ ਕਰਨੀ। ਉਹਦੇ ਅਸੀਂ 120 ਟੋਪਿਕ ਬਾਹਰ, ਇੱਕ ਸਿੰਘ ਸਾਹਿਬ ਖੜੇ ਸਨ, ਉਹ ਮੈਨੂੰ ਕਹਿੰਦੇ ਇਹ ਕਿਤਾਬਾਂ ਤੇ ਕੰਮ ਕਰਕੇ ਤਾਂ ਹਰ ਬੰਦਾ ਵਿਆਖਿਆਕਾਰ ਬਣ ਜਾਵੇਗਾ। ਭਗਤ ਪੂਰਨ ਸਿੰਘ ਇਹੀ ਚਾਹੁੰਦੇ ਸਨ, ਉਹ ਮੈਂ ਨਹੀਂ ਉਹ ਸਿੰਘ ਨੂੰ ਕਿਹਾ, ਗੇਟ ਤੇ ਖੜੇ ਨੇ ਭਾਈ ਸਾਹਿਬ, ਮੈਨੂੰ, ਮੈਂ ਲੰਘ ਰਿਹਾ ਸੀ, ਉਹਨਾਂ ਨੂੰ ਪਤਾ ਨਹੀਂ ਸੀ ਮੇਰੇ ਬਾਰੇ, ਉਹ ਗੱਲ ਕਰ ਰਹੇ ਸਨ ਤੇ ਕਹਿੰਦੇ ਵੀ ਆਹ ਪੜ੍ਹ ਕੇ ਤਾਂ ਹਰ ਬੰਦਾ ਵਿਆਖਿਆਕਾਰ ਬਣ ਜਾਵੇਗਾ। ਕਿਵੇਂ ਬਣੇਗਾ ਬਈ? ਅਸੀਂ 120 ਟੋਪਿਕ ਗੁਰਬਾਣੀ ਵਿੱਚੋਂ ਲਏ, ਉਹ ਟੋਪਿਕ ਜਿਹੜੇ ਬੱਚੇ ਦੀ ਜ਼ਿੰਦਗੀ ਦੇ ਰੋਜ਼ਮਰਾ ਨਾਲ ਸੰਬੰਧਿਤ ਨੇ। ਸਵੇਰੇ ਉੱਠਣ ਸਮੇਂ, ਰੋਟੀ ਖਾਣ ਸਮੇਂ, ਪਾਣੀ ਪੀਣ ਸਮੇਂ, ਖੇਡਣ ਸਮੇਂ, ਮੰਮੀ ਪਾਪਾ ਨਾਲ ਲੜਨ ਸਮੇਂ, ਟੈਲੀਵਿਜ਼ਨ ਦੇਖਣ ਸਮੇਂ, ਮਿੱਤਰ ਬਣਾਉਣ ਸਮੇਂ, ਧੋਖਾ ਹੋ ਜਾਣ ਦਾ ਡਰ ਸਮੇਂ, ਨਿੰਦਿਆ ਦੇ ਡਰ ਸਮੇਂ, ਜਿਹੜੇ ਕੰਮ ਰੋਜ਼ ਬੱਚਾ ਕਰਦਾ, ਪਾਠ ਕਰਨ ਦਾ ਮਨ ਨਾ ਕਰਨ ਸਮੇਂ, ਇਹਨਾਂ ਸਮਿਆਂ ਤੇ ਗੁਰਬਾਣੀ ਸਾਨੂੰ ਕੀ ਦੱਸਦੀ ਹੈ? ਬੱਚੇ ਨੇ ਰਾਈਟਿੰਗ ਕਰਨੀ ਹੈ, ਕਲਰਿੰਗ ਕਰਨੀ ਹੈ, ਸਕੈਚਿੰਗ ਕਰਨੀ ਹੈ। ਇਹ ਕੁਛ ਡਰਾਇੰਗ ਦੀਆਂ ਬੇਸਿਕ ਬੁੱਕਸ ਨੇ, ਕੜੇ 'ਚ ਰੰਗ, ਦਮਾਲੇ 'ਚ ਰੰਗ, ਦਸਤਾਰ 'ਚ ਰੰਗ, ਖੰਡਾ,
ਉਹਨੂੰ ਨਾਲ ਆਪਾਂ ਨੇ ਚੌਰ ਬਣਾ ਲੈਣਾ ਬੱਚੇ ਨੂੰ ਐਕਟੀਵਿਟੀ ਦੇਣੀ ਹੈ ਕਿਤਾਬਾਂ ਦੇ ਵਿੱਚ ਫਿਰ ਆਹ ਇੱਕ ਚੰਗੀਆਂ ਆਦਤਾਂ ਸਕੂਲਾਂ 'ਚ ਕਲੋਜ਼ ਬਣਾਉਣ ਨੂੰ ਕਿਹਾ ਜਾਂਦਾ ਅਸੀਂ ਕਿਹਾ ਚੰਗੀਆਂ ਆਦਤਾਂ ਦੇ ਕਲੋਜ਼ ਬਣਾਓ ਕਲੋਜ਼ ਦੇ ਲਈ ਤਸਵੀਰਾਂ ਮਗਰ ਦਿੱਤੀਆਂ ਹੋਈਆਂ ਨੇ ਸਾਡੇ ਲਈ ਚੰਗੀ ਆਦਤ ਕੀ ਹੈ ਹੁਣ ਆਪਾਂ ਇੱਥੇ ਬੈਠੇ ਹਾਂ ਸਾਰੇ ਜਣੇ ਇੱਕ ਆਪਾਂ ਆਪਣਾ ਮੁਲਾਂਕਣ ਕਰੀਏ ਸਾਡਿਆਂ ਵਿੱਚੋਂ ਪਰਿਵਾਰਾਂ ਵਿੱਚੋਂ ਕਿੰਨਿਆਂ ਦੇ ਬੱਚੇ ਪ੍ਰਸ਼ਾਦਾ ਛਕਣ ਲੱਗੇ ਅਰਦਾਸ ਕਰਦੇ ਆ ਕਿੰਨਿਆਂ ਦੇ ਬੱਚੇ ਸਵੇਰੇ ਉੱਠ ਕੇ ਚੌਂਕੜੀ ਮਾਰ ਕੇ ਬੈਠਦੇ ਆ ਸਿੰਘ ਸਾਹਿਬ ਛਕਣਗੇ ਪ੍ਰਸ਼ਾਦਾ ਅਰਦਾਸ ਕਰਕੇ ਛਕਣਗੇ ਹੋਰ ਸਿਆਣੇ ਬੰਦੇ ਕਰਨਗੇ ਅਰਦਾਸ ਕਰਕੇ ਛਕਣਗੇ ਕੀ ਇਹ ਅਰਦਾਸ ਸਿੰਘ ਸਾਹਿਬ ਨੇ ਕਰਨੀ ਹੁੰਦੀ ਹੈ ਆਪਾਂ ਨੇ ਨਹੀਂ ਕਰਨੀ ਹੁੰਦੀ ਇਹ ਹਰ ਸਿੱਖ ਨੇ ਕਰਨੀ ਹੁੰਦੀ ਆ ਭਾਈ ਸਾਡਾ ਇਹ ਪਰਿਵਾਰਕ ਮਾਹੌਲ ਹੀ ਨਹੀਂ ਇਹ ਕਿਤਾਬਾਂ ਸਿਖਾਉਣਗੀਆਂ ਤੁਹਾਨੂੰ ਇਸੇ ਤਰ੍ਹਾਂ ਸਾਡੇ ਸਿੱਖ ਵਿਦਵਾਨ ਸਾਨੂੰ ਗਿਆਨੀ ਦਿੱਤ ਸਿੰਘ ਤਸਵੀਰ ਦਾ ਨਹੀਂ ਪਤਾ ਸਾਹਿਬ ਸਿੰਘ ਜੀ ਦਾ ਨਹੀਂ ਪਤਾ ਕਾਹਨ ਸਿੰਘ ਨਾਭਾ ਦਾ ਨਹੀਂ ਪਤਾ ਇਹ ਕਲਾਸ ਦੇ ਰੂਪ ਵਿੱਚ ਸੋ ਇਹ ਨਰਸੀ ਤੋਂ ਲੈ ਕੇ ਪਲੱਸ ਟੂ ਤੱਕ ਦੀਆਂ ਕਿਤਾਬਾਂ ਨੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਕਿਹੜੇ ਗੁਰਦੁਆਰੇ ਨੂੰ ਕਲੋਜ਼ ਬਣਾਉਣਾ ਸੋ ਅੱਗੇ ਹਿਸਟਰੀ ਕਾਰਡ ਨੇ ਮੈਂ ਤੇਜ਼ੀ ਨਾਲ ਕੱਢ ਰਿਹਾ ਤੁਸੀਂ ਸਿੱਖ ਚੈਨਲ ਤੇ ਸੁਣਿਓ 12 ਅਗਸਤ ਤੋਂ ਜਿਹੜਾ ਰਵੀਵਾਰ ਇਹ ਆਵੇਗਾ ਮੈਂ ਸਿਰਫ ਤੁਹਾਨੂੰ ਜੋ ਦੋ ਸਲਾਈਡ ਦਿਖਾ ਕੇ ਮਾਫੀ ਮੰਗ ਰਿਹਾ ਆਹ ਕੌਣ ਨੇ ਜੀ ਨਾਲ ਲਿਖਿਆ ਹੋਇਆ ਵੈਸੇ ਨਾਮ ਲਿਖਿਆ ਆਇਆ ਭਾਈ ਮਹਾਰਾਜ ਸਿੰਘ ਜੀ ਸਾਡੀਆਂ ਸਿਲੇਬਸ ਦੀਆਂ ਕਿਤਾਬਾਂ ਕਹਿੰਦੀਆਂ ਨੇ ਸਿੰਘ ਸਾਹਿਬ ਕੁਦਰਤੀ ਆ ਗਏ ਮੈਂ ਇਹਨਾਂ ਦੇ ਧਿਆਨ 'ਚ ਲਿਆ ਦਵਾਂ ਗੱਲ ਕਿਤਾਬਾਂ ਕਹਿੰਦੀਆਂ ਨੇ ਕਿ ਆਜ਼ਾਦੀ ਦਾ ਭਾਰਤ ਦੀ ਆਜ਼ਾਦੀ ਦਾ ਪਹਿਲਾ ਕਦਮ 1857 ਵਿੱਚ ਹੋਇਆ ਤੇ ਰਾਣੀ ਝਾਂਸੀ ਨੇ ਕੀਤਾ ਅੰਗਰੇਜ਼ ਕਹਿੰਦਾ ਸਾਡੀ ਪਹਿਲੀ ਵੱਡੀ ਜੰਗ ਮਹਾਰਾਜ ਸਿੰਘ ਨਾਲ ਹੋਈ ਸਾਨੂੰ ਐਡੀ ਭੰਗ ਪਾਈ ਐਡਾ ਸਾਡੇ ਪੈਰ ਉਖੇੜੇ ਸੋ ਆਜ਼ਾਦੀ ਦਾ ਪਹਿਲਾ ਗਦਰ ਭਾਈ 1848 ਵਿੱਚ ਹੋਇਆ 1857 ਵਿੱਚ ਨਹੀਂ ਹੋਇਆ ਭਾਈ ਮਹਾਰਾਜ ਸਿੰਘ ਨੇ ਕੀਤਾ ਅਸੀਂ ਲਿਖਿਆ ਇਹ ਕਿਤਾਬ 'ਚ ਲਿਖਿਆ ਹੋਇਆ ਕਿ 9 ਸਾਲ ਪਹਿਲਾਂ ਮਹਾਰਾਜ ਸਿੰਘ ਨੇ ਸਿੱਖਾਂ ਨੂੰ ਲਾਭ ਬਾਗ ਕੀਤਾ ਔਰ ਪਹਿਲੀ ਟੱਕਰ ਅੰਗਰੇਜ਼ ਹਕੂਮਤ ਨਾਲ ਲਈ ਭਾਰਤ ਦੀ ਆਜ਼ਾਦੀ ਦੇ ਲਈ ਕਿਤਾਬਾਂ 1857 ਪੜ੍ਹਾਈ ਜਾਂਦੀਆਂ ਨੇ ਉਹ ਅਸੀਂ ਪੱਗਾਂ ਵਾਲੇ ਕਿਉਂ ਪੱਗਾਂ ਹੀ ਪਾੜਦੇ ਰਹਿ ਗਏ ਉਹ ਸਾਡਾ ਇਤਿਹਾਸ ਕਿਤਾਬਾਂ ਵਿੱਚ ਨਹੀਂ ਮੈਨੂੰ ਖਿਮਾ ਕਰਨਾ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਅਸੀਂ ਸੰਗ ਪਾਠ ਪੜ੍ਹ ਕੇ ਗੱਲਾਂ ਕਰ ਲੈਂਦੇ ਹਾਂ ਪਰ ਜੇ ਸਾਡਾ ਇਤਿਹਾਸ ਜਿੱਥੇ ਇਤਿਹਾਸ ਪੜ੍ਹਾਇਆ ਜਾ ਰਿਹਾ ਸਿੰਘ ਸਾਹਿਬ ਉੱਥੇ ਨਹੀਂ ਤਾਂ ਸਾਨੂੰ ਵਿਚਾਰਨ ਦੀ ਲੋੜ ਹੈ ਅਸੀਂ ਐਡਾ ਇਤਿਹਾਸ ਰੱਖਦੇ ਹਾਂ ਪਰ ਸਾਡੇ ਕਿਤਾਬਾਂ 'ਚ ਹੈ ਹੀ ਨਹੀਂ ਅਸੀਂ ਕਰ ਕੀ ਰਹੇ ਹਾਂ ਸਾਡੇ ਆਪਣੇ ਵਿਦਕ ਅਦਾਰੇ ਨੇ ਸਾਡੇ ਆਪਣੇ ਵਿਦਕ ਅਦਾਰੇ ਆ ਕਿਤਾਬਾਂ 'ਚ ਇਤਿਹਾਸ ਨਹੀਂ ਇੱਕ ਦਸ਼ਾਂਤ ਮੈਂ ਹੋਰ ਦੇਣਾ ਆ ਮੈਂ ਵਿੱਚੋਂ ਛੱਡ ਰਿਹਾ ਸਲਾਈਡ ਇਹ ਤੁਸੀਂ ਸਿੱਖ ਟੀਵੀ ਚੈਨਲ ਤੇ ਸੁਣੋ ਇਹ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਇਹਨਾਂ ਦੀ ਸ਼ਹੀਦੀ ਪਤਾ ਕਿਵੇਂ ਹੋਈ ਬਿਲਕੁਲ ਉਸੇ ਹੀ ਤਰ੍ਹਾਂ ਜਿੱਦਾਂ ਬੰਦਾ ਬਹਾਦਰ ਦੀ ਸ਼ਹੀਦੀ ਹੋਈ ਕਾਰਨ ਪਤਾ ਕੀ ਸੀ ਅੰਡੇਮਾਨ ਦੇ ਜਦੋਂ ਸੈਕਿੰਡ ਵਰਲਡ ਵਾਰ ਵੇਲੇ ਜਪਾਨੀਆਂ ਨੇ ਕਬਜ਼ਾ ਕੀਤਾ ਤੇ ਜਪਾਨੀਆਂ ਨੇ ਇਹਨਾਂ ਨੂੰ ਡਾਇਰੈਕਟਰ ਹੈਲਥ ਲਾਤਾ ਸਿਆਣਾ ਸੁਰਜਾ ਹੋਇਆ ਡਾਕਟਰ ਸੀ ਡਾਇਰੈਕਟਰ ਹੈਲਥ ਨਿਯੁਕਤ ਕਰ ਦਿੱਤਾ ਮੁੜ ਕੇ ਜਪਾਨੀਆਂ ਨੇ ਅੰਡੇਮਾਨ ਨਿਕੋਬਾਰ ਦੀਆਂ ਕੁੜੀਆਂ ਨੂੰ ਚੱਕ ਕੇ ਜਪਾਨ ਦੇ ਫੌਜੀਆਂ ਦੇ ਤਨ ਦੀ ਹਫਸ ਮਟਾਉਣ ਦੀ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਤੇ ਡਾਕਟਰ ਦੀਵਾਨ ਸਿੰਘ ਨੇ ਬਾਹ ਕੱਢ ਕੇ ਬਗਾਵਤ ਕੀਤੀ ਕਿ ਆਹ ਚੱਕੋ ਆਪਣੀ ਡਾਇਰੈਕਟਰੀ ਮੱਥੇ ਮਾਰੀ ਜਪਾਨੀਆਂ ਦੀ ਉਹਨਾਂ ਡਾਇਰੈਕਟਰੀ ਕਹਿੰਦੇ ਖਬਰਦਾਰ ਜੀ ਅੰਡੇਮਾਨ ਨਿਕੋਬਾਰ ਦੀ ਕਿਸੇ ਕੁੜੀ ਨੂੰ ਹੱਥ ਲਾਇਆ ਤਾਂ ਜਦੋਂ ਤੱਕ ਦੀਵਾਨ ਸਿੰਘ ਕਾਲੇ ਪਾਣੀ ਜਿਉਂਦਾ ਮੈਂ ਇਹ ਕੁਕਰਮ ਅੰਡੇਮਾਨ ਨਿਕੋਬਾਰ ਦੀ ਧਰਤੀ ਤੇ ਹੋਣ ਨਹੀਂ ਦੇਣਾ ਯਾਰ ਜੁਰਤ ਹੈ ਕਿਸੇ ਦੇ ਵਿੱਚ ਇੰਨੀ ਸਮਰਥਾ ਰੱਖਣ ਵਾਲਾ ਦੀਵਾਨ ਸਿੰਘ ਮੁੜ ਕੇ ਪਤਾ ਕੀ ਹੋਇਆ ਗ੍ਰਿਫਤਾਰ ਕਰ ਲਿਆ ਗਿਆ ਕੇਸਾਂ ਤੋਂ ਬੰਨ ਕੇ ਲਮਕਾ ਦਿੱਤਾ ਗਿਆ ਤੇਜ਼ ਪਾਣੀ ਦੀਆਂ ਧਾਰਾਂ ਅੱਖਾਂ 'ਚ ਮਾਰੀਆਂ ਗਈਆਂ ਕੁਰਸੀ ਤੇ ਬਿਠਾ ਕੇ ਪੱਟਾਂ ਥੱਲੇ ਅੱਗ ਲਾ ਦਿੱਤੀ ਗਈ ਇਤਿਹਾਸ ਸੁਣਾ ਨਹੀਂ ਹੁੰਦਾ ਦੀਵਾਨ ਸਿੰਘ ਕਾਲੇ ਪਾਣੀ ਦਾ ਜਿੱਦਾਂ ਬੰਦਾ ਬਾਦਾ ਸੀਰ ਜਮੂਰਾ ਦੇ ਨਾਲ ਨੋਚਿਆ ਗਿਆ ਨਾ ਇਲੈਕਟ੍ਰੋਨਿਕ ਗੈਜਟ ਦੇ ਨਾਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਸੀਰ ਨੂੰ ਉਖੇੜਿਆ ਗਿਆ ਕੱਲੀ ਕੱਲੀ ਸੀਰ ਦੀ ਪਰਤ ਲਾ ਦਿੱਤੀ ਗਈ ਤੇ ਅੰਤ ਨੂੰ ਬੰਦਾ ਬਹਾਦਰ ਦੀਆਂ ਸ਼ਹੀਦੀ ਦੀ ਤਰ੍ਹਾਂ ਹੀ ਸਲਾਖਾਂ ਗਰਮ ਕਰਕੇ ਜਪਾਨੀਆਂ ਨੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀਆਂ ਅੱਖਾਂ ਵਿੱਚ ਵੜ ਦਿੱਤੀਆਂ ਪਿਆਰ ਵਾਲਿਓ ਐਡੀ ਕੁਰਬਾਨੀ ਕਾਹਦੇ ਵਾਸਤੇ ਸਿਰਫ ਅੰਡੇਮਾਨ ਨਿਕੋਬਾਰ ਦੀਆਂ ਕੁੜੀਆਂ ਨੂੰ ਜਪਾਨੀਆਂ ਦੇ ਧੱਕੇ ਤੋਂ ਬਚਾਉਣ ਦੇ ਲਈ ਪਰ ਸਾਡੀਆਂ ਕਿਤਾਬਾਂ 'ਚ ਦੀਵਾਨ ਸਿੰਘ ਕਾਲੇ ਪਾਣੀ ਕਿਉਂ ਨਹੀਂ ਪੜ੍ਹਾਇਆ ਜਾਂਦਾ ਦੀਵਾਨ ਸਿੰਘ ਕਾਲੇ ਪਾਣੀ ਨੇ ਕੀ ਜੁਰਮ ਕੀਤਾ ਉਹਦਾ ਜੁਰਮ ਸਿਰਫ ਇਹੀ ਹੈ ਕਿ ਉਹਦੇ ਸਿਰ ਤੇ ਪੱਗ ਬੰਨੋ ਪਿਆਰ ਵਾਲਿਓ ਤੇ ਅਸੀਂ ਲੋਕ ਮੈਂ ਫਿਰ ਬਾਰ ਬਾਰ ਆਪਣੇ ਦਰਦ ਵਿੱਚੋਂ ਕਹਿ ਰਿਹਾ ਕਿ ਸਾਨੂੰ ਜਾਗਣਾ ਪਵੇਗਾ ਇਹਨਾਂ ਇਹਨਾਂ ਮਹਾਨ ਸਬੂਤਾਂ ਦੀ ਗੱਲ ਸਾਡੇ ਸਿਲੇਬਸ ਵਿੱਚ ਆਉਣੀ ਚਾਹੀਦੀ ਹੈ ਭਗਤ ਪੂਰਨ ਸਿੰਘ ਦੀ ਗੱਲ ਅਸੀਂ ਕਿਤਾਬਾਂ 'ਚ ਕੀਤੀ ਹੈ ਸੋ ਮੈਂ ਇੱਥੇ ਖਿਮਾ ਮੰਗ ਲੈਣੀ ਹੈ ਸੋ ਭਗਤ ਜੀ ਨੂੰ ਸੱਚੀ ਸ਼ਰਧਾਂਜਲੀ ਆਹ ਮੈਂ 3 ਗੱਲਾਂ ਕਹਿ ਕੇ ਫਤਿਹ ਬੁਲਾਉਣ ਲੱਗਿਆ ਸਭ ਤੋਂ ਪਹਿਲਾਂ ਪਿੰਗਲਵਾੜੇ ਨੂੰ ਸਹਿਯੋਗ ਕਰੋ ਪਿੰਗਲਵਾੜੇ ਦਾ ਸਹਿਯੋਗ ਰੱਬ ਦੀ ਸੇਵਾ ਹੈ ਦੂਸਰੀ ਗੱਲ ਭਗਤ ਜੀ ਨੂੰ ਨੋਬਲ ਪੁਰਸਕਾਰ ਦਿਵਾਉਣ ਲਈ ਕੌਮੀ ਪੱਧਰ ਤੇ ਲਾਮਬੰਦੀ ਹੋਣੀ ਚਾਹੀਦੀ ਹੈ ਤੀਸਰੀ ਗੱਲ ਸਾਨੂੰ ਜਿਉਂਦੇ ਜਾਗਦੇ ਭਗਤ ਪੂਰਨ ਸਿੰਘ ਨੂੰ ਪੈਦਾ ਕਰਨੀ ਚਾਹੀਦੀ ਹੈ ਭਗਤ ਪੂਰਨ ਸਿੰਘ ਇੱਕ ਹੋਇਆ ਉਹਦੀ ਆਪਾਂ ਸਟੇਜ ਤੋਂ ਹਰ ਸਾਲ ਬਰਸੀ ਮਨਾਉਂਦੇ ਰਹੀਏ ਫਿਰ ਮਜ਼ਾ ਨਹੀਂ ਆਉਣਾ ਭਗਤ ਪੂਰਨ ਸਿੰਘ ਦੇ ਤੁਰੇ ਫਿਰਦੇ ਨਜ਼ਰ ਆਉਣੇ ਚਾਹੀਦੇ ਨੇ ਭਗਤ ਪੂਰਨ ਸਿੰਘ ਵਰਗੀਆਂ ਰੂਹਾਂ
ਜਿਉਂਦੀਆਂ ਜਾਗਦੀਆਂ ਨਜ਼ਰ ਆਉਣੀਆਂ ਚਾਹੀਦੀਆਂ ਨੇ। ਉਹ ਕਿਤੋਂ ਨਹੀਂ ਪੈਦਾ ਹੋਣੀਆਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਪੈਦਾ ਹੋਣੀਆਂ। ਰਾਮ ਜੀ ਦਾਸ ਵੀ ਭਗਤ ਪੁਰਖ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਬਣਿਆ, ਤੇ ਆਪਾਂ ਇਹ ਯਤਨ ਕਰਨਾ ਜੋ ਮੈਂ ਤੁਹਾਨੂੰ ਪੁਸਤਕਾਂ ਦਾ ਉਪਰਾਲਾ ਸ਼ੇਅਰ ਕੀਤਾ ਉਹ ਜਿਉਂਦੇ ਜਾਗਦੇ ਭਗਤ ਪੂਰਨ ਸਿੰਘ ਪੈਦਾ ਕਰਨ ਵਾਸਤੇ ਹੈ। ਸੋ ਆਓ ਲਾਮਬੰਦ ਹੋਈਏ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚਦੀ ਹੈ। ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ, ਵਿਦਿਅਕ ਅਦਾਰਿਆਂ ਦੇ ਪ੍ਰਬੰਧਕ ਸਕੂਲ ਚਲਾ ਰਹੇ ਨੇ, ਆਪਣੇ ਸਿਲੇਬਸ ਦੇ ਵਿੱਚ ਜਿਹੜੀਆਂ ਅਸੀਂ ਆਤਮ ਪ੍ਰਕਾਸ਼ ਪ੍ਰਕਾਸ਼ਨਾਵਾਂ ਤਿਆਰ ਕੀਤੀਆਂ ਨੇ ਉਹਨਾਂ ਨੂੰ ਸਿਲੇਬਸ ਦਾ ਹਿੱਸਾ ਬਣਾਉਣ। ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਲੇਬਸ ਵਿੱਚ ਇਹਨਾਂ ਨੂੰ ਸ਼ਾਮਿਲ ਕਰਵਾਓ। ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਦੋਂ ਇਹ ਕਿਤਾਬਾਂ ਰਿਲੀਜ਼ ਹੋਈਆਂ ਸਨ, ਸਿੰਘ ਸਾਹਿਬ ਨੇ ਆਪਣੇ ਹੱਥੀਂ ਰਿਲੀਜ਼ ਕੀਤੀਆਂ ਸਨ ਪਿੰਗਲਵਾੜੇ, ਔਰ ਪਰ ਸ਼੍ਰੋਮਣੀ ਕਮੇਟੀ ਦੇ ਸਿਲੇਬਸ ਵੀ ਸ਼ਾਮਿਲ ਹੋਣੀਆਂ ਅਜੇ ਬਾਕੀ ਨੇ। ਅਸੀਂ ਯਤਨ ਕਰੀਏ, 300 ਤੋਂ ਵੱਧ ਸਕੂਲ ਨੇ ਆਲ ਇੰਡੀਆ ਵਿੱਚ ਇਹਨਾਂ ਦੇ ਸਿਲੇਬਸ ਵੀ ਸ਼ਾਮਿਲ ਹੋ ਚੁੱਕੀਆਂ ਨੇ। ਆਪਾਂ ਨੇ ਯਤਨ ਕਰਨਾ, ਇੱਕ ਹੰਬਲਾ ਮਾਰਨਾ। ਇਹ ਸਾਡੇ ਕੰਟੈਕਟ ਨੰਬਰ ਨੇ, ਤੁਸੀਂ ਨੋਟ ਕਰ ਸਕਦੇ ਹੋ ਤੇ ਜਿੱਥੇ ਜਿੱਥੇ ਤੱਕ ਅਸੀਂ ਪਹੁੰਚ ਕਰ ਸਕਦੇ ਹਾਂ ਆਪਣੇ ਵਿਦਿਆਰਥੀਆਂ ਨੂੰ ਗੁਰਮਤ ਨਾਲ ਜੋੜਨ ਦੇ ਲਈ ਤਿਆਰ ਕੀਤਾ ਇਸ ਸਿਲੇਬਸ ਪੜ੍ਹਾਈਏ। ਮੈਂ ਇੱਕ ਆਖਰੀ ਗੱਲ ਜ਼ਰੂਰ ਦੱਸ ਦੇਣੀ ਚਾਹੁੰਦਾ, ਮੈਂ ਕੋਈ ਕਿਤਾਬਾਂ ਵੇਚਣ ਵਾਲਾ ਭਾਈ ਨਹੀਂ ਹੈਗਾ, ਮੈਂ ਕੋਈ ਸੇਲਸਮੈਨ ਨਹੀਂ ਹੈਗਾ, ਮੈਨੂੰ ਇਹ ਕੋਈ ਕਮਿਸ਼ਨ ਨਹੀਂ ਮਿਲਦਾ। ਇਹ ਇੱਕ ਸੰਗਤੀ ਉਪਰਾਲਾ ਹੈ ਜਿਹੜਾ ਡਾਕਟਰ ਇੰਦਰਜੀਤ ਕੌਰ ਹੋਣ ਦੀ ਅਗਵਾਈ ਵਿੱਚ ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਕੌਂਸਲ ਕਰ ਰਿਹਾ। ਆਓ ਇਹ ਸਾਡੇ ਫੇਸਬੁੱਕ ਦੇ ਔਰ ਯੂਟਿਊਬ ਦਾ ਸ਼ੇਅਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜੀਆਂ ਗੱਲਾਂ ਮੈਂ ਅੱਜ ਕੀਤੀਆਂ ਨੇ ਤੁਹਾਡੇ ਕੋਲ ਨਿਰੰਤਰ ਪਹੁੰਚਦੀਆਂ ਰਹਿਣ। ਵਿਸਾਖੀ ਲਈ ਖਿਮਾ, ਮੈਂ 1 ਘੰਟਾ 5 ਮਿੰਟ ਮੰਗੇ ਸਨ ਜੁਗਰਾਜ ਸਿੰਘ ਜੀ ਤੋਂ, ਮੈਂ ਠੀਕ 1 ਘੰਟਾ 5 ਮਿੰਟ ਸਮਾਪਤੀ ਕਰ ਰਿਹਾ। ਔਰ ਜੁਗਰਾਜ ਸਿੰਘ ਵੀਰ ਬਹੁਤ ਹੀ ਪਿਆਰੇ ਵੀਰ ਨੇ, ਮੈਨੂੰ ਉਹਨਾਂ ਨੂੰ ਮਿਲ ਕੇ ਚਾਅ ਚੜ੍ਹ ਜਾਂਦਾ, ਬੜੀ ਸੇਵਾ ਦੀ ਭਾਵਨਾ ਇਹਨਾਂ ਵਿੱਚ ਹੈ। ਮੇਰੀ ਬੇਨਤੀ ਹੈ ਸਰਦਾਰ ਜੁਗਰਾਜ ਸਿੰਘ ਜਿਹੜੇ ਕਿ ਪਿੰਗਲਵਾੜੇ ਦੀ ਸੇਵਾ UK ਵਿੱਚ ਕਰ ਰਹੇ ਨੇ, ਇਹਨਾਂ ਦੇ ਨਾਲ ਖੜੇ ਹੋ ਕੇ ਇਹਨੀਆਂ ਬਾਹਾਂ ਬਣ ਕੇ ਪਿੰਗਲਵਾੜੇ ਨੂੰ ਮਜ਼ਬੂਤ ਕਰੀਏ। ਪਿੰਗਲਵਾੜਾ UK ਵਿੱਚ ਰਜਿਸਟਰ ਹੋ ਚੁੱਕਿਆ ਹੈ, ਇਹ ਜੁਗਰਾਜ ਸਿੰਘ ਦੀ ਮਿਹਨਤ ਸਦਕਾ ਹੋਇਆ, ਅਤੇ ਆਪਾਂ UK ਵਿੱਚ ਪਿੰਗਲਵਾੜੇ ਨੂੰ ਸਟਰੈਂਥਨ ਕਰਨਾ ਹੈ, ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਔਰ ਇਹ ਭਗਤ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਕੇ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਲੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਦਾਸ ਹਾਰਦਿਕ ਧੰਨਵਾਦੀ ਹੈ ਸਤਿਕਾਰਯੋਗ ਡਾਕਟਰ ਵਰਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਬੜੇ ਸੁੰਦਰ ਸ਼ਬਦਾਂ ਰਾਹੀਂ ਸਾਨੂੰ ਭਗਤ ਜੀ ਦਾ ਜੀਵਨ ਔਰ ਪੰਜਾਬੀ ਬਾਰੇ, ਹੋਰ ਉਹਨਾਂ ਮਹਾਨ ਹਸਤੀਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਸਿੱਖੀ ਸਰੂਪ ਅੰਦਰ ਬਾਣੀ ਪੜ੍ਹ ਕੇ ਅੰਮ੍ਰਿਤਧਾਰੀ ਹੋ ਕੇ ਸਮੇਂ ਸਮੇਂ ਨਾਲ ਸਿੱਖੀ ਦੀ ਮਹਾਨ ਸੇਵਾ ਕੀਤੀ। ਅਤੇ ਸਤ ਸੰਗਤ, ਹੁਣ ਮੈਂ ਬੇਨਤੀ ਕਰਾਂਗਾ, ਜਿਵੇਂ ਆਪ ਜੀ ਨੇ ਸੁਣਿਆ, ਸਾਡੇ ਵਿੱਚ ਬਿਰਾਜਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਗੁਰਬਚਨ ਸਿੰਘ ਸਾਹਿਬ ਜੀ, ਉਹ ਇੱਥੇ ਆਨੰਦ ਕਾਰਜ 'ਤੇ ਆਏ ਸਨ ਅਤੇ ਇੱਥੇ ਗੁਰੂ ਘਰ ਭਗਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪੁੱਜੇ ਨੇ। ਦਾਸ ਉਹਨਾਂ ਨੂੰ ਬਹੁਤ ਆਦਰ ਸਹਿਤ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਜੀ ਮਤੀ ਔਰ ਟਰੱਸਟ ਸ੍ਰੀ ਗੁਰੂ ਸਿੰਘ ਸਭਾ, ਉਹਨਾਂ ਵੱਲੋਂ ਆਪ ਸੰਗਤਾਂ ਵੱਲੋਂ ਬੜੇ ਪਿਆਰ ਸਹਿਤ ਜੀਵਾ ਆਪਦਾ ਹੈ। ਉਹਨਾਂ ਨੂੰ ਬੇਨਤੀ ਹੈ ਕਿ ਕੁਝ ਸਮੇਂ ਵਾਸਤੇ ਭਗਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਜਥੇਦਾਰ ਸਿੰਘ ਸਾਹਿਬ, ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸ੍ਰੀ ਅਕਾਲ ਤਖਤ ਸਾਹਿਬ, ਆਓ ਜੈਕਾਰਾ ਛੱਡੀਏ ਉਹਨਾਂ ਦੀ ਆਮਦ ਤੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਿਆਰ ਸਤਿਕਾਰ ਸਹਿਤ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਮੇਲ ਸਿੰਘ ਜੀ, ਇਹਨਾਂ ਦੀ ਸਮੁੱਚੀ ਕਮੇਟੀ ਵੱਲੋਂ ਮਹਾਨ ਉਪਰਾਲਾ ਕੀਤਾ ਗਿਆ ਹੈ ਭਗਤ ਪੂਰਨ ਸਿੰਘ ਜੀ ਦੀ ਪਾਵਨ ਪਵਿੱਤਰ ਯਾਦ ਵਿੱਚ ਵਿਸ਼ੇਸ਼ ਗੁਰਮਤ ਸਮਾਗਮ ਆਰੰਭ ਕੀਤੇ ਹਨ, ਔਰ ਜਿਸ ਦੇ ਵਿੱਚ ਡਾਕਟਰ ਵਰਿੰਦਰਪਾਲ ਸਿੰਘ ਜੀ ਨੇ ਬੜੇ ਪਿਆਰੇ ਸ਼ਬਦਾਂ ਰਾਹੀਂ ਆਪ ਜੀ ਨੂੰ ਸੰਬੋਧਨ ਹੋ ਕੇ ਭਗਤ ਪੂਰਨ ਸਿੰਘ ਜੀ ਦੀਆਂ ਜੋ ਪ੍ਰਾਪਤੀਆਂ ਨੇ ਉਹਨਾਂ ਦੇ ਬਾਰੇ ਚਾਨਣਾ ਪਾਇਆ ਹੈ। ਆਓ ਇੱਕ ਵਾਰੀ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
भगत पूर्ण सिंह जी का जीवन जदों असी पढ़ते हाँ ते उन्हां दे जीवन विच एक शब्द है कि रब लूला बन के आया। और सच जाणियो कि निश्चे विच है कि भगत जी ने एक लूले पिंगले नूं नहीं बल्कि उस दे विचों परमात्मा नूं देख के उसकी सेवा कीती, जिस करके अज विदेश की धरती ते भी उन्हां दियां पावन पवित्र यादां मनाईयां जा रही हैं। उन्हां ने गुरबाणी और पंजाबी दे प्रचार वास्ते बहुत वड्डा उपराला कीता है। मैं सिख चैनल नूं भी वधाई देंदा हां जिन्हां ने नेपाल की धरती ते बन कटुआ गुरुद्वारा बना के पंजाबी स्कूल आरंभ करके नेपाल की धरती ते भी गुरबाणी का प्रचार गुरबाणी का प्रसार और साड़ी जो मां बोली पंजाबी है इसनू विस्तार विच लिजाण दे वास्ते महान उपराला कीता है। ਇਹ ਸਿੱਖ ਚੈਨਲ ਦਾ ਸਾਰੀਆਂ ਸੰਗਤਾਂ ਵੱਲੋਂ ਧੰਨਵਾਦ ਵੀ ਹੈ, ਦਾਸ ਵੱਲੋਂ ਵੀ ਧੰਨਵਾਦ ਹੈ ਕਿ ਤੁਸੀਂ ਸਹਿਯੋਗੀ ਬਣੇ ਹੋ। ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਰੰਧਾਵੇ ਵਾਲੇ ਵੀ ਬੈਠੇ ਹਨ। ਔਰ ਇੱਕ ਐਸੀ ਬੜੀ ਪਿਆਰੀ ਘਟਨਾ ਆਉਂਦੀ ਹੈ ਪਰ ਸਮਾਂ ਨਹੀਂ। ਮੋਗੇ ਦੇ ਨਜ਼ਦੀਕ ਇੱਕ ਚੜਕ ਮੰਡੀ ਹੈ, ਉਥੋਂ ਦੇ ਪਰਿਵਾਰ ਨੇ ਜਿਸਦਾ ਨਾਮ ਭਾਈ ਵੀਰ ਸਿੰਘ ਔਰ ਉਹਦੀ ਪਤਨੀ ਦਾ ਨਾਮ ਨੰਦ ਕੌਰ ਹੈ, ਜਿਨ੍ਹਾਂ ਨੇ ਇੱਕ ਲੂਲੇ ਤੇ ਪਿੰਗਲੇ ਦੀ ਸੇਵਾ ਕੀਤੀ, ਜਿਸ ਸੇਵਾ ਦੀ ਇਮਜ ਵਿੱਚ ਪਰਮਾਤਮਾ ਨੇ ਉਹਨਾਂ ਨੂੰ ਚਾਰ ਪੁੱਤਰ ਬਖਸ਼ਿਸ਼ ਕੀਤੇ ਹਨ। ਇਸ ਕਰਕੇ ਹਰ ਇੱਕ ਵਿੱਚ ਪਰਮਾਤਮਾ ਹੈ। ਡਾਕਟਰ ਹਾਰਡਗੇਵੇ ਨੇ ਇਹ ਬਚਨ ਕਹੇ ਨੇ ਕਿ ਨਰ ਸੇਵਾ ਨਾਰਾਇਣ ਸੇਵਾ, ਕਿਸੇ ਵੀ ਦੁਖੀ ਦੀ ਸੇਵਾ ਕਰਨੀ ਉਹਦੇ ਵਿੱਚੋਂ ਪ੍ਰਮਾਤਮਾ ਨਜ਼ਰ ਆਉਂਦਾ ਹੈ। ਸਮਾਂ ਨਹੀਂ ਕਿ ਦਾਸ ਬਹੁਤਾ ਕੁਝ ਕਹੇ, ਕੇਵਲ ਇਹੀ ਕਹਾਂ ਕਿ ਜਿਸ ਤਰ੍ਹਾਂ ਭਗਤ ਪੂਰਨ ਸਿੰਘ ਜੀ ਨੇ ਅਪਾਹਜਾਂ ਦੀ ਲਾਚਾਰਾਂ ਦੀ ਲਾਵਾਰਸਾਂ ਦੀ ਸੇਵਾ ਕੀਤੀ ਹੈ, ਅਸੀਂ ਉਸ ਤੋਂ ਪ੍ਰੇਰਣਾ ਲੈ ਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ। ਸਾਡੇ ਘਰਾਂ ਵਿੱਚ ਬਜ਼ੁਰਗ ਨੇ, ਉਹਨਾਂ ਬਜ਼ੁਰਗਾਂ ਦੀ ਸੇਵਾ ਕਰੋ, ਉਹਨਾਂ ਦੀਆਂ ਖੁਸ਼ੀਆਂ ਲਵੋ, ਤਾਂ ਕਿ ਸਾਡੇ ਬਜ਼ੁਰਗ ਜਿਹੜੇ ਨੇ ਉਹ ਬਿਰਧ ਘਰਾਂ ਵਿੱਚ ਓਲਡ ਹੋਮਾਂ ਵਿੱਚ ਜਾ ਕੇ ਨਾ ਰੁਲਣ। ਇਹ ਸਭ ਤੋਂ ਵੱਡੀ ਸੇਵਾ ਹੈ। ਔਰ ਇੱਕ ਵਿਦਵਾਨ ਦੇ ਸ਼ਬਦ ਨੇ, ਜਿਨ ਕੇ ਦਿਨ ਮਨਾਤੇ ਹੋ ਉਨਕਾ ਇਰਸ਼ਾਦ ਵੀ ਸਮਝੋ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ। ਭਗਤ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਸੀਂ ਗੁਰਬਾਣੀ ਔਰ ਸਾਡੀ ਜੋ ਮਾਂ ਬੋਲੀ ਪੰਜਾਬੀ ਹੈ ਉਹਦੇ ਵਾਸਤੇ ਜਲਦ ਤੋਂ ਜ਼ਿਆਦਾ ਉਪਰਾਲਾ ਕਰੀਏ। ਦਾਸ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਜੋ ਸਿਲੇਬਸ ਹੈ ਜੋ ਪ੍ਰੋਫੈਸਰ ਸਾਹਿਬ ਨੇ ਕਿਹਾ ਹੈ ਉਹ ਪ੍ਰਧਾਨ ਸਾਹਿਬ ਜੀ ਦੇ ਨਾਲ ਗੱਲ ਕਰਕੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿੱਚੋਂ ਸਿਲੇਬਸ ਲਵਾਉਣ ਦਾ ਉਪਰਾਲਾ ਕੀਤਾ ਜਾਵੇਗਾ। ਦਾਸ ਫਿਰ ਸਮੁੱਚੀ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਔਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੂੰ ਬੇਨਤੀ ਹੈ ਕਿ ਇੱਥੇ ਖੜੇ ਹੋਣ। ਗੁਰੂ ਘਰ ਵੱਲੋਂ, ਸੰਗਤਾਂ ਵੱਲੋਂ, ਗੁਰੂ ਦਰਬਾਰ ਵੱਲੋਂ ਉਹਨਾਂ ਨੂੰ ਸ਼ਲੋਕ ਪਾਠ ਦਿੱਤਾ ਜਾਏਗਾ। ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਜੀ ਮੰਡੀ ਉਹ ਇਹ ਸੇਵਾ ਨਿਭਾਉਣਗੇ। ਇਸੇ ਤਰ੍ਹਾਂ ਸਾਡੀ ਪ੍ਰਬੰਧਕ ਕਮੇਟੀ ਦੇ ਸਾਡੇ ਸਾਬਕਾ ਪ੍ਰਧਾਨ ਸੋ ਵਾਈਸ ਪ੍ਰਧਾਨ ਹੋਰ ਕਮੇਟੀ ਦੇ ਸੱਜਣ ਚਾਡੀ ਸਾਹਿਬ ਬੈਠੇ ਨੇ, ਪੂਰੇਵਾਲ ਸਾਹਿਬ, ਉਹਨਾਂ ਨੂੰ ਬੇਨਤੀ ਹੈ। ਔਰ ਬਾਬਾ ਹਰੀ ਸਿੰਘ ਜੀ ਬੈਠੇ ਨੇ, ਉਹ ਵੀ ਆਓ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ।
सब का हार्दिक धन्यवाद। सत्संग प्रोग्राम इसे तरह शाम तक जारी रहेगा। आप संतों को बेनती है कि एकाग्रता सहित इस प्रोग्राम का आनंद माणो। हुण केवल दो मिनट वास्ते सरदार जगतार सिंह जी निजर सिख चैनल के जो सेवादार ने और बड़े गुरु घर के प्यार वाले ने देशों में विदेशों में जाके सिखी के स्नेहे मीडिया राही साढ़े तक पहुंचाते हैं। वह दो मिनट वास्ते हाजिरी भरेंगे। उन्होंने तो उपरंत सरदार गुर प्रताप सिंह जी ढिलों वह दो मिनट वास्ते, फिर भाई जगराज सिंह जी जो पिंगलवाड़ा संस्था के इस देश में इंचार्ज ने, वह सब का धन्यवाद करेंगे। फिर कीर्तन होगा एक शब्द, फिर कथा की आरंभता होगी। तन तन साहब श्री गुरु ग्रंथ साहब जी की हजूरी दे विच भगत पूर्ण सिंह जी की 26वीं बरसी मना रहे गुरु साध संग जी बाजा वाली दी तीफा ते बुलंद करिए। प्यार सत्कार सर आपको जी, वाहेगुरु जी का खालसा।